ਕਰਦੇ ਹਾਂ। ਬਿਲਕੁਲ ਜੀ, ਲੋੜ ਜੋ ਹੈ ਉਹ ਸੁਹਿਰਦਤਾ ਤੋਂ ਕੰਮ ਲੈਣ ਦੀ ਹੈ ਕਿ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਅੰਮ੍ਰਿਤ ਵੱਲ ਪ੍ਰੇਰਿਆ ਜਾਏ। ਪੰਜਾਬ ਦੀ ਧਰਤੀ 'ਤੇ ਜਿੰਨਾ ਅੱਜ ਨਸ਼ਿਆਂ ਦਾ ਬੋਲਬਾਲਾ ਹੈ, ਚਲੋ ਜਿਹੜੀ ਪਹਿਲਾਂ ਸਰਕਾਰ ਸੀ ਉਹਨਾਂ ਦੇ ਸਮੇਂ 'ਤੇ ਰਿਹਾ ਹੀ ਇਹ ਨਸ਼ਿਆਂ ਦਾ ਬੋਲਬਾਲਾ, ਪਰ ਅੱਜ ਉਦੋਂ ਵੱਧ 4 ਗੁਣਾ ਵੱਧ ਪੰਜਾਬ ਦੇ ਵਿੱਚ ਨਸ਼ੇ ਦਾ ਬੋਲਬਾਲਾ ਹੋ ਰਿਹਾ, ਕਿਉਂਕਿ ਅਸੀਂ ਪੰਜਾਬ ਦੇ ਵਿੱਚ ਵੀ ਸਮਾਗਮ ਕਰਦੇ ਹਾਂ, ਪਿੰਡਾਂ ਵਿੱਚ ਜਾਂਦੇ ਹਾਂ, ਲੋਕਾਂ ਦੇ ਦਰਦ ਸੁਣਦੇ ਹਾਂ। ਉਹ ਕਹਿੰਦੇ ਨੇ ਵੀ ਨਸ਼ਾ ਘੱਟ ਨਹੀਂ ਰਿਹਾ, ਦਿਨੋਂ ਦਿਨ ਵੱਧ ਰਿਹਾ, ਲੱਚਰਤਾ ਇੰਨੀ ਵੱਧ ਰਹੀ ਹੈ, ਮੜੀਆਂ ਮਸਾਣੀਆਂ ਕਬਰਾਂ ਦਾ ਬੋਲਬਾਲਾ ਉਹ ਵੱਧ ਰਿਹਾ, ਜਾਂ ਫਿਰ ਡੇਰਾਵਾਦ ਹੈ, ਜਾਂ ਰਾਜਨੀਤੀ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਬਹੁਤ ਸਾਰੇ ਮੁੱਦੇ ਨੇ, ਉਹਨਾਂ ਵੱਲ ਪ੍ਰਚਾਰਕ ਸਾਡੀ ਸ਼੍ਰੇਣੀ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੀ ਕੌਮ ਇਕੱਤਰ ਕੀਤੀ ਜਾਵੇ ਔਰ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਜਾ ਸਕੇ, ਔਰ ਕੋ ਆਉਣ ਵਾਲੇ ਸਮੇਂ ਦੇ ਵਿੱਚ ਖਾਲਸਾ ਰਾਜ ਦੀ ਪ੍ਰਾਪਤੀ ਵਾਸਤੇ, ਹੱਕਾਂ ਦੀ ਪ੍ਰਾਪਤੀ ਵਾਸਤੇ ਕੁਝ ਲੋਕਾਂ ਨੂੰ ਰਾਹ ਦਰਸਾਏ ਜਾਣ, ਜੋ ਨਿੱਜੀ ਇਹ ਆਪਣੀਆਂ ਗੱਲਾਂ ਜਿਹੜੀਆਂ ਨੇ ਉਹ ਛੱਡ ਕੇ ਜਾਂ ਸਿਧਾਂਤਾਂ 'ਤੇ ਵਾਰ ਕਰਨੇ ਬੰਦ ਕਰਕੇ ਕੌਮ ਕਿਸੇ ਚੰਗੇ ਰਾਹ ਵੱਲ ਤੁਰ ਸਕੇ, ਇਹ ਪ੍ਰਚਾਰ ਜੋ ਅੱਜ ਦੇ ਸਮੇਂ ਵਿੱਚ ਹੋਣਾ ਚਾਹੀਦਾ। ਪਰ ਜਿੱਦਾਂ ਹੁਣ ਪ੍ਰਚਾਰ ਜਿਹੜਾ ਵੀ ਵਿਅਕਤੀ ਕਰਦਾ, ਚਾਹੇ ਤੁਸੀਂ ਆ ਚਾਹੇ ਹੋਰ ਕੋਈ ਆ, ਹਰ ਕੋਈ ਇਹ ਕਹਿ ਰਿਹਾ ਜੀ ਮੈਂ ਸੱਚ ਦਾ ਪ੍ਰਚਾਰ ਕਰ ਰਿਹਾ। ਖਾਸ ਤੌਰ 'ਤੇ ਕਿ ਆਪਾਂ ਇਹ ਗੱਲ ਕਰ ਲਈਏ, ਅੱਜ ਕੱਲ੍ਹ ਜਾਗਰੂਕ ਪ੍ਰਚਾਰਕ ਆਪਣੇ ਨਾਮ ਨਾਲ ਮੋਹਰੇ ਲਿਖਦੇ ਵੀ ਆ ਕਿ ਅਸੀਂ ਜਾਗਰੂਕ ਪ੍ਰਚਾਰਕ ਹਾਂ ਅਤੇ ਅਸੀਂ ਸੱਚ ਦਾ ਪ੍ਰਚਾਰ ਕਰਦੇ ਹਾਂ, ਅਸੀਂ ਸੱਚ ਮੋਹਰੇ ਲਿਆ ਰਹੇ ਹਾਂ। ਸਿੱਖਾਂ ਦਾ ਤਾਂ ਇਤਿਹਾਸ ਹੀ ਵਿਗੜਿਆ ਹੋਇਆ, ਇਤਿਹਾਸ ਹੀ ਵਿਗਾੜਿਆ ਹੋਇਆ, ਜਿੰਨੇ ਵੀ ਮਤਲਬ ਪਿਛਲੀਆਂ ਕਿਤਾਬਾਂ ਜਾਂ ਗ੍ਰੰਥ ਜਾਂ ਜਿਹੜੇ ਮਹਾਂਪੁਰਖਾਂ ਨੇ ਜਾਂ ਜਿਹੜੇ ਪੁਰਾਣੇ ਲਿਖਾਰੀਆਂ ਨੇ, ਭਾਈ ਸੰਤੋਖ ਸਿੰਘ ਜੀ ਕਵੀ, ਉਹਨਾਂ ਦੇ ਬਾਰੇ ਵੀ ਹਰ ਕਿਤੇ ਬਾਰੇ ਮਤਲਬ ਕਿੰਤੂ ਪਰੰਤੂ ਉਹਦੇ 'ਚ ਗਲਤੀਆਂ ਕੱਢੀ ਜਾਣੀਆਂ, ਤੁਸੀਂ ਕਿੱਦਾਂ ਸੋਚਦੇ? ਬਾਕੀ ਸਾਡਾ ਇਤਿਹਾਸ ਇੰਨਾ ਖਰਾਬ ਹੈ। ਵੇਖੋ ਜੀ, ਇਸ ਗੱਲ ਵਿੱਚ ਤਾਂ ਕੋਈ ਸ਼ੱਕ ਨਹੀਂ ਗਾ ਵੀ ਸਾਡੇ ਗੁਰ ਇਤਿਹਾਸ ਦੇ ਵਿੱਚ ਰਲਾ ਪਾਇਆ ਗਿਆ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਗਾ। ਔਰ ਨਾਲ ਇਹ ਵੀ ਗੱਲ ਹੈ ਵੀ ਸਾਡਾ ਜਿਹੜਾ ਇਤਿਹਾਸ ਹੈ ਉਹ ਗੈਰ ਧਰਮ ਦੇ ਲੋਕਾਂ ਵੱਲੋਂ ਵੀ ਜੋ ਲਿਖਿਆ ਗਿਆ, ਅਤੇ ਸੋ ਜਿਹੜੀਆਂ ਅੱਜ ਚੀਜ਼ਾਂ ਸੰਗਤ ਦੇ ਸਾਹਮਣੇ ਲਿਆਂਦੀਆਂ ਜਾ ਰਹੀਆਂ ਨੇ ਗ੍ਰੰਥਾਂ ਦੇ ਵਿੱਚੋਂ ਕੱਢ ਕੱਢ ਕੇ, ਇਹਨਾਂ ਗੱਲਾਂ ਦਾ ਪਤਾ ਅੱਜ ਹੀ ਨਹੀਂ ਲੱਗ ਰਿਹਾ ਪ੍ਰਚਾਰਕਾਂ ਨੂੰ। ਇਹਨਾਂ ਗੱਲਾਂ ਦਾ ਪਤਾ ਸ਼ੁਰੂ ਤੋਂ, ਭਾਵੇਂ ਮਹਾਂਪੁਰਸ਼ਾਂ ਦਾ ਸਮਾਂ ਉਹ ਕਰਦੇ ਰਹੇ ਕਥਾ ਸੰਗਤ ਦੇ ਵਿੱਚ, ਭਾਵੇਂ ਅੱਜ ਦੇ ਸਮੇਂ ਵਿੱਚ ਵੀ ਜਿੰਨੇ ਕਥਾਵਾਚਕ ਪ੍ਰਚਾਰ ਕਰਦੇ ਨੇ, ਸਾਰਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਵੀ ਆਹ ਗੱਲਾਂ ਦਾ ਸਾਡੇ ਇਤਿਹਾਸ ਵਿੱਚ ਰਲਾ ਪਾਇਆ ਗਿਆ। ਪਰ ਉਹਨਾਂ ਗੱਲਾਂ ਉੱਤੇ ਚੁੱਪ ਧਾਰ ਕੇ ਰੱਖਣੀ ਔਰ ਸੰਗਤ ਦੇ ਵਿੱਚ ਉਹ ਗੱਲਾਂ ਨਾ ਕਰਨੀਆਂ, ਉਹਦਾ ਮਕਸਦ ਇਹੀ ਸੀਗਾ ਵੀ ਫਿਲਹਾਲ ਪ੍ਰਚਾਰ ਕੀਤਾ ਜਾਏ, ਜਦੋਂ ਕਿਤੇ ਕੌਮ ਦੇ ਕੋਲ ਸਮਾਂ ਲੱਗੇ, ਕੁਝ ਚੰਗੇ ਸੂਝਵਾਨ ਇਕੱਠੇ ਹੋਣਗੇ, ਉਹਨਾਂ ਗੱਲਾਂ ਉੱਤੇ ਵਿਚਾਰ ਕਰਕੇ ਉਹ ਗੱਲਾਂ ਚੁੱਪ ਕਰਕੇ ਇਤਿਹਾਸ ਦੇ ਵਿੱਚੋਂ ਜਿਹੜੀਆਂ ਗੁਰਮਤ ਤੋਂ ਉਲਟ ਨੇ ਉਹ ਗੱਲਾਂ ਚੁੱਪ ਕਰਕੇ ਪਾਸੇ ਕਰ ਦਿੱਤੀਆਂ ਜਾਣਗੀਆਂ ਵੀ ਇਹਨਾਂ ਗੱਲਾਂ ਦੀ ਖਿੱਲੀ ਉਡਾ ਕੇ ਰੌਲਾ ਪਾ ਕੇ ਸੰਗਤ ਨੂੰ ਦੱਸ ਕੇ ਵੀ ਮੁੜ ਕੇ ਉਹ ਚੀਜ਼ਾਂ ਇਤਿਹਾਸ ਵਿੱਚੋਂ ਕੱਢਣੀਆਂ, ਲੋਕਾਂ ਤੱਕ ਤਾਂ ਉਹ ਚੀਜ਼ਾਂ ਚਲੀਆਂ ਗਈਆਂ ਨਾ। ਪਰ ਪੁਰਾਣੇ ਸਮੇਂ ਦੇ ਵਿੱਚ ਮਹਾਂਪੁਰਸ਼ ਭਾਵੇਂ ਸੰਤ ਬਾਬਾ ਕਰਤਾਰ ਸਿੰਘ ਹੋਣੀ ਸੀਗੇ, ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਸੀਗੇ, ਸਾਰਿਆਂ ਮਹਾਂਪੁਰਖਾਂ ਨੂੰ ਪਤਾ ਸੀ ਵੀ ਆਹ ਚੀਜ਼ਾਂ ਜਿਹੜੀਆਂ ਨੇ ਆਹ ਕੁਝ ਗੱਲਾਂ ਜਿਹੜੀਆਂ ਗੁਰਮਤਿ ਉਲਟ ਸਾਡੇ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ ਨੇ। ਪਰ ਉਹਨਾਂ ਨੇ ਇਹ ਗੱਲਾਂ ਸੰਗਤ ਦੇ ਸਾਹਮਣੇ ਇਸ ਲਈ ਨਹੀਂ ਉਜਾਗਰ ਕੀਤੀਆਂ ਵੀ ਇਹ ਸਮਾਂ ਆਉਣ 'ਤੇ ਜਦੋਂ ਵੀ ਕਿਤੇ ਸਮਾਂ ਲੱਗੇਗਾ ਸੁਹਿਰਦ ਜਿਹੜੇ ਗੁਰਮੁਖ ਨੇ ਉਹ ਇਕੱਠੇ ਹੋ ਕੇ ਇਹਨਾਂ ਚੀਜ਼ਾਂ ਨੂੰ ਵਿੱਚੋਂ ਕੱਢ ਦੇਣਗੇ, ਸੰਗਤ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਨਾ ਰੱਖੀਆਂ ਜਾਣ, ਸੰਗਤ ਦੇ ਵਿੱਚ ਉਹੀ ਪ੍ਰਚਾਰਿਆ ਜਾਏ ਜੋ ਸਹੀ ਹੈ ਔਰ ਗੁਰਮਤਿ ਦੇ ਮੁਤਾਬਕ ਹੈ। ਜਿਵੇਂ ਤੁਸੀਂ ਗੱਲ ਕੀਤੀ, ਮੈਨੂੰ ਇਹ ਵੀ ਜਿੱਦਾਂ ਕਿਸੇ ਪੰਜਾਬ ਦੇ ਵਿੱਚ ਬਹੁਤ ਮਤਲਬ ਸਿਆਣੇ ਬੰਦੇ ਨੂੰ ਪੁੱਛਿਆ ਸੀ ਕਿ ਅਕਾਲ ਤਖਤ ਸਾਹਿਬ ਤੋਂ ਵੀ ਇਹ ਫੈਸਲਾ ਹੋਇਆ ਹੋਇਆ ਜੀ ਕਿ ਇਹ ਜਿਹੜਾ ਇਤਿਹਾਸ ਨੂੰ ਸੋਧਿਆ ਜਾਊਗਾ, ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਸਾਰਾ ਕੁਛ ਕੀਤਾ ਜਾਊਗਾ, ਲੇਕਿਨ ਆਹ ਚੀਜ਼ਾਂ ਜਿਹੜੀਆਂ ਛੇੜਨੀਆਂ ਨੇਗੀਆਂ, ਇਹ ਫੈਸਲਾ ਹੋ ਚੁੱਕਾ ਹੈ ਜੀ, ਫਿਰ ਵੀ ਪ੍ਰਚਾਰਕ ਕਿਉਂ ਛੇੜ ਰਿਹਾ? ਇਹਦੇ ਪਿੱਛੇ ਤਾਂ ਇਹੀ ਹੈ ਜੀ ਵੀ ਜਿੰਨਾ ਦੇਖੋ ਕਹਿ ਵੀ ਇਹ ਰਿਹਾ ਕਿ ਅਸੀਂ ਅਕਾਲ ਤਖਤ ਨੂੰ ਮੰਨਦੇ ਹਾਂ, ਅਕਾਲ ਤਖਤ ਦੀ ਮਰਿਆਦਾ ਨੂੰ ਮੰਨਦੇ ਹਾਂ, ਤੇ ਗੱਲ ਵੀ ਅਕਾਲ ਤਖਤ ਨੂੰ ਮੰਨਣ ਦੀ ਕਹਿ ਰਿਹਾ ਤੇ ਗੱਲ ਅਕਾਲ ਤਖਤ ਦਾ ਕਹਿਣਾ ਵੀ ਨਹੀਂ ਮੰਨਣਾ। ਇਹ ਸਿਰਫ ਅਤੇ ਸਿਰਫ ਈਰਖਾ ਵੱਸ ਹੋ ਕੇ ਇਹ ਗੱਲਾਂ ਜਿਹੜੀਆਂ ਨੇ ਇਹ ਸੰਗਤ ਦੇ ਵਿੱਚ ਰੱਖੀਆਂ ਜਾ ਰਹੀਆਂ ਨੇ, ਕਿਉਂਕਿ ਜਿਨ੍ਹਾਂ ਗੱਲਾਂ ਤੋਂ ਕੌਮ ਨੂੰ ਕੋਈ ਸਿਹਤ ਨਹੀਂ ਮਿਲਣੀ, ਜਿਨ੍ਹਾਂ ਗੱਲਾਂ ਦੇ ਨਾਲ ਕਿਸੇ ਦਾ ਕੋਈ ਜੀਵਨ ਸੰਵਰਨਾ ਹੀ ਨਹੀਂ ਹੈ, ਉਹ ਗੱਲਾਂ ਪ੍ਰਚਾਰਕ ਸਟੇਜ 'ਤੇ ਸੰਗਤ ਵਿੱਚ ਕਿਉਂ ਰੱਖ ਰਿਹਾ? ਗੁਰੂ ਦੀ ਹਜ਼ੂਰੀ ਵਿੱਚ ਤਾਂ ਅਸੀਂ ਪ੍ਰਚਾਰਕ, ਸਾਡਾ ਕੰਮ ਹੈ ਵੀ ਅਸੀਂ ਗੁਰੂ ਜੀ ਦੀ ਗੱਲ ਸੁਣਾਈਏ, ਜੋ ਗੁਰਮਤਿ ਦੇ ਮੁਤਾਬਕ ਸਹੀ ਹੈ ਉਹ ਸੁਣਾਈਏ, ਜਿਹੜੀਆਂ ਚੀਜ਼ਾਂ ਗੁਰਮਤਿ ਤੋਂ ਉਲਟ ਨੇ ਉਹ ਵੀ ਕੱਢਣੀਆਂ ਜਿਹੜੀਆਂ ਨੇ ਉਹ ਪ੍ਰਚਾਰਕਾਂ ਦਾ ਫਰਜ਼ ਹੈ, ਗੁਰਮੁਖ ਜਨਾਂ ਦਾ ਫਰਜ਼ ਹੈ, ਪਰ ਉਹ ਜਿਹੜੀਆਂ ਚੀਜ਼ਾਂ ਇਤਿਹਾਸ ਵਿੱਚੋਂ ਕੱਢਣੀਆਂ ਨੇ ਉਹ ਸਟੇਜਾਂ 'ਤੇ ਨਹੀਂ ਨਿਕਲਣੀਆਂ,
ਉਹ ਜਿੱਥੇ ਉਹ ਲਿਟਰੇਚਰ ਛਪਦਾ ਹੈ ਉੱਥੇ ਅਪਰੋਚ ਕਰਨੀ ਪਵੇਗੀ, ਉੱਥੇ ਉਹ ਚੀਜ਼ਾਂ ਲਿਖ ਕੇ ਦੇਣੀਆਂ ਪੈਣਗੀਆਂ, ਜਾਂ ਸ਼੍ਰੋਮਣੀ ਕਮੇਟੀ ਜੇ ਲਿਟਰੇਚਰ ਛਾਪਦੀ ਹੈ ਉੱਥੋਂ ਤੱਕ ਸਾਨੂੰ ਜਾਣਾ ਪਵੇਗਾ। ਔਰ ਇਹ ਮਹੀਨਿਆਂ ਦਾ ਇਹ ਪ੍ਰੋਸੈਸ ਹੈ ਕਿ ਸਾਰੇ ਵਿਦਵਾਨ ਜਿਹੜੇ ਇਕੱਠੇ ਹੋ ਕੇ ਉਹਨਾਂ ਚੀਜ਼ਾਂ ਨੂੰ ਵਿਚਾਰਨ ਅਤੇ ਉਹਨਾਂ ਚੀਜ਼ਾਂ ਨੂੰ ਉਹਨਾਂ ਗ੍ਰੰਥਾਂ ਦੇ ਵਿੱਚੋਂ ਬਾਹਰ ਕੀਤਾ ਜਾਵੇ। ਪਰ ਵਾਰ ਵਾਰ ਉਹਨਾਂ ਚੀਜ਼ਾਂ ਨੂੰ ਛੇੜਨਾ ਉਹ ਕੇਵਲ ਅਤੇ ਕੇਵਲ ਇਹੀ ਕਹਿ ਸਕਦੇ ਹਾਂ ਕਿ ਸਿਰਫ ਇੱਕ ਈਰਖਾ ਵਸ ਹੈ, ਔਰ ਜਾਂ ਉਹਨਾਂ ਗ੍ਰੰਥਾਂ ਦੇ ਕਵੀਆਂ ਨੂੰ ਔਰ ਸੰਪਰਦਾਵਾਂ ਨੂੰ ਤੇ ਇਤਿਹਾਸ ਨੂੰ ਕੌਮ ਤੋਂ ਦੂਰ ਕਰਨਾ, ਇਹੀ ਮਨਸਾ ਹੋ ਸਕਦੀ। ਤੇ ਜਦੋਂ ਇਹ ਗੱਲ ਹੁੰਦੀ ਆ ਦਮਦਮੀ ਟਕਸਾਲ ਜਿਹਨੂੰ ਇਹ ਕਿਹਾ ਜਾਂਦਾ ਕਿ ਕਲਗੀਧਰ ਪਾਤਸ਼ਾਹ ਵੱਲੋਂ ਥਾਪੜਾ ਮਿਲਿਆ ਹੋਇਆ, ਬਾਬਾ ਦੀਪ ਸਿੰਘ ਇਹਨਾਂ ਦੇ ਪਹਿਲੇ ਜਥੇਦਾਰ ਹੋਇਆ, ਤੇ ਮੁੜ ਤੋਂ ਲੈ ਕੇ ਗੁਰੂ ਇਤਿਹਾਸ ਨੂੰ ਮਤਲਬ ਜੋ ਵੀ ਗੁਰਬਾਣੀ ਦਾ ਪ੍ਰਚਾਰ ਕਰਨਾ, ਤੇ ਜਦੋਂ ਇੱਦਾਂ ਦੀ ਗੱਲ ਆਉਂਦੀ ਆ ਚਾਹੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਹੋਣ, ਸੰਤ ਬਾਬਾ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਹੋਣ, ਸੰਤ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਬਾਬਾ ਠਾਕੁਰ ਸਿੰਘ ਜੀ ਹੋਣ, ਬਾਬਾ ਹਰਨਾਮ ਸਿੰਘ ਜੀ, ਸਮੇਂ ਸਮੇਂ ਜਿਹੜੇ ਵੀ ਉਹਨਾਂ ਦੇ ਮੁਖੀ ਆਉਂਦੇ ਆ, ਮਤਲਬ ਉਹ ਅੱਗੇ ਹੋ ਕੇ ਇਹਦੇ 'ਤੇ ਪਹਿਰਾ ਦਿੰਦੇ ਆ, ਅਤੇ ਉਹ ਜਿਹੜੇ ਪ੍ਰਚਾਰਕ ਆ ਉਹ ਫਿਰ ਲੜਾਈ ਬਣਾਉਂਦੇ ਆ ਜੀ ਸਾਡੀ ਇਹ ਜਿਹੜੀ ਦਮਦਮੀ ਟਕਸਾਲ ਆ ਇਹ ਮਤਲਬ ਗਲਤ ਲੋਕਾਂ ਨੂੰ ਮਤਲਬ ਜ਼ਬਰਦਸਤੀ ਰੋਕਦੀ ਆ, ਅਤੇ ਇੱਕ ਕਿਸਮ ਦਾ ਉਹਨਾਂ 'ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਂਦੇ। ਆਪਾਂ ਉਹਨਾਂ ਗੱਲਾਂ 'ਤੇ ਵੀ ਆਵਾਂਗੇ ਵੀ ਅੱਜ ਇੱਕ ਪਾਸੇ ਇਹ ਗੱਲ ਹੋ ਗਈ ਆ ਕਿ ਜੀ ਇੱਕ ਪਾਸੇ ਹੈਗੇ ਮਸ਼ੀਨਰੀ ਪ੍ਰਚਾਰਕ, ਉਹ ਮਤਲਬ ਦੇਖੋ ਜੀ ਪ੍ਰਚਾਰ ਕਰਨਾ ਚਾਹੁੰਦੇ ਆ ਅਤੇ ਦਮਦਮੀ ਟਕਸਾਲ ਉਹਨਾਂ ਨੂੰ ਕਰ ਨਹੀਂ ਦਿੰਦੀ। ਮੇਰਾ ਸਵਾਲ ਇਹ ਆ ਕਿ ਇਹ ਰੌਲਾ ਦਮਦਮੀ ਟਕਸਾਲ ਦਾ ਜਾਂ ਮਸ਼ੀਨਰੀਆਂ ਦਾ ਜਾਂ ਕੁਝ ਹੋਰ ਹੈ? ਇਹ ਜੋ ਅੱਜ ਦੇ ਸਮੇਂ ਵਿੱਚ ਜੋ ਲੜਾਈ ਚੱਲ ਰਹੀ ਉਹ ਬਿਲਕੁਲ ਗੁਰਬਾਣੀ ਔਰ ਇਤਿਹਾਸ ਸਿਧਾਂਤਕ ਲੜਾਈ ਹੈ, ਨਾ ਕਿਸੇ ਜਥੇਬੰਦੀ ਦੀ ਆ ਅਤੇ ਨਾ ਕਿਸੇ ਵਿਅਕਤੀ ਦੀ ਆ। ਇਹ ਸੰਗਤ ਨੂੰ ਇਹ ਚੀਜ਼ਾਂ ਜ਼ਰੂਰ ਸੋਚਣੀਆਂ ਪੈਣਗੀਆਂ ਔਰ ਡੂੰਘਾਈ ਦੇ ਨਾਲ ਇਹ ਸੋਚਣੀਆਂ ਪੈਣਗੀਆਂ। ਬਿਲਕੁਲ ਇਹ ਨਹੀਂ ਵੀ ਅਸੀਂ ਰਫਲੀ ਜਿਹੇ ਤਰੀਕੇ ਨਾਲ ਸੋਸ਼ਲ ਮੀਡੀਆ ਤੋਂ ਜੋ ਸੁਣਦੇ ਹਾਂ ਅਸੀਂ ਉਹਦੇ 'ਤੇ ਆਪਣਾ ਰਿਪਲਾਈ ਦੇ ਦਿੰਦੇ ਹਾਂ, ਕਮੈਂਟ ਦੇ ਦਿੰਦੇ ਹਾਂ, ਇੱਦਾਂ ਨਹੀਂ। ਹਰ ਗੱਲ ਨੂੰ ਸਾਨੂੰ ਡੀਪਲੀ ਸੋਚਣਾ ਪਵੇਗਾ ਕਿਉਂਕਿ ਜਿਹੜੀਆਂ ਇਤਿਹਾਸ ਦੀਆਂ ਗੱਲਾਂ ਨੇ ਗੁਰਬਾਣੀ ਦੀਆਂ ਗੱਲਾਂ ਨੇ ਉਹ ਸਾਨੂੰ ਗੁਰਬਾਣੀ ਦੇ ਮੁਤਾਬਕ ਹੀ ਕਰਨੀਆਂ ਪੈਣਗੀਆਂ। ਜੇ ਕੋਈ ਪ੍ਰਚਾਰਕ ਆਖੇ ਮੈਂ ਆਪਣੀ ਮਰਜ਼ੀ ਨਾਲ ਕਰਨੀਆਂ ਨੇ ਅਤੇ ਮਰਜ਼ੀ ਨਾਲ ਤਾਂ ਫਿਰ ਇੱਦਾਂ ਹੀ ਹੋ ਸਕਦੀਆਂ ਨੇ, ਜਿਵੇਂ ਡੇਰਾ ਬਿਆਸ ਕਰਦਾ, ਜਿਵੇਂ ਨਰਕਧਾਰੀਏ ਕਰਦੇ ਨੇ, ਜਿਵੇਂ ਨੂਰ ਮੇਲੀਏ ਕਰਦੇ ਨੇ, ਉੱਦਾਂ ਡੇਰੇ ਬਣਾ ਕੇ ਆਪੋ ਆਪਣੀਆਂ ਗੱਲਾਂ ਹੋ ਸਕਦੀਆਂ ਨੇ। ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਹੀ ਗੱਲਾਂ ਹੋ ਸਕਦੀਆਂ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਕੂਲ ਨੇ, ਅਤੇ ਜੇ ਕੋਈ ਉਹਦੇ ਤੋਂ ਉਲਟ ਗੱਲ ਕਰੇਗਾ, ਹਰ ਸਿੱਖ ਨੂੰ, ਕੇਵਲ ਕਿਸੇ ਸੰਪਰਦਾਇ ਨੂੰ ਨਹੀਂ, ਹਰ ਸਿੱਖ ਨੂੰ ਅਧਿਕਾਰ ਹੈ ਕਿ ਉਹ ਪ੍ਰਚਾਰਕ ਨੂੰ ਜਾ ਕੇ ਪੁੱਛ ਸਕਦਾ ਵੀ ਤੁਸੀਂ ਆਹ ਗੱਲਾਂ ਕਰ ਰਹੇ ਹੋ ਅਤੇ ਕਿਉਂ ਕਰ ਰਹੇ ਹੋ, ਕਿੱਥੋਂ ਪੜ੍ਹੀਆਂ ਨੇ, ਇਹਦਾ ਸਾਨੂੰ ਜਵਾਬ ਦਿਓ। ਪਰ ਅੱਜ ਮਾਹੌਲ ਉਹ ਚੱਲ ਪਿਆ ਵੀ ਮੈਂ ਕਹਾਂ ਜੋ ਮਰਜ਼ੀ, ਮੈਨੂੰ ਪੁੱਛੇ ਕੋਈ ਨਾ। ਅੱਜ ਉਹ ਮਾਹੌਲ ਹੋ ਗਿਆ ਕਿ ਅਸੀਂ ਸਟੇਜ 'ਤੇ ਜੋ ਮਰਜ਼ੀ ਕਹੀਏ, ਜੇ ਸਾਨੂੰ ਕੋਈ ਆ ਕੇ ਪੁੱਛੇ ਅਸੀਂ ਉਹਦੇ 'ਤੇ RSS ਦਾ ਲੇਵਲ ਲਾ ਦਿੰਦੇ ਹਾਂ, ਅਸੀਂ ਉਹਦੇ 'ਤੇ ਜਥੇਬੰਦੀ ਦਾ ਲੇਵਲ ਲਾ ਦਿੰਦੇ ਹਾਂ ਵੀ ਫਲਾਣੀ ਜਥੇਬੰਦੀ ਨਾਲ ਸੰਬੰਧਿਤ ਹੋਣਾ ਤਾਂ ਸਵਾਲ ਪੁੱਛ ਰਿਹਾ। ਨਹੀਂ, ਜਿੰਨੀਆਂ ਸੰਗਤਾਂ ਸੁਣ ਰਹੀਆਂ ਨੇ ਉਹਨਾਂ ਦੀ ਜਾਣਕਾਰੀ ਹਿੱਤ ਬੇਨਤੀ ਹੈ ਵੀ ਅੱਜ ਦੇ ਸਮੇਂ ਦੇ ਵਿੱਚ ਹਰ ਬੰਦਾ ਆਪਣੇ ਆਪਣੇ ਵਿਚਾਰ ਰੱਖਦਾ। ਜਦੋਂ ਕੋਈ ਕਿਸੇ ਪ੍ਰਚਾਰਕ ਨੂੰ ਸੁਣਦਾ ਹੈ ਉਹਦੇ ਮਨ ਵਿੱਚ ਜੋ ਸਵਾਲ ਆਉਂਦਾ ਉਹ ਪੁੱਛਣ ਦੀ ਕੋਸ਼ਿਸ਼ ਕਰਦਾ, ਅਤੇ ਜੇ ਅੱਜ ਦੇ ਸਮੇਂ ਵਿੱਚ ਕੋਈ ਪੁੱਛਣ ਜਾਂਦਾ ਤਾਂ ਉਹਨੂੰ ਫਿਰ ਕਿਸੇ ਜਥੇਬੰਦੀ ਨਾਲ ਜੋੜਿਆ ਜਾਂਦਾ। ਅਤੇ ਜਿਵੇਂ ਤੁਸੀਂ ਦੱਸਿਆ ਵੀ ਜਿੱਥੋਂ ਪੜ੍ਹਾਈ ਕੀਤੀ ਆ, ਉਸ ਤੋਂ ਬਾਅਦ ਕੁਝ ਸਮਾਂ ਤੁਹਾਡਾ ਜਿਹੜਾ ਆ ਸੰਤ ਤੋਂ ਭਾਈ ਬਣੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨਾਲ ਵੀ ਬਿਤਾਇਆ, ਤੁਸੀਂ ਉਹਨਾਂ ਨਾਲ ਵੀ ਰਹੇ ਹੋ? ਹਾਂ ਬਿਲਕੁਲ, ਹਾਂਜੀ, ਜਿੱਦਾਂ ਸਾਡਾ ਆਉਣ ਜਾਣ ਕਾਫੀ ਜਿੱਦਾਂ ਉਹਨਾਂ ਦੇ ਨਾਲ ਰਿਹਾ ਹੈਗਾ ਕਿ 2007 ਦੇ ਵਿੱਚ ਅਸੀਂ ਲਗਭਗ 2-3 ਮਹੀਨੇ ਉੱਥੇ ਅਸੀਂ ਜਿੱਦਾਂ ਲਗਾਤਾਰ ਰਹੇ ਵੀ ਉਦੋਂ ਮੇਰਾ ਖਿਆਲ 13-13.5 ਸਾਲ ਦੀ ਮੇਰੀ ਉਮਰ ਹੋਏਗੀ ਜਦੋਂ ਅਸੀਂ ਉੱਥੇ ਰਹੇ ਹਾਂ। ਅਤੇ ਨਾਲ ਇਹਨਾਂ ਨੇ ਕਹਿਣਾ ਵੀ ਤੁਸੀਂ ਨਾਲ ਮਾਈਕ ਦੇ ਵਿੱਚ ਧਾਰਨਾ ਬੋਲੋ, ਨਾਲ ਜਿੱਦਾਂ ਥੋੜ੍ਹਾ ਕੁ ਸਮਾਂ ਜਿੱਦਾਂ ਇਹ 2007 ਵਿੱਚ ਰਹੇ, ਫਿਰ 2010 ਵਿੱਚ ਕੁਝ ਕੁ ਦਿਨ ਆਉਣ ਜਾਣ ਦਾ ਸਮਾਂ ਮਿਲਿਆ, ਫਿਰ 2013 ਦੇ ਵਿੱਚ ਥੋੜ੍ਹੇ ਕੁ ਦਿਨ ਆਉਣ ਜਾਣ ਦਾ ਸਮਾਂ ਮਿਲਿਆ। ਵੀ ਕੰਟੀਨਿਊ ਨਹੀਂ ਵੀ ਇਹ 2-3 ਜਿੱਦਾਂ ਸੰਨ ਨੇ ਇਹਨਾਂ ਵਿੱਚ ਥੋੜ੍ਹੇ ਥੋੜ੍ਹੇ ਦਿਨ ਜਿੱਦਾਂ ਆਉਣ ਜਾਣ ਦਾ ਸਮਾਂ ਜਿੱਦਾਂ ਮਿਲਿਆ। ਅਤੇ ਜਦੋਂ ਤੁਸੀਂ ਉਹਨਾਂ ਨਾਲ ਰਹੇ ਆ ਭਾਵੇਂ ਬਚਪਨ 'ਚ ਰਹੇ ਆ, ਲੇਕਿਨ ਤੁਹਾਨੂੰ ਸੁਰਤ ਪੂਰੀ ਸੀ ਨਾ? ਜੀ ਜੀ। ਅਤੇ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਪ੍ਰਚਾਰ ਦੇ ਵਿੱਚ 2007 ਤੋਂ ਬਾਅਦ ਕੋਈ ਤਬਦੀਲੀ ਆਈ ਆ ਜਾਂ ਪਹਿਲਾਂ ਜਿੱਦਾਂ ਕਰਦੇ ਉੱਦਾਂ ਹੁਣ ਕਰਦੇ? ਨਹੀਂ ਜੀ, ਬਿਲਕੁਲ ਤਬਦੀਲੀ ਤਾਂ 100% ਹੀ ਆਈ ਹੈ। ਸੋ ਜੋ ਉਹਨਾਂ ਨੇ ਪਹਿਲਾਂ ਪ੍ਰਚਾਰ ਕੀਤਾ ਹੈਗਾ ਉਹਦੇ ਤੋਂ ਤਾਂ ਬਿਲਕੁਲ ਹੀ 100% ਉਲਟ ਹੋਇਆ। ਔਰ ਉਹ ਕੇਵਲ ਆਪਣੇ ਪ੍ਰਚਾਰ ਤੋਂ ਹੀ ਨਹੀਂ ਉਲਟ ਹੈ, ਉਹ ਗੁਰਬਾਣੀ ਤੋਂ ਔਰ ਇਤਿਹਾਸ ਤੋਂ ਉਹਦੇ ਤੋਂ ਵੀ ਉਲਟੋ ਪ੍ਰਚਾਰ ਕਰ ਰਿਹਾ। ਅੱਜ ਦੇ ਸਮੇਂ ਵਿੱਚ ਉਹਨਾਂ ਦੇ ਪ੍ਰਚਾਰ ਵਿੱਚ ਤਾਂ ਤਬਦੀਲੀ ਆਈ, ਇਹ ਕਹਿ ਸਕਦੇ ਹਾਂ ਵੀ ਉਹ ਆਪਣਾ ਜਿੰਨਾ ਉਹਨਾਂ ਨੇ ਪਿੱਛੇ ਕੀਤਾ ਪ੍ਰਚਾਰ ਸਾਰਾ ਉਹਨੂੰ ਖੰਡਨ ਕਰਨ 'ਤੇ ਆਪ ਹੀ ਲੱਗੇ ਹੋਏ ਵੀ ਜੋ ਮੈਂ ਕੀਤਾ ਉਹ ਗਲਤੀ ਹੈ। ਅੱਜ ਦੇ ਸਮੇਂ ਵਿੱਚ ਪ੍ਰਚਾਰ 'ਤੇ ਉਹਨਾਂ ਨੇ ਚਲੋ ਕੀ ਕਰਨਾ, ਪ੍ਰਚਾਰ 'ਤੇ ਨਹੀਂ ਹੋ ਰਿਹਾ, ਜੋ ਉਹਨਾਂ ਨੇ ਪਿੱਛੇ 15 ਸਾਲ ਕੀਤਾ ਸੀ ਪ੍ਰਚਾਰ ਉਹਨੂੰ ਖੰਡਨ ਕਰਨ 'ਤੇ ਹੁਣ ਉਹਨਾਂ ਦਾ ਸਾਰਾ ਜ਼ੋਰ ਲੱਗਿਆ ਹੋਇਆ ਵੀ ਮੈਂ ਜੋ ਕੀਤਾ ਉਹ ਮੈਂ ਗਲਤੀ ਕੀਤਾ।
ਤੇ ਉਹਨਾਂ ਦੇ ਖਿਆਲ ਵਾਲੇ ਵੀ ਜਿਹੜੇ ਬਾਬੇ ਆ ਜਾਂ ਸੰਤ ਮਹਾਤਮਾ ਆ ਉਹ ਗਲਤ ਆ? ਹਾਂ ਬਿਲਕੁਲ ਜੀ, ਉਹਨਾਂ ਦੇ ਮੁਤਾਬਕ ਤਾਂ ਇਹੀ ਹੈ ਜੀ ਕਿ ਇਹ ਜੋ ਵੀ ਕੁਝ ਜਥੇਬੰਦੀਆਂ ਨੇ ਸੰਪਰਦਾਵਾਂ ਨੇ ਵੀ ਇਹ ਗਲਤੀ ਨੇ, ਹੋਣੀਆਂ ਹੀ ਨਹੀਂ ਚਾਹੀਦੀਆਂ। ਪਰ ਜਿਹੜੀਆਂ ਨੇ ਕੌਮ ਦੇ ਵਿੱਚ ਜਥੇ ਤਾਂ ਹਰ ਸਮੇਂ ਰਹੇ ਨੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀ ਜੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਉਦੋਂ ਵੀ ਮਹਾਰਾਜ ਨੇ ਜਿੰਨੀ ਮਹਾਰਾਜ ਦੀ ਸਿੱਖ ਫੌਜ ਸੀ ਉਹਨੂੰ ਵੀ ਜਥਿਆਂ ਦੇ ਵਿੱਚ ਵੰਡਿਆ। ਬਾਬਾ ਬਿਧੀ ਚੰਦ ਸਾਹਿਬ ਨੂੰ ਕਿਸੇ ਜਥੇ ਦਾ ਮੁਖੀ ਬਣਾਇਆ, ਬਾਬਾ ਰਾਏ ਜੋਧ ਜੀ ਨੂੰ ਕਿਸੇ ਜਥੇ ਦਾ ਮੁਖੀ ਬਣਾਇਆ, ਬਾਬਾ ਜਤੀਮਾਲ ਜੀ ਨੂੰ ਕਿਸੇ ਜਥੇ ਦਾ ਮੁਖੀ ਬਣਾਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਭਾਵੇਂ ਸਮਾਂ ਸੀਗਾ, ਉੱਥੇ ਵੀ ਮਹਾਰਾਜ ਨੇ ਜਿੱਦਾਂ ਹਰ ਇੱਕ ਇਲਾਕੇ ਦੇ ਵਿੱਚ ਜਿੱਦਾਂ ਹਰੇਕ ਆਗੂ ਦੀ ਜਿਹੜੀ ਚੋਣ ਕੀਤੀ ਸੀ ਵੀ ਜਿਹੜਾ ਅਨੰਦਪੁਰ ਸਾਹਿਬ ਦੀ ਖਬਰ ਹੈ ਉਹ ਹਰ ਇਲਾਕੇ ਤੱਕ ਗੁਰੂ ਕਾ ਸਿੱਖ ਪਹੁੰਚਾ ਸਕੇ। ਅਤੇ ਗੁਰੂ ਅਮਰਦਾਸ ਮਹਾਰਾਜ ਦਾ ਵੀ ਸਮਾਂ ਸੀ, ਉਹਨਾਂ ਨੇ ਵੀ ਪ੍ਰਚਾਰਕਾਂ ਦੀ ਜਿਹੜੀ ਚੋਣ ਕੀਤੀ ਆ। ਮਿਸਲਾਂ ਦਾ ਬਾਅਦ ਵਿੱਚ ਸਮਾਂ ਆਇਆ, ਮਿਸਲਾਂ ਰਹੀਆਂ, ਮਿਸਲਾਂ ਦੇ ਆਗੂ ਰਹੇ ਨੇ, ਜਥੇ ਉਹਨਾਂ ਸਮਿਆਂ ਵਿੱਚ ਵੀ ਰਹੇ ਨੇ, ਜਥੇਬੰਦੀਆਂ ਰਹੀਆਂ ਨੇ, ਪਰ ਕੌਮ ਜਿਹੜੀ ਸੀ ਉਹ ਨਿਸ਼ਾਨਾ ਉਹਨਾਂ ਦਾ ਇੱਕ ਹੋਇਆ ਕਰਦਾ ਸੀਗਾ। ਜਥੇਬੰਦੀਆਂ ਪਹਿਲਾਂ ਵੀ ਸੀ ਪਰ ਨਿਸ਼ਾਨਾ ਉਹਨਾਂ ਦਾ ਇੱਕ ਹੋਇਆ ਕਰਦਾ ਸੀ। ਅਤੇ ਜਿੱਦਾਂ ਹੁਣ ਤੁਸੀਂ ਕਿਤੇ ਜਿੱਦਾਂ ਰਹਿਣ ਨਾਲ ਤੁਹਾਡੇ ਵਿਚਾਰ ਉਹਨਾਂ ਨਾਲ ਹੋਏ ਹੁਣ ਇੱਦਾਂ ਬੈਠ ਕੇ ਜਿੱਦਾਂ ਆਪਾਂ ਕਰ ਰਹੇ ਹਾਂ, ਵੀ ਤੁਸੀਂ ਮਤਲਬ ਤੁਹਾਡੇ 'ਚ ਤਬਦੀਲੀ ਕਿਉਂ ਆ ਗਈ? ਕਿਉਂਕਿ ਜਦੋਂ ਹੁਣ ਤੁਸੀਂ ਬਚਪਨ ਦੇ ਵਿੱਚ ਜਿਹੜੀ ਚੀਜ਼ ਤੁਸੀਂ ਅੱਜ ਸਿੱਖ ਲੈਣੀ ਉਹ ਜ਼ਿੰਦਗੀ ਭਰ ਰਹਿਣੀ ਆ, ਵੀ ਉਹਨਾਂ ਨੇ ਬਚਪਨ 'ਚ ਜਿਹੜੀਆਂ ਚੀਜ਼ਾਂ ਸਿੱਖੀਆਂ ਉਹ ਉਸ ਲਈ ਗਲਤ ਸੀ ਜਾਂ ਹੁਣ ਠੀਕ ਹੈ? ਤੁਹਾਡੀ ਕਦੇ ਉਹਨਾਂ ਨੇ ਇਸ ਮੁੱਦੇ 'ਤੇ ਗੱਲਬਾਤ ਹੋਈ? ਹਾਂਜੀ, ਸਾਡੇ ਨਾਲ ਜਿੱਦਾਂ ਪਹਿਲਾਂ ਕਦੇ ਉਹਨਾਂ ਨਾਲ ਕਿਸੇ ਵਿਸ਼ੇ 'ਤੇ ਨਹੀਂ ਸੀ ਕੋਈ ਵਿਚਾਰ ਹੋਏ ਵੀ ਚਲੋ ਆਉਣਾ ਜਾਣਾ 10-15 ਮਿੰਟ ਬੈਠੇ ਕੋਲ ਠੀਕ ਹੈ ਜਾਂ ਕਿਤੇ ਦੀਵਾਨ ਸੁਣ ਲਿਆ ਅਤੇ ਇੰਨਾ ਕੀ ਹੋਇਆ ਕਰਦਾ ਸੀਗਾ। ਪਰ ਜਿੱਦਾਂ ਵਿਚਾਰ ਉਹਨਾਂ ਨਾਲ ਕਿਸੇ ਵਿਸ਼ੇ 'ਤੇ ਜਿਹੜੀ ਹੋਈ ਉਹ ਪਹਿਲੀ ਵਾਰ ਹੋਈ ਜਿੱਦਾਂ ਫਰਵਰੀ ਦਾ ਮਹੀਨਾ ਸੀਗਾ ਪਿਛਲੇ ਸਾਲ 2017 ਉਦੋਂ। ਹਾਂਜੀ ਹਾਂਜੀ, ਪਿਛਲੇ ਸਾਲ ਦੀ 2017 ਦੀ ਗੱਲ ਹੈਗੀ ਹੈ। ਅਤੇ ਉਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਜੋ ਚੱਲ ਰਹੀਆਂ ਸਨ ਅਤੇ ਅਸੀਂ ਕੁਦਰਤੀ ਜਦੋਂ ਦਿੱਲੀ ਉੱਥੇ ਚੋਣ ਨਾਲ ਪ੍ਰਚਾਰ ਕੀਤਾ, ਭਾਈ ਬਲਦੇਵ ਸਿੰਘ ਵਡਾਲਾ ਹੋਣਾ ਦੇ ਨਾਲ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਹੋਣੀ ਸਾਰੇ ਇਹ ਗੁਰਮੁਖ ਲੱਗੇ ਹੋਏ ਸਨ ਵੀ ਚਲੋ ਗੁਰਦੁਆਰੇ ਜਿਹੜੇ ਨੇ ਚੰਗੇ ਗੁਰਸਿੱਖਾਂ ਦੇ ਹੱਥ ਵਿੱਚ ਇਹ ਸੇਵਾ ਆਵੇ। ਅਤੇ ਉੱਥੇ ਜਿਹੜੀ ਦਿੱਲੀ ਦੀ ਸੰਗਤ ਸੀ ਉਹਨਾਂ ਨੇ ਵਾਰ ਵਾਰ ਸਾਨੂੰ ਇਹ ਕਿਹਾ ਵੀ ਭਾਈ ਬਲਦੇਵ ਸਿੰਘ ਵਡਾਲਾ ਲੱਗੇ ਹੋਏ ਨੇ, ਇਹ ਵੀ ਚਲੋ ਗੁਰੂ ਘਰ ਦੇ ਕੀਰਤਨੀਆਂ ਨੇ ਪਰ ਇਹ ਇੰਨਾ ਆਪਣਾ ਫਰਜ਼ ਨਿਭਾ ਰਹੇ ਨੇ ਵੀ ਇਹ ਬਾਕੀ ਕੀਰਤਨੀਆਂ ਦੇ ਵਾਂਗ ਇਹ ਵੀ ਕੇਵਲ ਕੀਰਤਨ ਕਰ ਸਕੇ, ਕੀਰਤਨ ਕਰਕੇ ਜਿੱਦਾਂ ਘਰ ਨੂੰ ਜਾ ਸਕਦੇ ਨੇ, ਪਰ ਜੇ ਭਾਈ ਬਲਦੇਵ ਸਿੰਘ ਵਡਾਲਾ ਹੋਣੀ ਆਪਣਾ ਇੰਨਾ ਵੱਡਾ ਕੌਮੀ ਫਰਜ਼ ਨਿਭਾ ਰਹੇ ਨੇ, ਸੰਗਤ ਨੂੰ ਜਾਗਰੂਕ ਕਰ ਰਹੇ ਨੇ, ਆਪਣੇ ਦੀਵਾਨ ਛੱਡ ਕੇ ਇੱਥੇ ਲੱਗੇ ਹੋਏ ਨੇ ਵੀ ਗੁਰਦੁਆਰੇ ਜਿਹੜੇ ਚੰਗੇ ਗੁਰਸਿੱਖਾਂ ਦੇ ਹੱਥ ਵਿੱਚ ਆਉਣ, ਅਤੇ ਬਾਕੀ ਪ੍ਰਚਾਰਕਾਂ ਨੂੰ ਕੀ ਗੱਲ ਆ ਵੀ ਬਾਕੀ ਪ੍ਰਚਾਰਕ ਵੀ ਜਿਹੜੇ ਕਿਉਂ ਨਹੀਂ ਸਾਥ ਦੇ ਰਹੇ? ਅਤੇ ਮੈਨੂੰ ਵਾਰ ਵਾਰ ਸੰਗਤ ਨੇ ਜਿੱਦਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਬਾਰੇ ਕਿਹਾ ਵੀ ਤੁਹਾਡਾ ਉਹਨਾਂ ਕੋਲ ਆਉਣਾ ਜਾਣਾ ਵੀ ਆ, ਤੁਸੀਂ ਉਹਨਾਂ ਨਾਲ ਗੱਲ ਕਰੋ ਵੀ ਇਹ ਇੱਕ ਹਿਸਾਬ ਦੀ ਜਿਹੜੀ ਉਹ ਸਿਰ ਧੜ ਦੀ ਬਾਜੀ ਵਾਲੀ ਗੱਲ ਹੈ ਵੀ ਇੱਥੇ ਸੱਚ ਦੀ ਜਿਹੜੀ ਉਹ ਹਾਰ ਨਹੀਂ ਹੋਣੀ ਚਾਹੀਦੀ, ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਰੋ। ਠੀਕ, ਅਸੀਂ ਫਿਰ ਇਸੇ ਸਿਲਸਿਲੇ ਦੇ ਵਿੱਚ ਭਾਈ ਰਣਜੀਤ ਸਿੰਘ ਹੋਣਾ ਦੇ ਕੋਲ ਪਰਮੇਸ਼ਰ ਦੁਆਰ ਆਏ। ਮੇਰਾ ਖਿਆਲ 22-23 ਫਰਵਰੀ ਦੀ ਗੱਲ ਹੈ, ਰਾਤ 1:30 ਵਜੇ ਜਿੱਦਾਂ ਸਮਾਂ ਸੀਗਾ ਅਸੀਂ ਪਰਮੇਸ਼ਰ ਦੁਆਰ ਆਏ ਅਤੇ ਇਹਨਾਂ ਦੇ ਦੀਵਾਨ ਚੱਲ ਰਹੇ ਸੀ ਉਹਨਾਂ ਦਿਨਾਂ ਦੇ ਵਿੱਚ, ਅਤੇ ਰਾਤ ਨੂੰ ਜਿੱਦਾਂ 2:30 ਵਜੇ ਆਪਣੇ ਦੀਵਾਨ ਤੋਂ ਸਮਾਪਤੀ ਕਰਕੇ ਪਰਮੇਸ਼ਰ ਦੁਆਰ ਆਏ ਨੇ। ਜਦੋਂ ਗੱਡੀ ਦੇ ਵਿੱਚੋਂ ਉਤਰੇ ਅਤੇ 2:30 ਵਜੇ ਸੀਗੇ ਉਸ ਵੇਲੇ ਤੜਕੇ ਦੇ, ਅਤੇ ਜਿੰਨੇ ਇਹਨਾਂ ਦੇ ਡੇਰੇ ਦੇ ਪਹਿਰੇਦਾਰ ਸੀਗੇ, ਸੇਵਾਦਾਰ ਸੀਗੇ, ਸਾਰੇ ਮਿਲਣ ਵਾਸਤੇ ਆਏ। ਕੋਈ ਉਹਨਾਂ ਵਿੱਚ ਕੋਈ ਬਜ਼ੁਰਗ ਵੀ ਨੇ, ਕੋਈ ਬੀਬੀਆਂ ਵੀ ਨੇ, ਸਾਰਿਆਂ ਨੇ ਆ ਕੇ ਇਹਨਾਂ ਨੂੰ ਮੱਥਾ ਟੇਕਿਆ। ਜਦੋਂ ਗੱਡੀ 'ਚ ਉਤਰੇ ਨੇ ਪੈਰ, ਹਾਂਜੀ ਪੈਰ ਸੜਕ 'ਤੇ ਲਾਏ, ਅਤੇ ਜਿੰਨੇ ਉਹ ਸੇਵਾਦਾਰ ਸੀਗੇ ਪਹਿਰੇਦਾਰ ਸੀ ਉਹ ਆਉਂਦੇ ਹੁੰਦੇ ਉਹ ਰਾਤ ਨੂੰ ਜਿੱਦਾਂ ਉਹ ਗੁਰਦੁਆਰੇ ਪਹਿਰਾ ਦੇਣ ਵਾਸਤੇ, ਅਤੇ ਉਹਨਾਂ ਨੇ ਸਾਰੇ ਜਿਵੇਂ ਗੋਡੇ ਆਪਣੀ ਜ਼ਮੀਨ 'ਤੇ ਲਾ ਕੇ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਇੱਦਾਂ ਮਤਲਬ ਕਿ ਇਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਆਪਣਾ ਸਿਰ ਜਿਹੜਾ ਸੀ ਇਹਨਾਂ ਦੇ ਬੂਟਾਂ 'ਤੇ ਲਾ ਕੇ ਅਤੇ ਉਹਨਾਂ ਮੱਥਾ ਟੇਕਿਆ। ਅਤੇ ਅਸੀਂ ਦੇਖ ਰਹੇ, ਮੇਰੇ ਮਨ ਦੇ ਵਿੱਚ ਬੜਾ ਹੈਰਾਨੀ ਹੋਈ ਵੀ ਚਲੋ ਇਹ ਪਹਿਲਾਂ ਤਾਂ ਚਲੋ ਮੱਥੇ ਟਿਕਾਉਂਦੇ ਰਹੇ ਆ ਵੀ ਲੋਕ ਇਹਨਾਂ ਨੂੰ ਮੱਥੇ ਟੇਕਦੇ ਰਹੇ ਆ, ਸਾਰਾ ਕੁਝ ਹੁੰਦਾ ਰਿਹਾ, ਪਰ ਹੁਣ ਤਾਂ ਇਹ ਸੰਗਤ ਨੂੰ ਇਹ ਪ੍ਰਚਾਰ ਕਰ ਰਹੇ ਆ ਕਿ ਅਸੀਂ ਮੱਥੇ ਨਹੀਂ ਟਿਕਾਉਂਦੇ, ਮੈਂ ਸੰਤ ਤੋਂ ਭਾਈ ਬਣ ਗਿਆ ਹਾਂ, ਮੈਂ ਥੱਲੇ ਬੈਠਣਾ ਪਸੰਦ ਕਰਦਾ ਹਾਂ, ਅਤੇ ਮੈਂ ਸੰਗਤ ਨੂੰ ਹੁਣ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਿਰੋਲ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਿਹਾ ਹਾਂ, ਪਰ ਇਹ ਕੀ ਹੋ ਰਿਹਾ ਵੀ ਚਲੋ ਵੀ ਰਾਤ ਦਾ ਸਮਾਂ ਹੈ ਪਰ ਜਿੰਨੇ ਸੇਵਾਦਾਰ ਨੇ, ਬਜ਼ੁਰਗ ਨੇ, ਕਿਸੇ ਦੀ ਉਮਰ 60 ਸਾਲ ਹੈ, ਕਿਸੇ ਦੀ 65 ਸਾਲ ਹੈ, ਸਾਰਿਆਂ ਨੇ ਗੋਡੇ ਜ਼ਮੀਨ 'ਤੇ ਲਾਏ, ਮੱਥਾ ਟੇਕ ਰਹੇ ਨੇ ਇਹਨਾਂ ਦੇ ਬੂਟਾਂ 'ਤੇ ਸਿਰ ਰੱਖ ਕੇ, ਅਤੇ ਸਾਰੇ ਫਤਿਹ ਵੀ ਬੁਲਾ ਰਹੇ ਨੇ ਨਾਲ, ਪਰ ਇੱਕ ਨੂੰ ਵੀ ਨਾ ਆਪਣੇ ਮੂੰਹ ਤੋਂ ਫਤਿਹ ਬੁਲਾਈ ਅਤੇ ਨਾ ਆਪਣੇ ਮੂੰਹ ਤੋਂ ਇੰਨੀ ਗੱਲ ਕਹੀ ਵੀ ਤੁਸੀਂ ਮੱਥਾ ਨਾ ਟੇਕੋ।
ਅੱਖਾਂ ਸਾਹਮਣੇ ਮੈਂ ਵੇਖੀ ਤੇ ਤੁਸੀਂ ਸਬੂਤ ਦੇ ਸਕਦੇ ਹੋ ਬਿਲਕੁਲ ਮੇਰੇ ਅੱਖਾਂ ਦੇ ਸਾਹਮਣੇ ਜਦੋਂ ਮੈਂ ਵੇਖਿਆ ਵੀ ਪਰਮੇਸ਼ਵਰ ਦੁਆਰ ਸਾਹਿਬ ਤੇ ਮਨ ਨੂੰ ਬੜਾ ਦੁੱਖ ਹੋਇਆ ਵੀ ਚਲੋ ਪਹਿਲਾਂ ਇਹ ਕਹਿੰਦੇ ਵੀ ਮੈਨੂੰ ਨਹੀਂ ਸੀ ਪਤਾ ਮੱਥੇ ਟਿਕਾਉਂਦੇ ਰਹੇ ਪਰ ਹੁਣ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਸੀਂ ਕਹਿ ਰਹੇ ਹਾਂ ਵੀ ਅਸੀਂ ਮੱਥੇ ਟਿਕਾਉਣੇ ਬੰਦ ਕਰ ਦਿੱਤੇ ਨੇ ਸੰਤ ਤੋਂ ਭਾਈ ਬਣ ਗਏ ਤੇ ਹੁਣ ਤੇ ਕਮ ਸੇ ਕਮ ਤੁਸੀਂ ਇਹ ਚੀਜ਼ ਦੇਹ ਦੀ ਪੂਜਾ ਕਰਾਉਣੀ ਜਿਹੜੀ ਉਹ ਬੰਦ ਕਰ ਦਿਓ ਜਾਂ ਫਿਰ ਸੰਗਤ ਨੂੰ ਸਟੇਜ 'ਤੇ ਇਹ ਨਾ ਕਹੋ ਕਿ ਮੈਂ ਮੱਥਾ ਜਿਹੜਾ ਉਹ ਟਿਕਾਉਣਾ ਬੰਦ ਕਰ ਦਿੱਤਾ ਤੇ ਕਹਿਣ ਤੋਂ ਭਾਵ ਦੇ ਨੇ ਕੁਝ ਹੋਰ ਤੇ ਰਾਤ ਨੂੰ ਮੱਥੇ ਟਿਕਾਉਣੇ ਇੱਦਾਂ ਨਹੀਂ ਇਦੋਂ ਬਾਅਦ ਵਿੱਚ ਚਲੋ ਅਸੀਂ ਫਤਿਹ ਬੁਲਾਈ ਤੇ ਮੇਰੇ ਮਨ ਦੇ ਵਿੱਚ ਇਹ ਵਿਸ਼ਾ ਚੱਲ ਰਿਹਾ ਸੀ ਤੇ ਅਸੀਂ ਇਹਨਾਂ ਦੀ ਕੋਠੀ ਦੇ ਵੱਲ ਨੂੰ ਅੰਦਰ ਨੂੰ ਚਲੇ ਗਏ ਤੇ ਫਿਰ ਇਹਨਾਂ ਨੇ ਪੁੱਛਿਆ ਵੀ ਕੀ ਕਾਰਨ ਆਉਣ ਦਾ ਤੇ ਤੁਸੀਂ ਜਦੋਂ ਮਿਲੇ ਤੁਸੀਂ ਮੱਥਾ ਟੇਕਿਆ ਜਾਂ ਫਤਿਹ ਬੁਲਾਈ ਨਹੀਂ ਅਸੀਂ ਤਾਂ ਬਿਲਕੁਲ ਫਤਿਹ ਬੁਲਾਈ ਜੀ ਬਿਲਕੁਲ ਸਾਡਾ ਸਿੱਖ ਦਾ ਫਰਜ਼ ਹੈ ਅੱਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ ਅਸੀਂ ਤਾਂ ਬਿਲਕੁਲ ਫਤਿਹ ਬੁਲਾਈ ਹੈ ਤੇ ਉਦੋਂ ਬਾਅਦ ਵੀ ਜਿੱਦਾਂ ਕੋਠੀ ਦੇ ਵੱਲ ਨੂੰ ਗਏ ਤੇ ਇਹਨਾਂ ਨੇ ਫਿਰ ਪੁੱਛਿਆ ਵੀ ਕੀ ਕਾਰਨ ਤੁਹਾਡਾ ਆਉਣ ਦਾ ਫਿਰ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਭਾਈ ਸਾਹਿਬ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਇਲੈਕਸ਼ਨਾਂ ਹੋਈਆਂ ਨੇ ਆ ਪਿੱਛੇ 2017 ਦੇ ਵਿੱਚ ਉਹਨਾਂ ਦੇ ਵਿੱਚ ਤੁਸੀਂ ਹਰ ਸਟੇਜ 'ਤੇ ਕਹਿੰਦੇ ਆਇਓ ਵੀ ਜਿਹੜੀ ਪੰਜਾਬ ਦੀ ਸੰਗਤ ਏ ਇਹ ਸਹੀ ਚੋਣ ਕਰੇ ਅਤੇ ਅਸੀਂ ਤੁਹਾਨੂੰ ਇਹ ਬੇਨਤੀ ਕਰਨ ਦੇ ਵਾਸਤੇ ਆਏ ਹਾਂ ਵੀ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਚੱਲ ਰਹੀਆਂ ਨੇ ਵਿਧਾਨ ਸਭਾ ਇਲੈਕਸ਼ਨਾਂ ਦੇ ਨਾਲੋਂ ਗੁਰੂ ਕੇ ਸਿੱਖਾਂ ਵਾਸਤੇ ਇਹ ਇਲੈਕਸ਼ਨਾਂ ਜ਼ਰੂਰੀ ਨੇ ਇਹ MLA ਦੀਆਂ ਇਲੈਕਸ਼ਨਾਂ ਨੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਜਾਣੇ ਨੇ ਸਾਨੂੰ ਉਹਦੇ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਅਸੀਂ ਤੁਹਾਨੂੰ ਇਹ ਬੇਨਤੀ ਕਰਨ ਵਾਸਤੇ ਆਏ ਹਾਂ ਕਿ ਤੁਸੀਂ ਉੱਧਰ ਆਪਣਾ ਜਿਹੜਾ ਪੱਖ ਦਿਓ ਅਤੇ ਸੰਗਤ ਨੂੰ ਬੇਨਤੀ ਕਰੋ ਵੀ ਇਹਨਾਂ ਗੁਰਸਿੱਖਾਂ ਦਾ ਸਾਥ ਦਿਓ ਇਸ ਸੰਬੰਧ ਵਿੱਚ ਉਹਨਾਂ ਨੂੰ ਅਸੀਂ ਤੁਸੀਂ ਨਾਂ ਲਿਆ ਵੀ ਕਿਹਦਾ ਸਾਥ ਦਿਓ ਬਿਲਕੁਲ ਹਾਂਜੀ ਅਸੀਂ ਬਿਲਕੁਲ ਕਲੀਅਰਲੀ ਬੇਨਤੀ ਕੀਤੀ ਸੀ ਵੀ ਭਾਈ ਬਲਦੇਵ ਸਿੰਘ ਵਡਾਲਾ ਹੁਣੇ ਸਾਰੇ ਉੱਥੇ ਲੱਗੇ ਹੋਏ ਨੇ ਮੈਦਾਨ ਵਿੱਚ ਉਤਰੇ ਨੇ ਅਤੇ ਤੁਸੀਂ ਉਹਨਾਂ ਦਾ ਸਾਥ ਦਿਓ ਠੀਕ ਹੈ ਅਤੇ ਇਸ ਵਿਸ਼ੇ 'ਤੇ ਸਾਡੀ ਤਕਰੀਬਨ ਸਾਲ ਡੇਢ ਸਾਲ ਪਹਿਲਾਂ ਵੀ ਭਾਈ ਰਣਜੀਤ ਸਿੰਘ ਦੇ ਨਾਲ ਗੱਲਬਾਤ ਹੋਈ ਸੀਗੀ ਉਦੋਂ ਅਜੇ ਇਹਨਾਂ 'ਤੇ ਹਮਲਾ ਨਹੀਂ ਸੀ ਹੋਇਆ ਉਦੋਂ ਅਜੇ ਬਰਗਾੜੀ ਵਾਲਾ ਕਾਂਡ ਹੋਇਆ ਸੀਗਾ ਅਤੇ ਉਦੋਂ ਅਸੀਂ ਭਾਈ ਬਲਦੇਵ ਸਿੰਘ ਵਡਾਲਾ ਹੁਣੇ ਅਤੇ ਅਸੀਂ ਸਾਰੇ ਇਹਨਾਂ ਨੂੰ ਪਰਮੇਸ਼ਰ ਦੁਆਰ ਮਿਲਣ ਵਾਸਤੇ ਗਏ ਸੀਗੇ ਉਦੋਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਬਾਰੇ ਵਿਚਾਰ ਚੱਲੀ ਅਤੇ ਉਦੋਂ ਭਾਈ ਰਣਜੀਤ ਸਿੰਘ ਹੁਣਾਂ ਨੇ ਕਿਹਾ ਸੀ ਕਿ ਭਾਈ ਸਾਹਿਬ ਅਸੀਂ ਤੁਹਾਡਾ ਸਾਥ ਦੇਵਾਂਗੇ ਵੀ ਅਸੀਂ ਆਪ ਨਹੀਂ ਅਸੀਂ ਅੱਗੇ ਲੱਗ ਸਕਦੇ ਵੀ ਤੁਸੀਂ ਅੱਗੇ ਲੱਗੋ ਅਸੀਂ ਤੁਹਾਡਾ ਸਾਥ ਦੇਵਾਂਗੇ ਅਤੇ ਅਸੀਂ ਉਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਵੀ ਇਹਨਾਂ ਨੇ ਕਿਹਾ ਅਤੇ ਚਲੋ ਆਪਾਂ ਇਹਨਾਂ ਨੂੰ ਜਾ ਕੇ ਬੇਨਤੀ ਕਰਦੇ ਹਾਂ ਵੀ ਚਲੋ ਵੀ ਇੱਥੇ ਕਿਹੜਾ ਕਿਸੇ ਨੇ ਕੋਈ MP ਦੀ ਸੀਟ ਲੈਣੀ ਹੈ ਜਾਂ MLA ਦੀ ਸੀਟ ਲੈਣੀ ਹੈ ਵੀ ਆਪਾਂ ਉਹਨਾਂ ਸ਼ਹੀਦਾਂ ਦੀਆਂ ਗੱਲਾਂ ਕਰਦੇ ਹਾਂ ਵੀ ਜਿਨ੍ਹਾਂ ਸ਼ਹੀਦਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਡੰਡਾ ਨਾਲ ਪੁੱਠੇ ਵੱਜ ਕੇ ਸੜੇ ਨੇ ਖੱਲਾ ਲੁਹਾਈਆਂ ਨੇ ਟੋਟੇ ਟੋਟੇ ਹੋਏ ਨੇ ਭਾਈ ਲਛਮਣ ਸਿੰਘ ਧਾਰੋਵਾਲੀ ਵਰਗੇ ਅਤੇ ਆਪਾਂ ਉਹਨਾਂ ਦਾ ਇਤਿਹਾਸ ਸੁਣਾ ਕੇ ਰੋਟੀ ਖਾਂਦੇ ਹਾਂ ਆਪਾਂ ਆਪਣੇ ਆਪ ਨੂੰ ਪ੍ਰਚਾਰਕ ਖਵਾਉਂਦੇ ਹਾਂ ਆਪਾਂ ਵੀ ਪ੍ਰੈਕਟੀਕਲੀ ਕੁਝ ਕਰੀਏ ਨਾ ਸੰਗਤ ਨੂੰ ਜਾ ਕੇ ਦੱਸੀਏ ਵੀ ਸੰਗਤ ਜੀ ਆਹ ਬੰਦੇ ਠੀਕ ਨੇ ਆਹ ਗੁਰਮਤ ਉਲਟ ਨੇ ਇਹਨਾਂ ਦਾ ਸਾਥ ਦਿਓ ਇਹਨਾਂ ਦਾ ਸਾਥ ਨਾ ਦਿਓ ਇਹ ਸੰਬੰਧ ਵਿੱਚ ਅਸੀਂ ਭਾਈ ਰਣਜੀਤ ਸਿੰਘ ਹੋਣਾ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਉੱਥੇ ਸਿੱਖ ਸਦਭਾਵਨਾ ਦਲ ਦਾ ਭਾਈ ਬਲਦੇਵ ਸਿੰਘ ਵਡਾਲਾ ਹੋਣਾ ਦਾ ਸਾਥ ਦਿਓ ਅਤੇ ਜਦੋਂ ਇਹ ਉਹਨਾਂ ਦੇ ਸਾਹਮਣੇ ਵਿਚਾਰ ਰੱਖਿਆ ਤਾਂ ਫਿਰ ਸ਼ਰਤ ਰੱਖੀ ਗਈ ਭਾਈ ਰਣਜੀਤ ਸਿੰਘ ਹੋਣਾ ਵੱਲੋਂ ਵੀ ਆਹ ਮੇਰੀ ਸ਼ਰਤ ਹੈ ਉਹ ਸ਼ਰਤ ਇਹ ਹੈ ਕਿ ਭਾਈ ਰਣਜੀਤ ਸਿੰਘ ਹੋਣਾ ਨੇ ਕਿਹਾ ਸੀ ਵੀ ਜਿਹੜੀ ਅਕਾਲ ਤਖਤ ਦੀ ਮਰਿਆਦਾ ਹੈ ਜਿਹੜੀ ਖਰੜੇ ਦੇ ਰੂਪ ਵਿੱਚ ਜਿਹੜੀ ਅਜੇ ਸਮੂਹ ਪੰਥ ਵੱਲੋਂ ਪ੍ਰਵਾਨ ਜਿਹਨੂੰ ਪੰਥ ਮਤਲਬ ਖਰੜਾ ਮੰਨਦਾ ਹੈ ਹਾਂਜੀ ਅਜੇ ਖਰੜਾ ਕੁਝ ਲੋਕ ਇਹ ਵੀ ਕਹਿੰਦੇ ਕਿ ਮਰਿਆਦਾ ਹੈ ਬਿਲਕੁਲ ਹਾਂਜੀ ਹਾਂਜੀ ਅਸੀਂ ਇਹਨਾਂ ਨੇ ਕਿਹਾ ਵੀ ਭਾਈ ਬਲਦੇਵ ਸਿੰਘ ਵਡਾਲਾ ਹੋਣਾ ਤੋਂ ਬਿਆਨ ਦਵਾਓ ਵੀ ਮੈਂ ਉਸ ਮਰਿਆਦਾ ਨੂੰ ਮੰਨਦਾ ਅਤੇ ਫਿਰ ਮੈਂ ਇਹ ਕਹਿ ਦਿਆਂਗਾ ਕਿ ਦਿੱਲੀ ਦੀ ਸੰਗਤ ਜਿਹੜੀ ਉਹ ਭਾਈ ਬਲਦੇਵ ਸਿੰਘ ਵਡਾਲਾ ਦਾ ਸਾਥ ਦੇਵੇ ਅਤੇ ਮੇਰੇ ਮਨ ਦੇ ਵਿੱਚ ਨਾਲ ਹੀ ਇਹ ਵਿਚਾਰ ਆਈ ਮੈਂ ਕਿਹਾ ਵੀ ਇਹ ਕਾਰਜ ਤਾਂ ਭਾਈ ਸਾਹਿਬ ਪੰਥ ਦੇ ਨੇ ਅਤੇ ਇਹਨਾਂ ਪੰਥ ਦੇ ਕਾਰਜਾਂ ਵਿੱਚ ਸਾਨੂੰ ਸ਼ਰਤਾਂ ਰੱਖ ਕੇ ਨਹੀਂ ਚੱਲਣੀਆਂ ਚਾਹੀਦੀਆਂ ਵੀ ਜਦੋਂ ਭਾਈ ਰਣਜੀਤ ਸਿੰਘ 'ਤੇ ਹਮਲਾ ਹੋਇਆ ਉਦੋਂ ਅਸੀਂ ਵੀ ਸਾਥ ਦਿੱਤਾ ਇਸ ਗੱਲ ਦਾ ਭਾਈ ਰਣਜੀਤ ਸਿੰਘ ਹੋਣਾ ਨੂੰ ਵੀ ਪਤਾ ਵੀ ਅਸੀਂ ਕਿੰਨਾ ਕੁ ਸਾਥ ਦਿੱਤਾ ਇਹਨਾਂ ਦੇ ਪੱਖ ਵਿੱਚ ਹਾਹ ਦਾ ਨਾਰਾ ਵੀ ਮਾਰਿਆ ਵੀ ਚਲੋ ਜੇ ਵਿਚਾਰਕ ਸਾਡੇ ਮਤਭੇਦ ਨੇ ਠੀਕ ਹੈ ਚਲੋ ਲੜਾਈ ਨਹੀਂ ਹੋਣੀ ਚਾਹੀਦੀ ਭਰਾ ਮਾਰੂ ਜੰਗ ਨਹੀਂ ਹੋਣੀ ਚਾਹੀਦੀ ਇਹ ਗੱਲ ਅਸੀਂ ਵੀ ਇਹਨਾਂ ਦੇ ਕੋਲ ਜਾ ਕੇ ਕਹੀ ਅਤੇ ਭਾਈ ਬਲਦੇਵ ਸਿੰਘ ਵਡਾਲਾ ਹੋਣਾ ਨੇ ਵੀ ਇਹਨਾਂ ਦਾ ਉਦੋਂ ਸਾਥ ਦਿੱਤਾ ਸਾਰੀਆਂ ਜਥੇਬੰਦੀਆਂ ਨੇ ਚਲੋ ਇਹਨਾਂ ਦਾ ਸਾਥ ਦਿੱਤਾ ਵੀ ਚਲੋ ਲੜਾਈ ਕਾਹਤੋਂ ਆਪਸ ਵਿੱਚ ਹੋਵੇ ਵੀ ਬੈਠ ਕੇ ਗੱਲਾਂ ਕਰ ਲੈਣੀਆਂ ਚਾਹੀਦੀਆਂ ਨੇ ਅਤੇ ਮੈਂ ਇਹਨਾਂ ਨੂੰ ਉਹ ਗੱਲ ਰਿਪੀਟ ਕਰਕੇ ਦੁਹਰਾ ਕੇ ਕਹੀ ਵੀ ਭਾਈ ਰਣਜੀਤ ਸਿੰਘ ਜੀ ਜਦੋਂ ਉਦੋਂ ਤੁਹਾਡੇ 'ਤੇ ਹਮਲਾ ਹੋਇਆ ਉਦੋਂ ਅਸੀਂ ਇਤਨੀ ਤੁਹਾਡੇ ਸਾਹਮਣੇ ਕੋਈ ਸ਼ਰਤ ਰੱਖੀ ਉਦੋਂ 'ਤੇ ਅਸੀਂ ਤੁਹਾਡਾ ਸਾਥ ਦਿੱਤਾ ਹੈ ਪਰ ਅੱਜ ਜੇ ਕੋਈ ਪੰਥ ਦਾ ਕਾਰਜ ਤਾਂ ਤੁਸੀਂ ਸ਼ਰਤ ਰੱਖ ਰਹੇ ਹੋ ਪਰ ਚਲੋ ਤੁਸੀਂ ਇਹ ਸ਼ਰਤ ਰੱਖੀ ਹੈ ਠੀਕ ਹੈ ਇਹ ਤੁਸੀਂ ਕਿਹਾ ਵੀ ਉਹ ਇਹ ਬਿਆਨ ਦੇ ਦੇਣ ਵੀ ਅਸੀਂ ਇਸ ਖਰੜੇ ਨੂੰ ਜਾਂ ਵੀ ਜਿਹੜੀ ਅਕਾਲ ਤਖਤ ਦੀ ਜਿਹਨੂੰ ਇਹ ਮਰਿਆਦਾ ਕਹਿੰਦੇ ਆ ਵੀ ਅਸੀਂ ਉਹਨੂੰ ਮੰਨਦੇ ਹਾਂ ਅਸੀਂ ਬੇਨਤੀ ਕੀਤੀ ਸੀ ਵੀ ਅਸੀਂ ਭਾਈ ਬਲਦੇਵ ਸਿੰਘ ਜੀ ਹੋਣਾ ਨੂੰ ਬੇਨਤੀ ਕਰਾਂਗੇ ਵੀ ਉਹ ਇਹ ਬਿਆਨ ਦੇ ਦੇਣ ਅਸੀਂ ਵੀ ਆਪਣੇ ਵੱਲੋਂ ਸੰਗਤ ਨੂੰ ਇਹ ਬਿਆਨ ਕਹਿ ਦਿਆਂਗੇ ਵੀ ਹਾਂਜੀ ਅਸੀਂ ਇਸ ਮਰਿਆਦਾ ਨੂੰ ਮੰਨਦੇ ਹਾਂ ਪਰ ਇਹ ਮਰਿਆਦਾ ਅਜੇ ਤੱਕ ਜਿਹੜੀ ਉਹ ਵਿਵਾਦਾਂ ਵਿੱਚ ਹੈ
ਵੀ ਅਜੇ ਤੱਕ ਇਹਦੇ ਵਿੱਚ ਕੁਝ ਇਹ ਅਜਿਹੀਆਂ ਗੱਲਾਂ ਨੇ ਜਿਹੜੀਆਂ ਹੱਲ ਨਹੀਂ ਹੋ ਸਕੀਆਂ, ਜਿਨ੍ਹਾਂ ਕਾਰਨ ਸਮੂਹ ਪੰਥ ਨੇ ਅਜੇ ਉਹਨੂੰ ਪ੍ਰਵਾਨ ਨਹੀਂ ਕੀਤਾ। ਠੀਕ ਤੇ ਵੀ ਸਾਨੂੰ ਉਹ ਗੱਲਾਂ, ਉਹ ਜਿਹੜੇ ਸਵਾਲ ਨੇ ਵੀ ਉਹਦੇ ਸਾਨੂੰ ਜਵਾਬ ਵੀ ਨਾਲ ਦੇ ਦਿਓ ਵੀ ਕੱਲ੍ਹ ਨੂੰ ਅਸੀਂ ਜਾਂ ਭਾਈ ਬਲਦੇਵ ਸਿੰਘ ਵਡਾਲਾ ਸੰਗਤ ਵਿੱਚ ਕਿਤੇ ਕਹਿਣ ਵੀ ਇਸ ਮਰਿਆਦਾ ਨੂੰ ਮੰਨੋ, ਤੇ ਜੇ ਸੰਗਤ ਵਿੱਚੋਂ ਉੱਠ ਕੇ ਕੋਈ ਉਹਨਾਂ ਨੂੰ ਕੋਈ ਸਵਾਲ ਕਰੇਗਾ ਵੀ ਆਹ ਗੱਲਾਂ ਜਿਹੜੀਆਂ ਨੇ ਉਸ ਮਰਿਆਦਾ ਦੀਆਂ ਨੇ, ਤੇ ਫਿਰ ਭਾਈ ਵਡਾਲਾ ਜੀ ਦੇ ਕੋਲ ਜਾਂ ਸਾਡੇ ਕੋਲ ਜਾਂ ਹੋਰ ਵੀ ਜਿਨ੍ਹਾਂ ਨੂੰ ਅਸੀਂ ਬੇਨਤੀ ਕਰਾਂਗੇ ਉਹਨਾਂ ਦੇ ਕੋਲ ਜਵਾਬ ਹੋਣੇ ਚਾਹੀਦੇ ਨੇ। ਉਹਦੇ ਸੰਬੰਧ ਵਿੱਚ ਤੁਸੀਂ ਸਾਨੂੰ ਨਾਲ ਜਵਾਬ ਵੀ ਦੇ ਦਿਓ। ਫਿਰ ਇਹਨਾਂ ਨੇ ਕਿਹਾ ਵੀ ਦੱਸੋ ਉਹਦੇ ਬਾਰੇ ਕੀ ਦੁਬਿਧਾ ਹੈਗੀ ਆ ਜਾਂ ਕੀ ਸਵਾਲ ਹੈਗੇ ਆ। ਅਸੀਂ ਇਹਨਾਂ ਦੇ ਸਾਹਮਣੇ ਸਵਾਲ ਪਹਿਲਾਂ ਰੱਖਿਆ ਸੀ ਵੀ ਮੂਲ ਮੰਤਰ ਜਿਹੜਾ ਵੀ ਅਸੀਂ ਮੰਨਦੇ ਹਾਂ ਵੀ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਪ੍ਰਵਾਨਿਤ ਹੈ, ਔਰ ਜਥੇਬੰਦੀਆਂ ਸਮੂਹ ਸੰਗਤਾਂ ਜਿਹੜੀਆਂ ਨੇ ਗੁਰੂ ਨਾਨਕ ਨਾਮ ਲੇਵਾ ਸਿੰਘ ਸੰਗਤਾਂ ਜਿਹੜੀਆਂ ਨੇ ਉਹ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਮੰਨਦੀਆਂ ਨੇ ਸੰਪੂਰਨ। ਅਤੇ ਜਿਹੜੀ ਇਹ ਮਰਿਆਦਾ ਜਿਹਨੂੰ ਤੁਸੀਂ ਮੰਨਣ ਲਈ ਕਹਿ ਰਹੇ ਹੋ ਇਹਦੇ ਵਿੱਚ ਮੂਲ ਮੰਤਰ ਗੁਰਪ੍ਰਸਾਦ ਤੱਕ ਲਿਖਿਆ ਹੋਇਆ। ਅਤੇ ਮੇਰਾ ਇਹ ਸਵਾਲ ਸੀ ਭਾਈ ਰਣਜੀਤ ਸਿੰਘ ਹੋਣਾ ਨੂੰ ਵੀ ਤੁਸੀਂ ਕਿੱਥੋਂ ਤੱਕ ਮੰਨਦੇ ਹੋ, ਅਤੇ ਭਾਈ ਰਣਜੀਤ ਸਿੰਘ ਹੋਣਾ ਦਾ ਇਹ ਜਵਾਬ ਸੀ ਕਿ ਮੈਂ ਪਹਿਲਾਂ ਤਾਂ 15 ਸਾਲ ਨਾਨਕ ਹੋਸੀ ਵੀ ਸੱਚ ਤੱਕ ਮੰਨਦਾ ਰਿਹਾ, ਹੁਣ ਮੈਂ 2 ਕੁ ਸਾਲ ਤੋਂ ਮੂਲ ਮੰਤਰ ਜਿਹੜਾ ਉਹ ਗੁਰਪ੍ਰਸਾਦ ਤੱਕ ਮੰਨ ਰਿਹਾ ਵੀ ਮੈਂ ਪਹਿਲਾਂ 5 ਪਿਆਰਿਆਂ ਨੂੰ, ਪਹਿਲਾਂ ਜਿਹੜੇ ਮੇਰੇ 5 ਪਿਆਰੇ ਸੀ ਉਹ ਨਾਨਕ ਹੋਸੀ ਵੀ ਸੱਚ ਤੱਕ ਅੰਮ੍ਰਿਤ ਸੰਚਾਰ ਕਰਾਉਂਦੇ ਰਹੇ, ਹੁਣ ਜੋ 2 ਕੁ ਸਾਲ ਤੋਂ ਮੈਂ ਆਪਣੇ 5 ਪਿਆਰਿਆਂ ਨੂੰ ਕਿਹਾ ਹੋਇਆ ਵੀ ਮੂਲ ਮੰਤਰ ਜਿਹੜਾ ਉਹ ਗੁਰਪ੍ਰਸਾਦ ਤੱਕ ਕਹਿ ਕੇ ਅੰਮ੍ਰਿਤ ਸੰਚਾਰ ਕਰਾਓ। ਅਤੇ ਫਿਰ ਨਾਲ ਹੀ ਮੈਨੂੰ ਇਸ ਗੱਲ 'ਤੇ ਥੋੜ੍ਹਾ ਹਾਸਾ ਵੀ ਆਇਆ ਵੀ ਇਹ ਬਿਲਕੁਲ ਹੀ ਬੱਚਿਆਂ ਵਾਲੀ ਗੱਲ ਹੈ, ਅਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਜੀ ਫਿਰ ਤਾਂ ਜਿਹੜਾ ਤੁਸੀਂ ਪਹਿਲਾਂ 15 ਸਾਲ ਅੰਮ੍ਰਿਤ ਸੰਚਾਰ ਕਰਾਇਆ ਉਹ ਸਾਰੇ ਗਲਤ ਹੋ ਗਿਆ ਵੀ ਜਿਹਨਾਂ ਨੂੰ ਤੁਸੀਂ ਪਹਿਲਾਂ 15 ਸਾਲ ਅੰਮ੍ਰਿਤ ਛਕਾਇਆ ਉਹ ਸਾਰੀਆਂ ਸੰਗਤਾਂ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤਾਂ ਕਹਿਣਗੀਆਂ, ਹੁਣ ਜਿਹਨਾਂ ਨੂੰ ਤੁਸੀਂ 2 ਸਾਲਾਂ ਵਿੱਚ ਛਕਾ ਰਹੇ ਹੋ ਉਹ ਮੂਲ ਮੰਤਰ ਗੁਰਪ੍ਰਸਾਦ ਤਾਂ ਕਹਿਣਗੇ। ਮੈਂ ਕਿਹਾ ਜੀ ਇਹ ਤਾਂ ਤੁਹਾਡੀ ਆਪਣੀ ਸੰਗਤ ਵਿੱਚ ਹੀ ਦੁਬਿਧਾ ਪੈ ਗਈ। ਕੀ ਕਹਿੰਦੇ ਵੀ ਇਹ ਤੁਹਾਡੀਆਂ ਅੱਧੀਆਂ ਸੰਗਤਾਂ ਗੁਰਪ੍ਰਸਾਦ ਤੱਕ ਅਤੇ ਅੱਧੀਆਂ ਸੰਗਤਾਂ ਨਾਨਕ ਹੋਸੀ ਵੀ ਸੱਚ ਤੱਕ ਮੰਨਣਗੀਆਂ। ਅਤੇ ਭਾਈ ਰਣਜੀਤ ਸਿੰਘ ਹੁਣੇ ਕਹਿੰਦੇ ਨਹੀਂ ਮੈਂ ਇੱਥੋਂ ਤੱਕ ਇਹ ਗੁਰਪ੍ਰਸਾਦ ਤੱਕ ਹੀ ਹੁਣ ਮੰਨਦਾ ਵਾਂ ਵੀ ਚਲੋ ਪਹਿਲਾਂ ਜਿੱਦਾਂ ਸੀ ਠੀਕ ਨਹੀਂ। ਸਵਾਲ ਇਹ ਵੀ ਉੱਠਦਾ ਵੀ ਪਹਿਲਾਂ ਮਤਲਬ ਗਲਤ ਸੀ ਜਾਂ ਹੁਣ ਗਲਤ ਆ? ਨਹੀਂ ਉਹ ਉਹਨਾਂ ਦਾ ਉੱਤਰ ਇਹੀ ਸੀ ਵੀ ਪਹਿਲਾਂ ਮੈਂ ਆਹ ਕਰਾਉਂਦਾ ਸੀ ਹੁਣ ਮੈਂ ਇਹਨੂੰ ਸਹੀ ਮੰਨਦਾ, ਪਹਿਲਾਂ ਮੈਂ ਨਾਨਕ ਹੋਸੀ ਵੀ ਸੱਚ ਵਾਲਾ ਸਹੀ ਮੰਨਦਾ ਸੀ ਹੁਣ ਮੈਂ ਗੁਰਪ੍ਰਸਾਦ ਵਾਲਾ ਜਿਹੜਾ ਇਹਦੇ 'ਚੋਂ ਇੱਕ ਨੂੰ ਤਾਂ ਗਲਤ ਕਹਿਣਾ ਪਊਗਾ। ਹਾਂਜੀ ਹਾਂਜੀ ਉਹ ਉਹਨੂੰ ਗਲਤ ਫਿਰ ਉਹਨੂੰ ਕਹਾਂਗੇ ਜੀ ਜਿਹੜਾ ਉਹਨਾਂ ਨੇ ਛੱਡ ਦਿੱਤਾ ਗਲਤ, ਤੇ ਫਿਰ ਉਹੀ ਉਹਨਾਂ ਦੇ ਹਿਸਾਬ ਨਾਲ ਹੋਇਆ ਨਾ। ਫਿਰ ਮੈਂ ਇਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਜੀ ਫਿਰ ਤਾਂ ਤੁਹਾਡਾ ਸਾਰਾ ਪਿਛਲਾ ਅੰਮ੍ਰਿਤ ਸੰਚਾਰ ਗਲਤ ਹੋ ਗਿਆ, ਦੁਬਾਰਾ ਤੋਂ ਤੁਹਾਨੂੰ ਸਾਰੀ ਸੰਗਤ ਨੂੰ ਸੱਦ ਕੇ ਅਤੇ ਸੰਗਤ ਨੂੰ ਅੰਮ੍ਰਿਤ ਸੰਚਾਰ ਕਰਾਉਣਾ ਚਾਹੀਦਾ, ਛਕਾਉਣਾ ਚਾਹੀਦਾ ਅਤੇ ਦੱਸਣਾ ਚਾਹੀਦਾ ਵੀ ਪਹਿਲਾਂ ਆਪਾਂ ਗਲਤ ਸੀ ਹੁਣ ਆ ਨਾਨਕ ਗੁਰਪ੍ਰਸਾਦ ਵਾਲਾ ਜਿਹੜਾ ਉਹ ਸਹੀ ਆ। ਅਤੇ ਕਹਿੰਦੇ ਵੀ ਨਹੀਂ ਅਖੇ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਨੇ ਉਹ ਵੀ ਤੇ ਗੁਰਪ੍ਰਸਾਦ ਤੱਕ ਹੀ ਮੰਨਦੇ ਨੇ, ਤੇ ਮੈਂ ਇਹਨਾਂ ਨੂੰ ਬੇਨਤੀ ਕਰਕੇ ਆਖਿਆ, ਮੈਂ ਆਖਿਆ ਜੀ ਵੀ ਚਲੋ ਜਿਹੜੇ ਮਹਾਰਾਜ ਦੀ ਹਜ਼ੂਰੀ 'ਚ ਜਦੋਂ ਸਿੰਘ ਸਾਹਿਬ ਬਹਿ ਜਾਂਦੇ ਨੇ ਚਲੋ ਉਹ ਠੀਕ ਗੁਰਪ੍ਰਸਾਦ ਤੱਕ ਉਦੋਂ ਪੜ੍ਹੀ ਜਾਂਦੇ ਹੋਣਗੇ, ਉਹਨਾਂ ਦਾ ਇੱਕ ਸਿਸਟਮ ਹੈ, ਉਹ ਸ਼੍ਰੋਮਣੀ ਕਮੇਟੀ ਇੱਕ ਅਦਾਰਾ ਹੈ, ਉਹਨਾਂ ਨੂੰ ਆਪਣੇ ਅਦਾਰੇ ਮੁਤਾਬਕ ਚੱਲਣਾ ਪੈਂਦਾ। ਪਰ ਉਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਹੁੰਦਾ ਹੈ ਜਿਹੜਾ ਰੋਜ਼ਾਨਾ ਸ਼ਾਮ ਨੂੰ ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਸ਼ਸਤਰਾਂ ਦੇ ਦਰਸ਼ਨ ਕਰਾਉਂਦਾ ਹੈ। ਰੋਜ਼ ਅਕਾਲ ਤਖਤ ਸਾਹਿਬ 'ਤੇ ਸ਼ਾਮ ਨੂੰ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਨੇ, ਉਹਨਾਂ ਸ਼ਸਤਰਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਚੱਕਰ ਵੀ ਵਿਖਾਏ ਜਾਂਦੇ ਨੇ ਅਤੇ ਉਹ ਵੀ ਜਿਹੜਾ ਮੁਲਾਜ਼ਮ ਹੈ ਉਹ ਸ਼੍ਰੋਮਣੀ ਕਮੇਟੀ ਦਾ ਹੀ ਹੁੰਦਾ ਹੈ, ਸ਼੍ਰੋਮਣੀ ਕਮੇਟੀ ਦਾ ਹੀ ਉਹ ਸੇਵਾਦਾਰ ਹੁੰਦਾ ਹੈ। ਉਹ ਬਾਬਾ ਦੀਪ ਸਿੰਘ ਜੀ ਦਾ ਚੱਕਰ ਸੰਗਤ ਨੂੰ ਵਿਖਾ ਕੇ ਕਹਿੰਦਾ ਸਾਧ ਸੰਗਤ ਜੀ ਆਹ ਬਾਬਾ ਦੀਪ ਸਿੰਘ ਜੀ ਦਾ ਚੱਕਰ ਹੈ, ਇਹਦੇ ਉੱਤੇ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਲਿਖਿਆ ਹੋਇਆ। ਮੈਂ ਕਿਹਾ ਜੀ ਇਹ ਸ਼ਬਦ ਉਹ ਸੇਵਾਦਾਰ ਦੇ ਹੁੰਦੇ ਨੇ ਅਤੇ ਇਹ ਆਵਾਜ਼ ਆਉਂਦੀ ਹੈ ਰੋਜ਼ ਸ਼ਾਮ ਨੂੰ ਅਕਾਲ ਤਖਤ ਸਾਹਿਬ ਤੋਂ, ਅਕਾਲ ਤਖਤ ਸਾਹਿਬ ਤੋਂ ਰੋਜ਼ ਇਹ ਸ਼ਬਦ ਵਰਤੇ ਜਾਂਦੇ ਨੇ ਵੀ ਆਹ ਬਾਬਾ ਦੀਪ ਸਿੰਘ ਦੇ ਚੱਕਰ ਨੇ, ਇਹਨਾਂ ਉੱਤੇ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਲਿਖਿਆ ਹੋਇਆ। ਅਤੇ ਅੱਗੋਂ ਭਾਈ ਰਣਜੀਤ ਸਿੰਘ ਹੋਣਾ ਦਾ ਜਵਾਬ ਇਹ ਸੀ ਵੀ ਹੁਣ ਚੱਕਰਾਂ ਵੱਲ ਵੇਖਣ ਲੱਗ ਪਈਏ, ਹੁਣ ਚੱਕਰਾਂ ਵੱਲ ਵੇਖਣ ਲੱਗ ਪਈ, ਮਤਲਬ ਬਾਬਾ ਦੀਪ ਸਿੰਘ ਦੇ ਚੱਕਰਾਂ ਵੱਲ ਦੇਖਣ ਪਈ। ਤੇ ਮੇਰਾ ਜਦੋਂ ਇਹ ਇਹਨਾਂ ਨੇ ਸ਼ਬਦ ਕਹੇ ਤੇ ਮੈਂ ਬਿਲਕੁਲ ਹੈਰਾਨ ਹੋਇਆ। ਮੈਂ ਕਿਹਾ ਜੀ ਵੀ ਜੇ ਅਸੀਂ ਬਾਬਾ ਦੀਪ ਸਿੰਘ ਦੇ ਚੱਕਰਾਂ ਵੱਲ ਨਹੀਂ ਵੇਖਣਾ ਵੀ ਬਾਬਾ ਦੀਪ ਸਿੰਘ ਦੇ ਚੱਕਰ 17ਵੀਂ ਸਦੀ ਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥੋਂ ਉਹਨਾਂ ਨੇ ਅੰਮ੍ਰਿਤਪਾਨ ਕੀਤਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਕਿੰਨਾ ਸਮਾਂ ਮਹਾਰਾਜ ਦੇ ਕੋਲ ਰਹੇ ਨੇ, ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਕੋਲੋਂ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਨੂੰ ਲਿਖਾਰੀ ਲਾ ਕੇ ਦਮਦਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਾਇਆ ਹੈ, ਫਿਰ ਮਹਾਰਾਜ ਨੇ ਉਹਨਾਂ ਨੂੰ ਸੇਵਾ ਦਿੱਤੀ ਹੈ ਗੁਰਬਾਣੀ ਲਿਖਣ ਦੀ, ਸੰਥਿਆ ਕਰਾਉਣ ਦੀ, ਅਰਥ ਪੜ੍ਹਾਉਣ ਦੀ, ਵੀ ਕਹਿਣ ਤੋਂ ਭਾਵ ਜੇ ਅਸੀਂ ਇਹੋ ਜਿਹੇ ਗੁਰਸਿੱਖਾਂ ਦੇ ਜਿਹੜੇ ਚੱਕਰ ਨੇ ਜੇ ਉਹਨਾਂ ਤੋਂ ਅਸੀਂ ਕੋਈ ਸੇਧ ਨਹੀਂ ਲੈਣੀ ਤਾਂ ਫਿਰ ਅਸੀਂ ਕਿਹਦੇ ਵੱਲ ਵੇਖਣਾ ਜੇ ਬਾਬਾ ਦੀਪ ਸਿੰਘ ਦੇ ਚੱਕਰਾਂ ਵੱਲ ਨਹੀਂ ਵੇਖਣਾ। ਫਿਰ ਮੈਂ ਨਾਲ ਹੀ ਬੇਨਤੀ ਕੀਤੀ, ਮੈਂ ਕਿਹਾ ਜੀ ਫਿਰ ਦਰਬਾਰ ਸਾਹਿਬ ਦੇ ਉੱਪਰ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ 18ਵੀਂ ਸਦੀ ਦੇ ਵਿੱਚ, ਉਹਦੇ ਉੱਪਰ ਜਿਹੜਾ ਮੂਲ ਮੰਤਰ ਹੈ ਉਹ ਵੀ ਨਾਨਕ ਹੋਸੀ ਵੀ ਸੱਚ
ਤੇ ਜਿਹੜਾ ਮੂਲ ਜਿਹੜੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ ਉਹਦੇ ਵਿੱਚ ਵੀ ਮੂਲ ਮੰਤਰ ਜਿਹੜਾ ਉਹ ਨਾਨਕ ਹੋਸੀ ਭੀ ਸੱਚ ਤੱਕ ਦਾ ਜਿਹੜਾ ਉਹ ਹਵਾਲਾ ਆਉਂਦਾ ਹੈ, ਤੇ ਜਿਹੜਾ ਸੋਨੇ ਦੇ ਉੱਤੇ ਲਿਖਿਆ ਹੋਇਆ ਦਰਬਾਰ ਸਾਹਿਬ ਦੇ ਉੱਪਰ ਉਹ ਵੀ ਨਾਨਕ ਹੋਸੀ ਭੀ ਸੱਚ ਤੱਕ ਲਿਖਿਆ ਹੋਇਆ। ਤੇ ਫਿਰ ਮੈਨੂੰ ਕਹਿੰਦੇ ਜੀ ਵੀ ਨਹੀਂ, ਮੈਂ ਗੁਰਪ੍ਰਸਾਦ ਨੂੰ ਮੰਨਦਾ। ਮੈਂ ਆਖਿਆ ਜੀ ਵੀ ਤੁਸੀਂ ਕੋਈ ਦਲੀਲ ਦਿਓ, ਕੋਈ ਦਲੀਲ ਦਿਓ ਵੀ ਤੁਸੀਂ ਕਿਹੜੇ ਹਿਸਾਬ ਨਾਲ ਮੰਨਦੇ ਹੋ। ਕਹਿੰਦੇ ਵੀ ਅਸੀਂ ਆਖੇ ਜੀ ਜਿਹੜਾ ਉਹ ਆਦਿ ਸੱਚ ਵਾਲਾ ਉਹ ਸਲੋਕ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਉਹ ਸਲੋਕ ਹੈ। ਤੇ ਮੇਰੀ ਬੇਨਤੀ ਇਹ ਸੀ ਵੀ ਉੱਥੇ ਲਿਖਿਆ ਹੋਇਆ ਵੀ ਸਲੋਕ ਹੈ, ਮਹਾਰਾਜ ਉੱਤੇ ਲਿਖ ਕੇ ਗਏ ਨੇ ਵੀ ਉਹ ਸਲੋਕ ਹੈ। ਆਖੇ ਨਹੀਂ ਜੀ ਉਹ ਸਲੋਕ ਹੈ। ਤੇ ਕਹਿੰਦੇ ਜੀ ਨਹੀਂ ਉਹ ਸੁਖਮਨੀ ਸਾਹਿਬ ਵਿੱਚ ਲਿਖਿਆ ਹੈ ਨਾ, ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਮੈਂ ਆਖਿਆ ਜੀ ਇੱਥੇ ਹੈ ਭੀ ਸੱਚ, ਉੱਥੇ ਹੈ ਭੇ ਸੱਚ, ਵੀ ਇੱਥੇ ਸਿਆੜੀਆਂ ਦਾ ਫਰਕ ਹੈ। ਉਹ ਸੁਖਮਨੀ ਸਾਹਿਬ 'ਚ, ਜਪਜੀ ਸਾਹਿਬ 'ਚ, ਨਾਲੇ ਬਸੰਤ ਕੀ ਵਾਰ ਜਿਹੜੀ ਏ ਉਹਦੇ ਤਿੰਨ ਪਦ ਨੇ, ਤੇ ਤਿੰਨ ਪਦ ਨੇ ਬਸੰਤ ਕੀ ਵਾਰ ਦੇ, ਪਰ ਉੱਤੇ ਗੁਰੂ ਸਾਹਿਬ ਲਿਖ ਕੇ ਗਏ ਨੇ ਬਸੰਤ ਕੀ ਵਾਰ। ਤੇ ਮੈਂ ਆਖਿਆ ਜੀ ਫਿਰ ਜਦੋਂ ਆਹ ਬਾਣੀ ਲਿਖੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਇੱਥੇ ਤਾਂ ਜੇ ਬਾਣੀ ਲਿਖਣੀ ਸ਼ੁਰੂ ਕੀਤੀ ਸੀ, ਇੱਥੇ ਕਿਹੜਾ ਮਹਾਰਾਜ ਦੇ ਕੋਲੋਂ ਸ਼ਾਹੀ ਮੁੱਕਦੀ ਸੀ ਵੀ ਜਿਹੜਾ ਉੱਤੇ ਉਹ ਸਲੋਕ ਲਿਖਣਾ ਭੁੱਲ ਗਏ, ਵੀ ਜੇ ਇਹਨੂੰ ਸਲੋਕ ਕਹਿਣਾ ਹੁੰਦਾ ਤੇ ਮਹਾਰਾਜ ਉੱਤੇ ਸਲੋਕ ਜਿਹੜਾ ਉਹ ਲਿਖ ਕੇ ਦੇ ਕੇ ਜਾਂਦੇ। ਖੈਰ ਕਾਫੀ ਇਹਦੇ ਤੇ ਜਿਹੜੀ ਉਹ ਵਿਚਾਰ ਹੋਈ, ਪਰ ਭਾਈ ਰਣਜੀਤ ਸਿੰਘ ਹੁਣ ਬਿਨਾਂ ਕਿਸੇ ਦਲੀਲ ਤੋਂ ਸਿਰਫ ਤੇ ਸਿਰਫ ਇੰਨੀ ਗੱਲ ਤੇ ਅੜੇ ਰਿਹਾ ਵੀ ਨਹੀਂ ਜੀ ਮੈਂ ਗੁਰਪ੍ਰਸਾਦਾ ਕੇ ਮੰਨਦਾ। ਮੈਂ ਕਿਹਾ ਜੀ ਚਲੋ ਤੁਹਾਡੀ ਇੱਛਾ ਹੈ, ਜਿਵੇਂ ਤੁਹਾਨੂੰ ਠੀਕ ਲੱਗਦਾ। ਫਿਰ ਉਦੋਂ ਬਾਅਦ ਵਿੱਚ ਦੂਜੀ ਵਿਚਾਰ ਹੋਈ ਨਿਤਨੇਮ ਦੀਆਂ ਬਾਣੀਆਂ। ਮੈਂ ਕਿਹਾ ਜੀ ਜਦੋਂ ਅੰਮ੍ਰਿਤ ਸੰਚਾਰ ਕਰਾਇਆ ਜਾਂਦਾ ਉਦੋਂ ਇਹ ਕਿਹਾ ਜਾਂਦਾ ਵੀ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ ਤੇ ਆਨੰਦ ਸਾਹਿਬ, ਇਹ ਬਾਣੀਆਂ ਅੰਮ੍ਰਿਤ ਸੰਚਾਰ ਵੇਲੇ ਪੜ੍ਹੀਆਂ ਜਾਂਦੀਆਂ ਨੇ, ਤੇ ਸਿੱਖ ਨੂੰ ਹੁਕਮ ਹੈ ਵੀ ਇਹ 5 ਸਵੇਰੇ ਪੜ੍ਹੇ ਤੇ ਰਹਿਰਾਸ ਸਾਹਿਬ, 16 ਸਾਹਿਬ ਸ਼ਾਮ ਨੂੰ ਪੜ੍ਹੇ। ਪਰ ਮੈਂ ਕਿਹਾ ਜੀ ਪਰ ਜਿਹੜੀ ਤੁਹਾਡੇ ਵਾਲੀ ਮਰਿਆਦਾ ਹੈ, ਜਿਹਨੂੰ ਤੁਸੀਂ ਜਿਹਦਾ ਪ੍ਰਚਾਰ ਤੁਸੀਂ ਕਰਨ ਵਾਸਤੇ ਸਾਨੂੰ ਕਹਿ ਰਹੇ ਹੋ, ਉਸ ਮਰਿਆਦਾ ਵਿੱਚ ਇਹ ਲਿਖਿਆ ਹੋਇਆ ਵੀ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਸਿੱਖ ਸਵੇਰੇ ਪੜ੍ਹ ਲੈ, ਤੇ ਚੌਪਈ ਸਾਹਿਬ ਤੇ ਆਨੰਦ ਸਾਹਿਬ ਦੀਆਂ 6 ਪੌੜੀਆਂ ਸ਼ਾਮ ਨੂੰ ਪੜ੍ਹ ਲੈ। ਤੇ ਮੈਂ ਕਿਹਾ ਜੀ ਵੀ ਫਿਰ ਤੁਸੀਂ ਇਹ ਸ਼ੁਰੂ ਕਰੋ ਆਪਣੇ ਪਰਮੇਸ਼ਰ ਦੁਆਰ, ਸ਼ਾਮ ਨੂੰ ਚੌਪਈ ਸਾਹਿਬ ਤੇ ਆਨੰਦ ਸਾਹਿਬ ਦੀਆਂ 6 ਪੌੜੀਆਂ। ਕਹਿੰਦੇ ਨੇ ਜਦੋਂ ਆਖੇ ਅਕਾਲ ਤਖਤ ਵਾਲੇ ਇੱਦਾਂ ਕਰਨਗੇ ਉਦੋਂ ਕਰ ਲਾਂਗੇ। ਮੈਂ ਕਿਹਾ ਜੀ ਤੁਹਾਡੀਆਂ ਤੇ 5ਵੀਂ ਨਹੀਂ ਬਣੀਆਂ, ਚਲੋ ਜੇ ਤੁਸੀਂ ਰਹਿਰਾ ਸਾਹਿਬ ਤੇ 16 ਸਾਹਿਬ ਨੂੰ ਪਿੱਛੇ ਛੱਡ ਦਿੱਤਾ, ਆਹ ਹੀ 5 ਕਰ ਲਓ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਤੇ ਆਨੰਦ ਸਾਹਿਬ ਵੀ ਪੂਰਾ ਕਰ ਲਓ, ਤੁਹਾਡੀਆਂ ਤੇ ਆਨੰਦ ਸਾਹਿਬ ਦੀਆਂ ਵੀ 6 ਪੌੜੀਆਂ ਨੇ, ਤੇ ਇਹ 5ਵੀਂ ਤੇ ਜਿੱਦਾਂ ਵੀ 4.25 ਬਾਣੀਆਂ ਹੋ ਗਈਆਂ ਆਨੰਦ ਸਾਹਿਬ ਦੀਆਂ ਵੀ, ਤੁਸੀਂ 6 ਪੌੜੀਆਂ ਨੇ ਵੀ ਇਹਨੂੰ ਪੂਰੀਆਂ 5 ਬਾਣੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ। ਤੇ ਜੇ ਤੁਸੀਂ ਮੰਨਦੇ ਹੋ ਵੀ ਅਸੀਂ ਇਸ ਮਰਿਆਦਾ ਨੂੰ ਮੰਨਦੇ ਹਾਂ, ਤੇ ਜੇ ਤੁਸੀਂ ਇਸ ਮਰਿਆਦਾ ਨੂੰ ਮੰਨਣ ਵਾਸਤੇ ਸੰਗਤ ਨੂੰ ਕਹਿ ਰਹੇ ਹੋ, ਫਿਰ ਤੁਸੀਂ ਆਪਣੇ ਡੇਰੇ ਵਿੱਚ ਇਹਨੂੰ ਲਾਗੂ ਕਰੋ, ਸ਼ਾਮ ਨੂੰ ਚੌਪੀ ਸਾਹਿਬ ਤੇ ਆਨੰਦ ਸਾਹਿਬ ਦੀਆਂ 6 ਪੌੜੀਆਂ ਕਰੋ। ਤੇ ਕਹਿੰਦੇ ਨਹੀਂ ਜਦੋਂ ਅਕਾਲ ਤਖਤ ਵਾਲੇ ਕਰ ਲੈਣਗੇ ਉਦੋਂ ਮੈਂ ਕਰਾਂਗਾ। ਤੇ ਮੈਂ ਕਿਹਾ ਜੀ ਚਲੋ ਠੀਕ ਹੈ ਜੀ ਵੀ ਇਹ, ਪਰ ਮਹਾਰਾਜ ਦਾ ਤੇ ਹੁਕਮ ਇਹ ਹੈ ਵੀ 5 ਸਿੱਖ ਗੁਰੂ ਕਾ ਸਿੱਖ ਸਵੇਰੇ ਪੜ੍ਹੇ ਤੇ ਸ਼ਾਮ ਨੂੰ ਰਹਿਰਾ ਸਾਹਿਬ ਤੇ 16 ਸਾਹਿਬ ਪੜ੍ਹੇ। ਉਦੋਂ ਬਾਅਦ ਵਿੱਚ ਸਾਡੀ ਵਿਚਾਰ ਹੋਈ ਵੀ ਅੰਮ੍ਰਿਤ ਸੰਚਾਰ ਦੇ ਵਿੱਚ ਜੋ ਬੀਬੀਆਂ ਲੱਗ ਸਕਦੀਆਂ ਨੇ ਇਹ ਉਸ ਮਰਿਆਦਾ ਦੇ ਵਿੱਚ ਲਿਖਿਆ ਹੋਇਆ। ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਵੀ ਭਾਈ ਸਾਹਿਬ ਜੀ ਇਹਦੇ ਉੱਤੇ ਵੀ ਪੰਥ ਦੇ ਵਿੱਚ ਅਜੇ ਤੱਕ ਦੁਬਧਾ ਹੈ, ਪਰ ਜੇ ਤੁਸੀਂ ਸਾਨੂੰ ਕਹਿੰਦੇ ਹੋ ਵੀ ਇਸ ਮਰਿਆਦਾ ਦਾ ਪ੍ਰਚਾਰ ਕਰੋ, ਪਰ ਇਸ ਮਰਿਆਦਾ ਵਿੱਚ ਲਿਖਿਆ ਹੋਇਆ ਵੀ ਅੰਮ੍ਰਿਤ ਸੰਚਾਰ ਦੀ ਸੇਵਾ ਵਿੱਚ ਬੀਬੀਆਂ ਸੇਵਾ ਨਿਭਾ ਸਕਦੀਆਂ ਨੇ, ਤੇ ਮੈਂ ਕਿਹਾ ਜੀ ਠੀਕ ਹੈ ਅਸੀਂ ਇਸ ਗੱਲ ਦਾ ਪ੍ਰਚਾਰ ਕਰਾਂਗੇ ਸੰਗਤ ਵਿੱਚ ਇਸ ਮਰਿਆਦਾ ਦਾ, ਤੁਸੀਂ ਇੱਦਾਂ ਕਰੋ ਵੀ ਤੁਸੀਂ ਸਵੇਰੇ 5 ਪਿਆਰਿਆਂ ਦੇ ਵਿੱਚ ਸਵੇਰ ਤੋਂ ਬੀਬੀਆਂ ਨੂੰ ਮੌਕਾ ਦੇਣਾ ਸ਼ੁਰੂ ਕਰੋ। ਜੇ ਤੁਸੀਂ ਕਹਿੰਦੇ ਹੋ ਵੀ ਮੈਂ ਇਸ ਮਰਿਆਦਾ ਆਪਣੇ ਪਹਿਲਾਂ ਪਰਮੇਸ਼ਰ ਦਰਬਾਰ ਸ਼ੁਰੂ ਕਰੋ, ਆਪਣੇ ਸ਼ੁਰੂ ਕਰੋ ਵੀ ਮਰਿਆਦਾ ਨੂੰ ਜੇ ਤੁਸੀਂ ਕਹਿੰਦੇ ਹੋ ਮੰਨਣ ਵਾਸਤੇ ਫਿਰ ਉਹਨੂੰ ਲਾਗੂ ਕਰੋ ਨਾ। ਕੇਵਲ ਸੰਗਤ ਨੂੰ ਇਹ ਨਾ ਕਹੋ ਵੀ ਮੈਂ ਇਸ ਮਰਿਆਦਾ ਨੂੰ ਮੰਨਦਾ, ਸੰਗਤ ਵੀ ਇਸ ਮਰਿਆਦਾ ਨੂੰ ਮੰਨੇ, ਤੁਸੀਂ ਉਹਨੂੰ ਮੰਨ ਕੇ ਵਿਖਾਓ, ਉਹਨੂੰ ਪ੍ਰੈਕਟੀਕਲ ਕਰਕੇ ਵਿਖਾਓ, ਸ਼ੁਰੂ ਕਰੋ, 3 ਸਿੰਘ ਲਾਓ ਤੇ 2 ਬੀਬੀਆਂ ਸੇਵਾ ਦੇ ਵਿੱਚ ਲਾਓ, ਫਿਰ ਪਤਾ ਲੱਗੇਗਾ ਵੀ ਹਾਂ ਵੀ ਤੁਸੀਂ ਇਸ ਮਰਿਆਦਾ ਨੂੰ ਮੰਨ ਰਹੇ ਹੋ। ਤੇ ਭਾਈ ਰਣਜੀਤ ਸਿੰਘ ਕਹਿੰਦੇ ਨਹੀਂ ਜਦੋਂ ਉਹ ਅਕਾਲ ਤਖਤ ਵਾਲੇ ਇੱਦਾਂ ਕਰਨਗੇ ਉਦੋਂ ਮੈਂ ਵੀ ਕਰ ਲਾਂਗਾ, ਵੀ ਜਦੋਂ ਉਹ ਨਾਲ ਵਿੱਚ ਬੀਬੀਆਂ ਨੂੰ ਸੇਵਾ ਵਿੱਚ ਲਾਉਣਗੇ ਉਦੋਂ ਮੈਂ ਵੀ ਨਾਲ ਲਾ ਲਵਾਂਗਾ। ਫਿਰ ਮੈਂ ਮੁਸਕਰਾ ਕੇ ਵੀ ਹੱਸ ਕੇ ਸੁਭਾਵ ਕੇ ਸ਼ਬਦ ਕਹਿ, ਮੈਂ ਕਿਹਾ ਜੀ ਫਿਰ ਆਪਾਂ ਫਿਰ ਪਹਿਲਾਂ ਕਿਉਂ ਮਰਿਆਦਾ ਦਾ ਝੰਡਾ ਚੁੱਕੀ ਫਿਰਦੇ ਹਾਂ, ਜਦੋਂ ਅਕਾਲ ਤਖਤ ਵਾਲੇ ਚੁੱਕਣਗੇ ਉਦੋਂ ਆਪਾਂ ਵੀ ਚੁੱਕ ਲਾਂਗੇ। ਵੀ ਜਦੋਂ ਅਸੀਂ ਕਰਦੇ ਅਜੇ ਕੁੱਝ ਸਕਦੇ ਨਹੀਂ, ਪ੍ਰੈਕਟੀਕਲ ਅਜੇ ਅਸੀਂ ਕੁੱਝ ਕਰ ਨਹੀਂ ਸਕਦੇ, ਵੀ ਉਹ ਫਿਰ ਮੰਨਣਾ ਫਿਰ ਇਹਦੇ ਵਿੱਚ ਕੀ ਹੋਇਆ। ਵੀ ਦੂਜੀ ਗੱਲ ਹੈ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਸੰਚਾਰ ਕਰਾਇਆ ਉਦੋਂ 5 ਸਿੰਘਾਂ ਨੇ ਸੀਸ ਦਿੱਤੇ ਨੇ, ਤੇ ਸਾਡੇ 5 ਸਿੰਘਾਂ ਦੀ ਮਰਿਆਦਾ ਵੀ 5 ਸਿੰਘ ਅੰਮ੍ਰਿਤ ਸੰਚਾਰ ਕਰਾ ਸਕਦੇ ਨੇ। ਹਾਂ ਜਦੋਂ ਜਿਹੜਾ ਬਾਟੇ ਵਾਲਾ ਜਲ ਹੈ
ਉਹਦੇ ਵਿੱਚ ਮਿਠਾਸ ਪਾਉਣ ਦੀ ਸੇਵਾ ਉਦੋਂ ਵੀ ਮਾਤਾ ਜੀਤੋ ਜੀ ਨੇ ਨਿਭਾਈ ਤੇ ਅੱਜ ਵੀ ਜੇ ਕੋਈ ਗੁਰਸਿੱਖ ਬੀਬੀ ਆਖੇ ਵੀ ਮੈਂ ਇਹ ਸੇਵਾ ਨਿਭਾਉਣੀ ਚਾਹੁੰਦੀ ਹਾਂ ਤੇ ਉਹ ਸੇਵਾ ਉਹ ਨਿਭਾ ਸਕਦੀ ਹੈ ਵੀ ਜਿਹੜੀ ਸੇਵਾ ਮਾਤਾ ਜੀਤੋ ਜੀ ਨੇ ਉਸ ਵੇਲੇ ਨਿਭਾਈ ਅੱਜ ਕੋਈ ਗੁਰਸਿੱਖ ਬੀਬੀ ਆਖੇ ਵੀ ਮੈਂ ਉਹ ਸੇਵਾ ਅੰਮ੍ਰਿਤ ਸੰਚਾਰ ਦੀ ਸੇਵਾ ਵਿੱਚ ਨਿਭਾਉਣੀ ਹੈ ਤੇ ਬਿਲਕੁਲ ਉਹ ਨਿਭਾ ਸਕਦੀ ਹੈ ਇਹਦੇ ਤੇ ਕੋਈ ਮਨਾਹੀ ਨਹੀਂ ਪਰ ਜਿਹੜਾ ਪੰਜ ਪਿਆਰਿਆਂ ਵਾਲਾ ਸਿਧਾਂਤ ਹੈ ਅੰਮ੍ਰਿਤ ਛਕਾਉਣ ਦਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਸਿੰਘਾਂ ਨੂੰ ਹੀ ਦਿੱਤਾ ਤੇ ਉਹ ਸਿੰਘ ਹੀ ਸੇਵਾ ਕਰ ਸਕਦੇ ਨੇ ਤੇ ਸਾਨੂੰ ਕੀ ਲੋੜ ਹੈ ਵੀ ਅਸੀਂ ਉਸ ਮਰਿਆਦਾ ਦੇ ਨਾਲ ਉਸ ਵਿਧੀ ਵਿਧਾਨ ਦੇ ਨਾਲ ਉਸ ਸਿਧਾਂਤ ਦੇ ਨਾਲ ਛੇੜਛਾੜ ਕਰੀਏ ਵੀ ਤੁਸੀਂ ਇਹਨੂੰ ਜਿਉਂ ਦਾ ਤਿਉਂ ਰਹਿਣ ਦਿਓ ਤੇ ਜਾਂ ਫਿਰ ਤੁਸੀਂ ਇਹਨੂੰ ਲਾਗੂ ਕਰੋ ਤੁਸੀਂ ਸੇਵਾ ਚਲਾਓ। ਕਹਿੰਦੇ ਜੀ ਨੇ ਜਦੋਂ ਅਕਾਲ ਤਖ਼ਤ ਵਾਲੇ ਕਰਨਗੇ ਉਦੋਂ ਤੇ ਮੈਂ ਆਖਿਆ ਜੀ ਚਲੋ ਫਿਰ ਅੱਗੇ ਜੋ ਗੱਲ ਹੈ ਵੀ ਤੁਹਾਡੀ ਜਿਹੜੀ ਇਹ ਮਰਿਆਦਾ ਜੀ ਦਾ ਪ੍ਰਚਾਰ ਕਰਨ ਵਾਸਤੇ ਤੁਸੀਂ ਸਾਨੂੰ ਕਹਿ ਰਹੇ ਹੋ ਇਹਦੇ ਵਿੱਚ ਇਹ ਲਿਖਿਆ ਵੀ ਜਿਹੜਾ ਮਾਸ ਹੈ ਉਹ ਹਲਾਲ ਵਾਲਾ ਨਹੀਂ ਖਾਣਾ, ਹਲਾਲ ਵਾਲਾ ਮਾਸ ਨਹੀਂ ਖਾਣਾ ਮਤਲਬ ਕੁੱਠਾ ਨਹੀਂ ਖਾਣਾ, ਇਹਦਾ ਮਤਲਬ ਤਾਂ ਇਹੀ ਹੋਇਆ ਵੀ ਜਿਹੜਾ ਝਟਕਾ ਖਾ ਸਕਦੇ। ਪਰ ਮੈਂ ਕਿਹਾ ਜੀ ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਸਹੀ ਨਹੀਂ, ਗੁਰਬਾਣੀ ਵਿੱਚ ਕਿਤੇ ਨਹੀਂ ਇਹ ਲਿਖਿਆ ਵੀ ਤੁਸੀਂ ਮਾਸ ਖਾ ਸਕਦੇ ਹੋ। ਹਾਂ ਕੋਈ ਹੁਜਤਾਂ ਕਰਨ ਵਾਸਤੇ, ਸਿਰ ਉਡਾਉਣ ਵਾਸਤੇ, ਬਹਿਸਬਾਜ਼ੀ ਕਰਨ ਵਾਸਤੇ ਗੁਰਬਾਣੀ ਦੀਆਂ ਤੁਕਾਂ ਲੈ ਕੇ ਆਵੇ ਅਤੇ ਉਹ ਘੰਟਿਆਂ ਬੱਧੀ ਉਹਦੇ 'ਤੇ ਵਿਚਾਰ ਹੋ ਸਕਦੀ ਹੈ ਬਿਲਕੁਲ, ਪਰ ਕਲੀਅਰਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕੋਈ ਇਹ ਨਹੀਂ ਵਿਖਾ ਸਕਦਾ ਕਹਿ ਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਕਿਹਾ ਹੋਵੇ ਵੀ ਮਾਸ ਖਾ ਸਕਦੇ। ਇਹ ਨਹੀਂ, ਇਹ ਮਹਾਰਾਜ ਨੇ ਬਹੁਤ ਥਾਵਾਂ 'ਤੇ ਕਿਹਾ ਵੀ ਨਹੀਂ ਖਾ ਸਕਦੇ, ਇਹ ਜਿਹੜੀਆਂ ਤੁਕਾਂ ਨੇ ਕਲੀਅਰ ਮਿਲਣਗੀਆਂ ਵੀ ਮਾਸ ਨਹੀਂ ਖਾ ਸਕਦੇ, ਸ਼ਰਾਬ ਨਹੀਂ ਪੀਣੀ, ਇਹ ਕਲੀਅਰ ਲਿਖਿਆ ਹੋਇਆ ਵੀ ਪਰ ਮਾਸ ਖਾ ਸਕਦੇ ਹਾਂ। ਇਹ ਜਿਹੜੀ ਆਪ ਜੀ ਨੂੰ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਨਹੀਂ ਮਿਲੇਗਾ ਵੀ ਤੁਸੀਂ ਜੀਵ ਹੱਤਿਆ ਕਰ ਸਕਦੇ ਹੋ ਜਾਂ ਮਾਸ ਖਾ ਸਕਦੇ ਹੋ। ਮੈਂ ਕਿਹਾ ਜੀ ਵੀ ਜਿਹੜੀ ਮਰਿਆਦਾ ਇਹ ਕਹਿੰਦੀ ਹੈ ਵੀ ਤੁਸੀਂ ਹਲਾਲ ਨਹੀਂ ਖਾਣਾ ਝਟਕਾ ਖਾ ਸਕਦੇ ਹਾਂ, ਇਹਦਾ ਮਤਲਬ ਤਾਂ ਇਹੀ ਹੋਇਆ ਨਹੀਂ ਵੀ ਰਿਸ਼ਵਤ ਲੈਣੀ ਹੈ ਪਰ ਆਪਾਂ ਮੇਜ਼ ਦੇ ਉੱਤੋਂ ਦੀ ਨਹੀਂ ਲੈਣੀ, ਮੇਜ਼ ਦੇ ਥੱਲਿਓਂ ਦੀ ਲੈਣੀ। ਪਰ ਇਹਦਾ ਮਤਲਬ ਹੋਇਆ ਵੀ ਰਿਸ਼ਵਤ ਲੈ ਸਕਦੇ ਹਾਂ, ਬਸ ਫਰਕ ਪਾ ਦੇਣਾ ਵੀ ਉੱਤੋਂ ਦੀ ਨਹੀਂ ਥੱਲਿਓਂ ਦੀ ਲੈ ਲਓ। ਪਰ ਜੇ ਅਸੀਂ ਮਾਸ ਖਾਣਾ ਹੀ ਹੈ ਫਿਰ ਹਲਾਲ ਵਾਲਾ ਕੀ ਹੋਇਆ ਤੇ ਫਿਰ ਝਟਕੇ ਵਾਲਾ ਕੀ ਹੋਇਆ, ਫਿਰ ਮਾਸ ਤੇ ਮਾਸ ਹੀ, ਜੀਵ ਹੱਤਿਆ ਤੇ ਜੀਵ ਹੱਤਿਆ ਹੀ ਹੈ। ਕੀ ਜਵਾਬ ਸੀਗਾ? ਹਾਂਜੀ ਭਾਈ ਰਣਜੀਤ ਸਿੰਘ ਹੋਣੀ ਕਹਿੰਦੇ ਕਹਿੰਦੇ ਵੀ ਇਹ ਵੀ ਇਹ ਬਾਅਦ ਵਿੱਚ ਪੰਥ ਵਿਚਾਰੇਗਾ, ਕਹਿੰਦੇ ਇਹ ਗੱਲ ਬਾਅਦ ਵਿੱਚ ਪੰਥ ਵਿਚਾਰੇਗਾ। ਤੇ ਮੈਂ ਕਿਹਾ ਜੀ ਅੱਛਾ ਉਸ ਮਰਿਆਦਾ ਦੀ ਇਹ ਵੀ ਗੱਲ ਹੈ ਜੀ ਵਿਚਾਰਨ ਵਿੱਚ? ਕਹਿੰਦਾ ਹਾਂਜੀ ਇਹ ਬਾਅਦ ਵਿੱਚ ਪੰਥ ਵਿਚਾਰੇਗਾ। ਫਿਰ ਮੈਂ ਕਿਹਾ ਜੀ ਉਸ ਮਰਿਆਦਾ ਵਿੱਚ ਇਹ ਲਿਖਿਆ ਹੋਇਆ ਵੀ ਰਾਗ ਮਾਲਾ ਪੜ੍ਹੋ ਅਤੇ ਭਾਵੇਂ ਨਾ ਪੜ੍ਹੋ, ਜਿਹਨੇ ਪੜ੍ਹਨੀ ਹੈ ਉਹ ਪੜ੍ਹ ਸਕਦਾ ਹੈ, ਜਿਹਨੇ ਨਹੀਂ ਪੜ੍ਹਨੀ ਉਹ ਨਾ ਪੜ੍ਹੇ। ਅਤੇ ਇਹ ਗੱਲ ਹੈ ਜੇ ਵਿਚਾਰ ਅਧੀਨ ਹੈ ਅਤੇ ਕੋਈ ਇਹਦੇ 'ਤੇ ਵਿਵਾਦ ਨਾ ਕਰੇ, ਪਰ ਉਹਦੇ ਵਿੱਚ ਲਿਖਿਆ ਹੋਇਆ ਜਿਹੜਾ ਪੜ੍ਹ ਸਕਦਾ ਪੜ੍ਹੇ, ਜਿਹੜਾ ਜਿਹਨੇ ਨਹੀਂ ਪੜ੍ਹਨੀ ਉਹ ਨਾ ਪੜ੍ਹੇ। ਮੈਂ ਕਿਹਾ ਜੀ ਵੀ ਤੁਸੀਂ ਇਹ ਦੱਸੋ ਵੀ ਪੜ੍ਹਨੀ ਚਾਹੀਦੀ ਕਿ ਨਹੀਂ ਪੜ੍ਹਨੀ ਚਾਹੀਦੀ, ਮਰਿਆਦਾ 'ਤੇ ਡਬਲ ਮਾਈਂਡਡ ਹੈ। ਜਿਹੜੀ ਮਰਿਆਦਾ ਤਾਂ ਤੁਸੀਂ ਸਾਨੂੰ ਪ੍ਰਚਾਰ ਕਰਨ ਵਾਸਤੇ ਕਹਿ ਰਹੇ ਹੋ ਉਹ ਡਬਲ ਮਾਈਂਡਡ, ਉਹ ਮਰਿਆਦਾ 'ਤੇ ਖੁਦ ਕਨਫਿਊਜ਼ ਵੀ ਪੜ੍ਹਨੀ ਹੈ ਕਿ ਨਹੀਂ ਪੜ੍ਹਨੀ, ਉਹ ਕਹਿੰਦੀ ਅੱਧਿਆਂ ਨੇ ਪੜ੍ਹਨੀ ਹੈ ਉਹ ਪੜ੍ਹ ਲਓ, ਜਿੰਨਾ ਨਹੀਂ ਪੜ੍ਹਨੀ ਨਾ ਪੜ੍ਹੋ। ਸਾਨੂੰ ਇੱਕ ਚੀਜ਼ ਦੱਸੋ, ਅਗਰ ਅੱਜ ਅਸੀਂ ਇਸ ਮਰਿਆਦਾ ਦਾ ਪ੍ਰਚਾਰ ਕਰਦੇ ਹਾਂ, ਸਾਨੂੰ ਸੰਗਤ ਵਿੱਚੋਂ ਕੋਈ ਉੱਠ ਕੇ, ਕੋਈ ਨੌਜਵਾਨ ਉੱਠ ਕੇ ਆਖੇ ਵੀ ਇਸ ਮਰਿਆਦਾ ਵਿੱਚ ਆਹ ਗੱਲ ਕਹੀ ਹੋਈ ਹੈ ਵੀ ਪੜ੍ਹਨੀ ਹੈ ਜਾਂ ਨਹੀਂ ਪੜ੍ਹਨੀ, ਅਸੀਂ ਇੱਕ ਸੰਗਤ ਨੂੰ ਜਵਾਬ ਦੇਣਾ ਵੀ ਹਾਂ ਪੜ੍ਹਨੀ ਹੈ ਜਾਂ ਨਹੀਂ ਪੜ੍ਹਨੀ। ਭਾਈ ਸਾਹਿਬ ਤੁਸੀਂ ਦੱਸੋ ਵੀ ਅਸੀਂ ਸੰਗਤ ਨੂੰ ਕੀ ਜਵਾਬ ਦੇਵਾਂਗੇ? ਇਹ ਕਹਿੰਦੇ ਇਹ ਵੀ ਬਾਅਦ ਵਿੱਚ ਪੰਥ ਵਿਚਾਰੇ, ਇਹ ਵੀ ਬਾਅਦ ਵਿੱਚ ਪੰਥ ਵਿਚਾਰੇ। ਫਿਰ ਮੈਂ ਬਿਲਕੁਲ ਹੈਰਾਨੀ ਦੇ ਲਹਿਜੇ ਨਾਲ ਭਾਈ ਰਣਜੀਤ ਸਿੰਘ ਜੀ ਨੂੰ ਬੇਨਤੀ ਕੀਤੀ, ਮੈਂ ਆਖਿਆ ਭਾਈ ਸਾਹਿਬ ਜੀ ਜਦੋਂ ਅਜੇ ਗੱਲਾਂ ਹੀ ਸਾਰੀਆਂ ਵਿਚਾਰਨ ਵਾਲੀਆਂ ਪਈਆਂ ਨੇ ਤੇ ਫਿਰ ਅਸੀਂ ਇਹਨੂੰ, ਫਿਰ ਤੁਸੀਂ ਸਾਨੂੰ ਇਹ ਕਿਉਂ ਕਹਿ ਰਹੇ ਹੋ ਵੀ ਇਹਨੂੰ ਪ੍ਰਚਾਰੋ ਵੀ ਇਹਨੂੰ ਸੰਗਤ ਮੰਨੇ? ਮੈਂ ਆਖਿਆ ਜੀ ਫਿਰ ਇਹਨੂੰ ਮੰਨਣ ਲਈ ਨਾ ਇਹਨੂੰ ਕਹੋ, ਫਿਰ ਇਹਦੇ ਲਈ ਇਹ ਕਹੋ ਵੀ ਜਥੇਬੰਦੀਆਂ ਇਕੱਠੀਆਂ ਹੋਣ, ਵਿਦਵਾਨ ਜਣ ਇਕੱਠੇ ਹੋਣ ਅਤੇ ਇਹਨੂੰ ਵਿਚਾਰੀਏ ਵੀ ਜਿਹੜੀਆਂ ਗੱਲਾਂ ਇਹਦੇ ਵਿੱਚੋਂ ਕੁਝ ਗਲਤ ਨੇ, ਗੁਰਮਤ ਉਲਟ ਨੇ, ਉਹਨਾਂ ਨੂੰ ਪਾਸੇ ਕਰਕੇ ਅਤੇ ਇਹਨੂੰ ਲਾਗੂ ਕਰੀਏ, ਇਹਨੂੰ ਪਹਿਲਾਂ ਵਿਚਾਰਿਆ ਜਾਏ ਫਿਰ ਲਾਗੂ ਕੀਤਾ ਜਾਏ। ਅਤੇ ਜੇ ਤੁਸੀਂ ਕਹਿੰਦੇ ਹੋ ਵੀ ਸੋਧਾਂ ਬਾਅਦ ਵਿੱਚ ਹੋ ਜਾਣਗੀਆਂ, ਵਿਚਾਰਾਂ ਬਾਅਦ ਵਿੱਚ ਹੋ ਜਾਣਗੀਆਂ ਅਤੇ ਪਹਿਲਾਂ ਇਹਨੂੰ ਮੰਨਿਆ ਜਾਏ, ਅਤੇ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ, ਮੈਂ ਆਖਿਆ ਭਾਈ ਸਾਹਿਬ ਜੀ ਜਿਹੜੀ ਮਰਿਆਦਾ ਹੁੰਦੀ ਹੈ ਇਹ ਉਹ ਕੌਮ ਦਾ ਵਿਧਾਨ ਹੁੰਦੀ ਹੈ, ਸੰਵਿਧਾਨ ਹੁੰਦੀ ਹੈ। ਭਾਰਤ ਦੇ ਸੰਵਿਧਾਨ ਦੇ ਵਿੱਚ ਇੱਕ ਧਾਰਾ ਗਲਤ ਪਾਸ ਹੋਈ ਹੈ, ਧਾਰਾ 25 ਵੀ ਸਿੱਖ ਕੌਮ ਜੁਰਾਇਮ ਪੇਸ਼ਾ ਕੌਮ ਨੇ, ਅਤੇ ਅੱਜ ਤੱਕ ਅਸੀਂ ਉਸ ਕਾਨੂੰਨ ਉੱਤੇ, ਅਸੀਂ ਉਸ ਸੰਵਿਧਾਨ ਨੂੰ ਨਹੀਂ ਮੰਨਦੇ, ਭਾਵੇਂ ਉਹਦੇ ਵਿੱਚ ਹਜ਼ਾਰ ਗੱਲਾਂ ਸਹੀ ਲਿਖੀਆਂ ਹੋਣ ਉਸ ਸੰਵਿਧਾਨ ਵਿੱਚ। ਜਦੋਂ ਉਸ ਸੰਵਿਧਾਨ ਵਿੱਚ ਇਹ ਲਿਖਿਆ ਵੀ ਸਿੱਖ ਕੌਮ ਜੁਰਾਇਮ ਪੇਸ਼ਾ ਕੌਮ ਹੈ, ਧਾਰਾ 25 ਲਿਖੀ ਹੋਈ ਹੈ, ਅਸੀਂ ਉਸ ਸੰਵਿਧਾਨ ਨੂੰ ਇਹੀ ਕਹਿੰਦੇ ਹਾਂ ਵੀ ਪਹਿਲਾਂ ਇਹਦੇ ਵਿੱਚ ਸੋਧ ਕਰੋ ਫਿਰ ਅਸੀਂ ਇਸ ਸੰਵਿਧਾਨ ਨੂੰ ਮੰਨਾਂਗੇ। ਅਤੇ ਜਿਹੜੀ ਮਰਿਆਦਾ ਹੁੰਦੀ ਹੈ ਉਹ ਵੀ ਕੌਮ ਦਾ ਵਿਧਾਨ ਹੁੰਦੀ ਹੈ, ਜਿੰਨਾ ਚਿਰ ਤੱਕ ਉਹਦੇ ਵਿੱਚੋਂ ਗਲਤ ਗੱਲਾਂ ਜਿਹੜੀਆਂ ਨੇ ਜਾਂ ਜਿਹੜੀਆਂ ਗੱਲਾਂ ਦੁਬਧਾ ਵਾਲੀਆਂ ਨੇ, ਜਿੰਨਾ ਚਿਰ ਤੋਂ ਪਾਸੇ ਨਹੀਂ ਕੀਤੀਆਂ ਜਾਂਦੀਆਂ, ਅਸੀਂ ਉਹਨੂੰ ਮੰਨਣ ਲਈ ਨਹੀਂ ਕਹਿ ਸਕਦੇ। ਜੇ ਅਸੀਂ ਇਹਨੂੰ ਗਲਤ ਨੂੰ ਮੰਨਣ ਵਾਸਤੇ ਸੰਗਤ ਨੂੰ ਕਹਿ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਕੌਮ ਲੜ ਲੜ ਕੇ ਮਰੇਗੀ, ਜਾਂ ਇਹਨੂੰ ਵਿਚਾਰੋ
ਤੇ ਤੁਹਾਡੇ ਮਗਰ ਸੰਗਤ ਹੈ, ਤੁਹਾਨੂੰ ਸੰਗਤ ਸੁਣਦੀ ਹੈ, ਜਥੇਬੰਦੀਆਂ ਵੀ ਤੁਹਾਡੇ ਨਾਲ ਤੁਰਨਗੀਆਂ। ਇਹ ਮੈਂ ਉਸ ਵੇਲੇ ਉਹਨਾਂ ਨੂੰ ਸ਼ਬਦ ਕਹਿ ਵੀ ਤੁਹਾਡੇ ਨਾਲ ਸੰਗਤ ਹੈ ਤੇ ਤੁਸੀਂ ਇਹਨੂੰ ਵਿਚਾਰਨ ਦਾ ਹੋਕਾ ਦਿਓ ਵੀ ਜਿਹੜਾ ਮਸਲਾ ਇੰਨੇ ਸਾਲਾਂ ਤੋਂ ਇੰਨੇ ਦਹਾਕਿਆਂ ਤੋਂ ਹੱਲ ਨਹੀਂ ਹੋਇਆ, ਤੁਸੀਂ ਅੱਗੇ ਲੱਗੋ ਵੀ ਇਹਨੂੰ ਵਿਚਾਰੋ ਤੇ ਇਹਨੂੰ ਆਪਾਂ ਪਾਸ ਕਰੀਏ ਤਾਂ ਜੋ ਕੌਮ ਨੂੰ ਇੱਕ ਮਰਿਆਦਾ ਮਿਲ ਸਕੇ। ਪਰ ਜੇ ਤੁਸੀਂ ਕਹੋ ਵੀ ਇਹ ਗਲਤੀ ਆਪਾਂ ਪ੍ਰਚਾਰੀ ਜਾਈਏ, ਜਿਹੜੀਆਂ ਗੱਲਾਂ ਉਹਦੇ ਵਿੱਚ ਵਿਚਾਰਨ ਵਾਲੀਆਂ ਨੇ ਉਹ ਬਾਅਦ ਵਿੱਚ ਵਿਚਾਰੀਆਂ ਜਾਣਗੀਆਂ, ਮੈਂ ਆਖਿਆ ਭਾਈ ਸਾਹਿਬ ਜੀ ਅਸੀਂ ਇਹ ਜਿਹੜਾ ਕੰਮ ਆ ਉਹ ਨਹੀਂ ਕਰ ਸਕਦੇ। ਅਤੇ ਭਾਈ ਰਣਜੀਤ ਸਿੰਘ ਹੁਣਾਂ ਦੇ ਅੱਗੋਂ ਸ਼ਬਦ ਇਹ ਸੀ ਵੀ ਫਿਰ ਜੇ ਇਹਨੂੰ ਨਹੀਂ ਤਾਂ ਫਿਰ ਤੁਸੀਂ ਕਿਹਨੂੰ ਮੰਨਦੇ ਹੋ? ਮੈਨੂੰ ਕਹਿੰਦੇ ਵੀ ਭਾਈ ਤੂੰ ਕਿਹੜੀ ਮਰਿਆਦਾ ਮੰਨਦਾ? ਮੈਂ ਸਤਿਕਾਰ ਨਾਲ ਬੇਨਤੀ ਕੀਤੀ, ਮੈਂ ਆਖਿਆ ਭਾਈ ਸਾਹਿਬ ਜੀ ਅਸੀਂ ਤਾਂ ਉਸ ਮਰਿਆਦਾ ਨੂੰ ਮੰਨਦੇ ਹਾਂ ਜਿਹੜੀ ਮਰਿਆਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਬਣਾਈ 1699 ਨੂੰ ਖਾਲਸਾ ਸਾਜਨਾ ਦਿਵਸ ਵੇਲੇ, ਵੀ ਉਸ ਦਿਨ ਮਹਾਰਾਜ ਨੇ 80,000 ਦਾ ਇਕੱਠ ਕੀਤਾ। ਉਹ ਮਰਿਆਦਾ ਬਣਾਉਣ ਲਈ ਕੀਤਾ ਸੀ ਵੀ ਹੋਰ ਕਾਹਦੇ ਲਈ ਉਹ ਇਕੱਠ ਕੀਤਾ ਸੀ? ਉਸ ਦਿਨ ਹੀ ਸਾਨੂੰ ਨਿਤਨੇਮ ਦੀਆਂ ਬਾਣੀਆਂ ਦਿੱਤੀਆਂ, ਉਸ ਦਿਨ ਹੀ ਰਹਿਤਾਂ ਦਿੱਤੀਆਂ ਨੇ, ਉਸ ਦਿਨ ਹੀ ਖਾਲਸੇ ਨੂੰ ਦੱਸਿਆ ਵੀ ਆਹ ਕੁਰਹਿਤਾਂ ਨਹੀਂ ਕਰਨੀਆਂ, ਉਸ ਦਿਨ ਹੀ ਖਾਲਸੇ ਨੂੰ ਦੱਸਿਆ ਆਹ ਬੱਜਰ ਕੁਰਹਿਤਾਂ ਨਹੀਂ ਕਰਨੀਆਂ, ਉਸ ਦਿਨ ਹੀ ਸਾਰਾ ਕੁਝ ਦੱਸਿਆ ਵੀ ਗੁਰੂ ਕੇ ਸਿੱਖ ਨੇ ਅੰਮ੍ਰਿਤ ਵੇਲੇ ਵੀ ਉੱਠਣਾ ਹੈ, ਗੁਰੂ ਕੇ ਸਿੱਖ ਨੇ ਸ਼ਾਮ ਨੂੰ ਆਹ ਬਾਣੀਆਂ ਦਾ ਜਾਪ ਕਰਨਾ ਆ, ਆਹ ਕੰਮ ਕਰਨੇ ਨੇ, ਆ ਨਹੀਂ ਕਰਨੇ, ਇਹ ਮਰਿਆਦਾ ਹੀ ਹੈ ਅਤੇ ਹੋਰ ਕੀ ਹੈ? ਇਹ ਮਰਿਆਦਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਈ ਹੈ। ਮੈਂ ਅਸੀਂ ਕਿਹਾ ਵੀ ਅਸੀਂ ਉਸ ਮਰਿਆਦਾ ਨੂੰ ਮੰਨਦੇ ਹਾਂ ਜਿਹੜੀ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਬਣਾਈ। ਕਹਿੰਦੇ ਨਹੀਂ ਉਹ ਤਾਂ ਫਿਰ ਟਕਸਾਲ ਦੀ ਮਰਿਆਦਾ, ਉਹ ਤਾਂ ਦਮਦਮੀ ਟਕਸਾਲ ਦੀ ਮਰਿਆਦਾ। ਅਸੀਂ ਆਖਿਆ ਵੀ ਨਹੀਂ ਜੀ, ਟਕਸਾਲ ਜਿਹੜੀ ਹੈ ਉਹ 1705 ਵਿੱਚ ਬਣਦੀ, 1705 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਜਾ ਕੇ ਬਾਣੀ ਲਿਖਾਉਂਦੇ ਨੇ, ਉੱਥੇ ਮੁੜ ਕੇ ਬਾਬਾ ਦੀਪ ਸਿੰਘ ਜੀ ਨੂੰ ਸੇਵਾ ਮਿਲਦੀ ਹੈ। ਟਕਸਾਲ 1705 'ਚ ਸ਼ੁਰੂ ਹੁੰਦੀ ਹੈ ਪਰ ਜਿਹੜੀ ਮਰਿਆਦਾ ਉਹ 1699 ਦੇ ਵਿੱਚ ਬਣੀ ਅਨੰਦਪੁਰ ਸਾਹਿਬ। ਕਹਿੰਦੇ ਨਹੀਂ ਨਹੀਂ ਉਹ ਅਖੇ ਉਹ ਟਕਸਾਲ ਦੀ ਮਰਿਆਦਾ, ਉਹ ਕਲਗੀਧਰ ਦੀ ਮਰਿਆਦਾ, ਮੈਂ ਨਹੀਂ ਉਸ ਮਰਿਆਦਾ ਨੂੰ ਮੰਨਦਾ, ਮੈਂ ਨਹੀਂ ਕਲਗੀਧਰ ਦੀ ਇਸ ਮਰਿਆਦਾ ਨੂੰ ਮੰਨਦਾ, ਮੈਂ ਜਿਹੜੀ ਆਹ ਮਰਿਆਦਾ ਇਹਨੂੰ ਮੰਨਦਾ, ਇਹਨੂੰ ਮੰਨਦਾ, ਮੈਂ ਇਹਨੂੰ ਮੰਨਦਾ। ਮੈਂ ਆਖਿਆ ਜੀ ਵੀ ਇਹਦੇ ਵਿੱਚ ਤਾਂ ਫਿਰ ਕਾਫੀ ਬਹਿਸ ਮਸਾਈ ਆ, ਹਾਂਜੀ ਸਾਡੀ ਇਹਦੇ 'ਤੇ ਬਿਲਕੁਲ ਉਹ ਤਲਖੀ ਵਿੱਚ ਆਏ ਆ, ਅਸੀਂ ਬਿਲਕੁਲ ਆਰਾਮ ਦੇ ਨਾਲ ਹੀ ਆ ਜਿਹੜੀਆਂ ਗੱਲਾਂ ਕੀਤੀਆਂ ਨੇ। ਮੈਂ ਆਖਿਆ ਜੀ ਫਿਰ ਆਹ ਮਰਿਆਦਾ 'ਤੇ ਗਲਤ ਹੈ ਜੇ ਤੁਸੀਂ ਕਹਿ ਰਹੇ ਹੋ ਵੀ ਮੈਂ ਇਹਨੂੰ ਮੰਨਦਾ, ਅਤੇ ਇਹਦੇ ਵਿੱਚ ਤਾਂ ਤੁਸੀਂ ਆਪ ਕਹਿ ਰਹੇ ਹੋ ਵੀ ਇਹਦੇ ਵਿੱਚ ਗੱਲਾਂ ਵਿਚਾਰਨ ਯੋਗ ਨੇ। ਅਤੇ ਭਾਈ ਰਣਜੀਤ ਸਿੰਘ ਨੇ ਬਿਲਕੁਲ ਬੜੇ ਆਪਣੇ ਛਾਤੀ 'ਤੇ ਹੱਥ ਰੱਖ ਕੇ ਭਾਈ ਰਣਜੀਤ ਸਿੰਘ ਨੇ ਕਿਹਾ ਮੈਨੂੰ ਪਤਾ ਹੈ ਵੀ ਇਹ ਮਰਿਆਦਾ ਗਲਤ ਹੈ। ਇਹ ਗੱਲ ਮੂੰਹ ਕਹੀ ਉਹਨਾਂ ਨੇ, ਅਸੀਂ 3-4 ਸਿੰਘ ਸੀਗੇ ਸਾਡੇ ਸਿੰਘਾਂ ਦੇ ਸਾਹਮਣੇ, ਇਹਨਾਂ ਨੇ ਆਪਣੇ ਸਾਰੇ ਬੰਦਿਆਂ ਦੇ ਸਾਹਮਣੇ ਗੱਲ ਕਹੀ। ਆਪਾਂ ਉਹਨਾਂ ਸਿੰਘਾਂ ਦਾ ਨਾਂ ਯਾਦ ਕਰ ਸਕਦੇ? ਹਾਂਜੀ ਅਸੀਂ ਤਕਰੀਬਨ ਜਥੇ ਦੇ ਸਿੰਘ ਤੇ ਅਸੀਂ ਸਾਰੇ ਨਾਲ ਸੀਗੇ, ਜਥੇ ਦੇ ਜਿਹੜੇ ਸਾਡੇ ਸਿੰਘ ਆ ਅਸੀਂ ਸਾਰੇ ਸਿੰਘ ਨਾਲ ਸੀਗੇ, ਤੇ ਅਸੀਂ 4 ਸਿੰਘ ਸੀਗੇ ਉਸ ਵੇਲੇ। ਠੀਕ ਹੈ। ਤੇ ਇਹਨਾਂ ਨੇ ਮੂੰਹ ਕਿਹਾ, ਕਹਿੰਦੇ ਸੁਖਪ੍ਰੀਤ ਸਿੰਘ ਮੈਨੂੰ ਪਤਾ ਹੈ ਵੀ ਇਹ ਮਰਿਆਦਾ ਗਲਤ ਹੈ ਪਰ ਮੈਂ ਇਹਨੂੰ ਮੰਨਣਾ। ਤੇ ਮੈਂ ਨਾਲ ਹੀ ਬੇਨਤੀ ਕਰਕੇ ਆਖਾਂ ਮਹਾਂ ਭਾਈ ਸਾਹਿਬ ਜੀ ਵੀ ਤੁਸੀਂ ਅੱਜ ਦੀ ਪੀੜ੍ਹੀ ਦੇ ਜੇ ਕੋਈ ਕੋਈ ਤੁਸੀਂ 80-90 ਸਾਲ ਵਾਲੇ ਨਹੀਂ ਜੇ ਵੀ ਜਿਹੜੇ ਵੀ ਤੁਹਾਡੇ ਵਿੱਚ ਕੋਈ ਜੇਦਬਾਜ਼ੀ ਆ ਗਈ ਹੋਵੇ ਵੀ ਜਦੋਂ ਤੁਸੀਂ ਮੂੰਹ ਕਹਿ ਰਹੇ ਹੋ ਵੀ ਇਹ ਮਰਿਆਦਾ ਗਲਤ ਹੈ ਅਤੇ ਨਾਲੇ ਤੁਸੀਂ ਇਹਨੂੰ ਸੰਗਤ ਵਿੱਚ ਕਹਿ ਰਹੇ ਹੋ ਵੀ ਮੈਂ ਇਸ ਮਰਿਆਦਾ ਨੂੰ ਮੰਨਦਾ ਅਤੇ ਸੰਗਤ ਇਸ ਮਰਿਆਦਾ ਨੂੰ ਮੰਨੇ, ਮੈਂ ਕਿਹਾ ਜੀ ਫਿਰ ਤੁਸੀਂ ਕੌਮ ਨੂੰ ਗੁੰਮਰਾਹ ਕਿਉਂ ਕਰ ਰਹੇ ਹੋ? ਤੁਸੀਂ ਮੂੰਹ ਕਹਿ ਰਹੇ ਹੋ ਵੀ ਇਹ ਮਰਿਆਦਾ ਗਲਤ ਹੈ ਵੀ ਇਹਦੇ ਵਿੱਚ ਗੱਲਾਂ ਅਜੇ ਵਿਚਾਰਨ ਯੋਗ ਨੇ ਵੀ ਇਹ ਅਜੇ ਪ੍ਰਵਾਨਿਤ ਨਹੀਂ ਹੋ ਸਕੇ ਪੂਰੀ ਤਰ੍ਹਾਂ ਪੰਥ ਵਿੱਚ ਪ੍ਰਵਾਨਿਤ ਨਹੀਂ, ਮੂੰਹ ਤੁਸੀਂ ਕਹਿ ਦਿੱਤਾ ਵੀ ਇਹ ਗਲਤ ਹੈ ਅਤੇ ਸੰਗਤ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਗੱਲ ਕਹਿ ਰਹੇ ਹੋ ਵੀ ਇਹਨੂੰ ਮੰਨੋ। ਮੈਂ ਕਿਹਾ ਜੀ ਵੀ ਜੇ ਇਹ ਗਲਤ ਆ ਫਿਰ ਤੁਸੀਂ ਇਹਨੂੰ ਮੰਨਣ ਦੀ ਗੱਲ ਨਾ ਕਰੋ ਅਤੇ ਇਹ ਕੌਮ ਨੂੰ ਤੁਸੀਂ ਇੱਦਾਂ ਗੁੰਮਰਾਹ ਨਾ ਕਰੋ। ਕਹਿੰਦੇ ਨਹੀਂ ਮੈਨੂੰ ਪਤਾ ਇਹ ਮਰਿਆਦਾ ਗਲਤ ਹੈ ਪਰ ਮੈਂ ਇਹਨੂੰ ਮੰਨਣਾ, ਮੈਂ ਜਿਹੜੀ ਆ ਟਕਸਾਲ, ਹਾਂਜੀ ਕਹਿੰਦੇ ਬਸ ਮੈਂ ਇਹਨੂੰ ਮੰਨਣਾ, ਮੈਂ ਆ ਟਕਸਾਲ ਵਾਲੀ ਜਿਹੜੀ ਮਰਿਆਦਾ ਇਹ ਨਹੀਂ ਮੰਨਣੀ, ਮੇਰਾ ਇਹ ਬਹੁਤ ਨੁਕਸਾਨ ਹੋ ਗਿਆ, ਮੇਰਾ ਬੰਦਾ ਮਾਰ ਦਿੱਤਾ ਜਾਂ ਮੇਰੀਆਂ ਗੱਡੀਆਂ ਤੋੜ ਦਿੱਤੀਆਂ, ਬੜਾ ਨੁਕਸਾਨ ਕਰਾ ਕੇ ਮੈਂ ਹੁਣ ਇੱਥੋਂ ਤੱਕ ਪਹੁੰਚ ਗਿਆ, ਮੈਂ ਹੁਣ ਪਛਾਣ ਨਹੀਂ ਮੁੜਨਾ, ਬਸ ਮੈਂ ਹੁਣ ਇਹਨੂੰ ਹੀ ਮੰਨਣਾ, ਮੈਂ ਹੁਣ ਇਹਨੂੰ ਹੀ ਮੰਨਣਾ, ਮੇਰਾ ਕਿ ਟਕਸਾਲੀਆਂ ਨੇ ਇਹ ਬੰਦਾ ਮਾਰ ਦਿੱਤਾ, ਮੈਂ ਤਾਂ ਇਹ ਟਕਸਾਲ ਖਤਮ ਕਰਨੀ ਅਤੇ ਟਕਸਾਲ ਖਤਮ ਕਰਨੀ, ਹਾਂਜੀ ਹਾਂਜੀ ਆਂਦੇ ਜੀ ਮੇਰਾ ਵੀ ਟਕਸਾਲ ਖਤਮ, ਹਾਂਜੀ ਕਹਿੰਦੇ ਵੀ ਮੈਂ ਮੇਰਾ ਤਾਂ ਬਸ ਵੀ ਜੋ ਇਹਨਾਂ ਨੇ ਹੋਣਾ ਸੀਗਾ ਮੇਰੇ ਨਾਲ ਹੋਇਆ, ਪਰ ਮੈਂ ਮੇਰਾ ਹੁਣ ਇਹੀ ਹੈ ਵੀ ਮੈਂ ਆਹ ਮਰਿਆਦਾ ਨਹੀਂ ਮੰਨਣੀ, ਮੈਂ ਆਹੀ ਮੰਨਣੀ ਜਿਹੜੀ ਜਿਹੜੀ ਸਾਨੂੰ ਮਨਾਉਣ ਵਾਸਤੇ ਕਹਿ ਰਹੇ ਸੀ ਵੀ ਇਹਦਾ ਪ੍ਰਚਾਰ ਕਰੋ। ਕਹਿੰਦੇ ਮੇਰਾ ਆਹ ਨੁਕਸਾਨ ਹੋਇਆ ਅਤੇ ਮੈਂ ਹੁਣ ਜਿਹੜੀ ਇਹ ਟਕਸਾਲ ਜਿਹੜੀ ਇਹ ਖਤਮ ਕਰਾਂਗਾ ਵੀ ਇਹਨਾਂ ਦੀਆਂ ਰੋ ਰੀਤਾਂ ਜੋ ਇਹਨਾਂ ਦੀਆਂ ਮਰਿਆਦਾਵਾਂ ਨੇ ਜੋ ਕੁਝ ਵੀ ਹੈ। ਅਤੇ ਅਸੀਂ ਬੜੇ ਸਤਿਕਾਰ ਨਾਲ ਬੇਨਤੀ ਕੀਤੀ ਕਿਉਂਕਿ ਜਦੋਂ ਇਹਨਾਂ 'ਤੇ ਹਮਲਾ ਹੋਇਆ ਸੀ ਅਸੀਂ ਸਾਥ ਵੀ ਦਿੱਤਾ ਅਤੇ ਇਸ ਦਰਦ ਨੂੰ ਅਸੀਂ ਸਮਝਦੇ ਹਾਂ ਵੀ ਚਲੋ ਜਿਹੋ ਜਿਹਾ ਵਾਕਾ ਇਹਨਾਂ ਦੇ ਨਾਲ ਹੋਇਆ ਵੀ ਉਹ ਬੜਾ ਦਰਦਨਾਕ ਸੀਗਾ, ਖੌਫਨਾਕ ਸੀਗਾ, ਇਹੋ ਜਿਹੀ ਗੱਲ ਨਹੀਂ ਹੋਣੀ ਚਾਹੀਦੀ ਆਪਣੀ ਕੌਮ ਦੇ ਵਿੱਚ। ਅਤੇ ਅਸੀਂ ਨਾਲ ਹੀ ਇਹਨਾਂ ਨੂੰ ਬੇਨਤੀ ਕੀਤੀ, ਮੈਂ ਆਖਿਆ ਜੀ ਵੀ ਜੇ ਤੁਹਾਡੀ ਲੜਾਈ ਬਾਬਾ ਹਰਨਾਮ ਸਿੰਘ ਨਾਲ ਹੈ ਤਾਂ ਤੁਸੀਂ ਲੜਾਈ ਉਹਨਾਂ ਨਾਲ ਰੱਖੋ, ਜੇ ਤੁਹਾਡੀ ਲੜਾਈ ਬਾਬਾ ਹਰਨਾਮ ਸਿੰਘ ਨਾਲ ਹੈ ਤਾਂ ਤੁਸੀਂ ਆਪਣੀ ਲੜਾਈ ਉਹਨਾਂ ਦੇ ਨਾਲ ਰੱਖੋ, ਤੁਸੀਂ ਆਪਣੀ ਲੜਾਈ ਨੂੰ ਕੌਮੀ ਲੜਾਈ ਨਾ ਬਣਾਓ, ਨਾ ਤੁਸੀਂ ਇਹਨੂੰ ਪੂਰੇ ਪੰਥ 'ਤੇ ਲੈ ਕੇ ਆਓ, ਨਾ ਦਮਦਮੀ ਟਕਸਾਲ 'ਤੇ ਲੈ ਕੇ ਆਓ,
ਨਾ ਦਮਦਮੀ ਟਕਸਾਲ ਪੂਰੀ ਤੇ ਇਹ ਗੱਲ ਲੈ ਕੇ ਆਓ ਵੀ ਤੁਹਾਡਾ ਸਾਰੇ ਤੁਹਾਡਾ ਸਾਥ ਵੀ ਦਿੰਦੇ ਨੇ, ਪਰ ਜੇ ਤੁਸੀਂ ਕਹੋ ਵੀ ਬਾਬਾ ਹਰਨਾਮ ਸਿੰਘ ਹੋਣਾ ਵਾਲੀ ਗੱਲ ਤੁਸੀਂ ਸਾਰੇ ਪੰਥ ਤੇ ਲੈ ਕੇ ਆਉਣੀ ਹੈ, ਇਦਾਂ ਨਾ ਕਰੋ। ਕਹਿੰਦੇ ਨਹੀਂ ਅਖੇ, ਹੁਣ ਮੈਂ ਜੋ ਹੋ ਗਿਆ ਵਾ ਵੀ ਮੈਂ ਬਸ ਇਹਦੇ ਤੇ ਹੀ ਹੁਣ ਸਟੈਂਡ ਕਰਨਾ, ਤੁਸੀਂ ਮੇਰੇ ਨਾਲ ਸਵਾਲ ਜਵਾਬ ਨਾ ਕਰੋ, ਤੁਸੀਂ ਮੇਰੇ ਨਾਲ ਜੁੜੇ। ਉਹਨੇ ਤੁਹਾਨੂੰ ਸਾਫ ਕਹਿਤਾ ਕਿ ਮੈਂ ਲੜਾਈ ਮੇਰੀ ਦਮਦਮੀ ਟਕਸਾਲ ਖਤਮ ਕਰਨ ਦੀ ਹੈ। ਬਿਲਕੁਲ ਹਾਂਜੀ, ਉਹਦੇ ਵੀ ਮੇਰਾ ਜੋ ਮਿਸ਼ਨ ਹੈ ਆਹ ਵਾ ਵੀ ਤੁਸੀਂ ਮੇਰੇ ਨਾਲ ਪ੍ਰੇਮ ਪਿਆਰ ਰੱਖੋ, ਤੁਸੀਂ ਮੇਰੇ ਨਾਲ ਪ੍ਰੇਮ ਪਿਆਰ ਰੱਖੋ ਵੀ ਤੁਸੀਂ ਮੇਰੇ ਨਾਲ ਸਵਾਲ ਜਵਾਬ ਨਾ ਕਰੋ। ਮੈਂ ਕਿਹਾ ਵੀ ਭਾਈ ਸਾਹਿਬ ਜੀ ਵੀ ਜਿੱਥੇ ਪ੍ਰੇਮ ਪਿਆਰ ਦੀ ਗੱਲ ਹੈ ਉਹ ਤੇ ਚਲੋ ਠੀਕ ਹੈ, ਉਹ ਤੇ ਬਹੁਤ ਸਾਰੀ ਸਟੇਜਾਂ ਤੇ ਸੁਖਪ੍ਰੀਤ ਸਿੰਘ ਜੀ ਆਪਾਂ ਚਲੋ ਹਲ ਗੱਲ ਤੁਸੀਂ ਪੂਰੀ ਨਹੀਂ ਕੀਤੀ, ਮੇਰਾ ਸਵਾਲ ਵਿੱਚ ਆਉਂਦਾ ਵੀ ਬਹੁਤ ਸਾਰੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਿਆਂ ਦਾ ਨਾਂ ਲੈ ਕੇ ਮਤਲਬ ਸਟੇਜਾਂ ਦੇ ਲੋਕਾਂ ਨੂੰ ਕਨਵਿੰਸ ਕਰਦੇ ਆ ਵੀ ਉਹਨਾਂ ਵਰਗੇ ਬਣੋ, ਤੇ ਫਿਰ ਆ ਵੀ ਗੱਲ ਉਹਨਾਂ ਦੇ ਮਨ 'ਚ ਆ ਵੀ ਮੈਂ ਟਕਸਾਲ ਵੀ ਨਹੀਂ। ਉਹ ਤੇ ਜੀ ਗੁਰੂ ਸਾਹਿਬ ਹੀ ਰਹਿਮਤ ਕਰਨ, ਜੋ ਪ੍ਰਚਾਰਕਾਂ ਦੇ ਦਿਲ ਵਿੱਚ ਹੈ, ਜੋ ਇਹ ਸੰਗਤ ਦੇ ਜੇ ਕਿਤੇ ਸੰਗਤ ਦੇ ਸਾਹਮਣੇ ਲਿਆ ਕੇ ਰੱਖਣ ਨਾਲ ਜੀ ਫਿਰ ਪਤਾ ਲੱਗੇ ਵੀ ਇਹ ਪੰਥ ਨੂੰ ਕਿੰਨੇ ਕੁ ਸਮਰਪਿਤ ਨੇ। ਅੱਛਾ ਤੁਸੀਂ ਉਹ ਗੱਲ ਪੂਰੀ ਕਰ ਲਓ ਪਹਿਲਾਂ ਆਪਾਂ ਇੱਥੇ ਫਿਰ ਆਉਂਦੇ। ਇਹ ਜੋ ਗੱਲਾਂ ਇਹਨਾਂ ਦੇ ਮਨ ਵਿੱਚ ਉਹ ਭਾਵਨਾ ਰੱਖਦੇ ਨੇ, ਜਦੋਂ ਇਹਨਾਂ ਨੇ ਇਹ ਸ਼ਬਦ ਕਹੇ ਤੇ ਕਹਿੰਦੇ ਤੁਸੀਂ ਸਾਡੇ ਨਾਲ ਪ੍ਰੇਮ ਪਿਆਰ ਰੱਖੋ, ਤੁਸੀਂ ਸਵਾਲ ਜਵਾਬ ਨਾ ਕਰੋ। ਮੈਂ ਕਿਹਾ ਜੀ ਜਿੱਥੇ ਚਲੋ ਪ੍ਰੇਮ ਪਿਆਰ ਆ ਉਹ ਇੱਕ ਵੱਖਰੀ ਗੱਲ ਆ, ਜਿੱਥੇ ਸਿਧਾਂਤਕ ਗੱਲ ਆ ਵੀ ਤੁਸੀਂ ਸਾਨੂੰ ਇਸ ਚੀਜ਼ ਦਾ ਪ੍ਰਚਾਰ ਕਰਨ ਵਾਸਤੇ ਕਹਿ ਰਹੇ ਹੋ ਕਿ ਇਹ ਕੰਮ ਜਿਹੜਾ ਵਾ ਵੀ ਜਿੰਨਾ ਚਿਰ ਵਿਚਾਰਿਆ ਨਹੀਂ ਜਾਂਦਾ ਉਨਾ ਚਿਰ ਤੱਕ ਅਸੀਂ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਦਾਂ ਕਹਿ ਸਕਦੇ ਵੀ ਤੁਸੀਂ ਸੰਗਤ ਨੂੰ ਨਹੀਂ ਅਸੀਂ ਇੱਦਾਂ ਕਹਿ ਸਕਦੇ ਵੀ ਤੁਸੀਂ ਆ ਕਰੋ ਜਾਂ ਇਹਨੂੰ ਵਿਚਾਰੋ। ਅਤੇ ਫਿਰ ਮੈਂ ਕਿਹਾ ਜੀ ਵੀ ਚਲੋ ਫਿਰ ਇਹਨਾਂ ਨੇ ਕਲੀਅਰ ਹੀ ਹਾਂਜੀ ਨਾਲ ਹੀ ਕਲੀਅਰ ਇਹਨਾਂ ਨੇ ਕਹਿ ਦਿੱਤਾ ਵੀ ਚਲੋ ਕੋਈ ਗੱਲ ਨਹੀਂ ਵੀ ਤੁਸੀਂ ਪ੍ਰੇਮ ਪਿਆਰ ਰੱਖੋ ਆਉਂਦੇ ਜਾਂਦੇ ਰਹੋ ਅਤੇ ਠੀਕ ਹੈ, ਪਰ ਜਿਹੜਾ ਇਹਦੇ ਵਿੱਚ ਜਿੱਦਾਂ ਮੈਂ ਨਹੀਂ ਸਾਥ ਦੇ ਸਕਦਾ। ਅਤੇ ਅਸੀਂ ਇਹਨਾਂ ਨੂੰ ਬੇਨਤੀ ਕਰਕੇ ਆਖਿਆ ਜੀ, ਮੈਂ ਕਿਹਾ ਚਲੋ ਜੀ ਆਉਣ ਜਾਣ ਦੀ ਗੱਲ ਤਾਂ ਹੁਣ ਬਾਅਦ ਦੀ ਹੈ ਵੀ ਜਦੋਂ ਮੂੰਹ ਹੀ ਅਸੀਂ ਸੁਣ ਲਿਆ ਵੀ ਤੁਸੀਂ ਮੂੰਹ ਕਹਿ ਰਹੇ ਹੋ ਵੀ ਇਹ ਮਰਿਆਦਾ ਵਿਚਾਰਨ ਯੋਗ, ਇਹਦੇ ਵਿੱਚ ਅਜੇ ਗੱਲਾਂ ਕੁਝ ਵਿਚਾਰਨ ਵਾਲੀਆਂ ਨੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤੁਸੀਂ ਕਹਿ ਰਹੇ ਹੋ ਵੀ ਸੰਗਤ ਇਹਨੂੰ ਮੰਨੋ ਮੰਨੇ ਮੈਂ ਮੰਨ ਰਿਹਾ ਵਾਂ, ਹੈ ਨਾ ਜੀ। ਮੈਂ ਕਿਹਾ ਵੀ ਗੁੰਮਰਾਹ ਕਰਨ ਵਾਲੀ ਜਿਹੜੀਆਂ ਗੱਲਾਂ ਨੇ ਜਿਹੜੇ ਡਬਲ ਸਟੈਂਡ ਨੇ ਵੀ ਇਹ ਜਿਹੜਾ ਬੰਦਾ ਡਬਲ ਸਟੈਂਡ ਰੱਖ ਰਿਹਾ ਉਹਦੇ ਨਾਲ ਸਾਡੀ ਕੀ ਸਾਂਝ ਹੋ ਸਕਦੀ ਹੈ? ਕਮ ਸੇ ਕਮ ਗੁਰੂ ਦੀ ਹਜ਼ੂਰੀ ਵਿੱਚ ਤਾਂ ਨੇ ਨਾ ਤੁਸੀਂ ਇੱਦਾਂ ਸੰਗਤ ਨੂੰ ਗੁੰਮਰਾਹ ਕਰੋ, ਜਿਹੜੀ ਚੀਜ਼ ਅਜੇ ਕਲੀਅਰ ਨਹੀਂ ਗਈ ਤੁਸੀਂ ਉਸ ਦੀ ਗੱਲ ਨਾ ਕਰੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ। ਅਤੇ ਮੁੜ ਕੇ ਅਸੀਂ ਨਾਲ ਹੀ ਫਿਰ ਬੇਨਤੀ ਕੀਤੀ, ਮੈਂ ਕਿਹਾ ਜੀ ਚਲੋ ਤੁਸੀਂ ਵਿਧਾਨ ਸਭਾ ਇਲੈਕਸ਼ਨਾਂ ਵੇਲੇ ਬਹੁਤ ਪ੍ਰਚਾਰ ਕੀਤਾ ਵੀ ਸੰਗਤ ਸ਼ਰਾਬ ਜਿੱਦਾਂ ਸ਼ਰਾਬਾਂ ਲੈ ਕੇ ਨਾ ਵੋਟਾਂ ਪਾਵੇ, ਪੈਸੇ ਲੈ ਕੇ ਨਾ ਵੋਟਾਂ ਪਾਵੇ, ਅਤੇ ਤੁਸੀਂ ਜਿਹੜੀ ਆ ਦਿੱਲੀ ਕਮੇਟੀ ਦੀ ਇਲੈਕਸ਼ਨ ਆ ਵੀ ਇਹਦੇ ਵਿੱਚ ਵੀ ਸੰਗਤ ਨੂੰ ਬੇਨਤੀ ਕਰੋ ਵੀ ਸੰਗਤ ਪੈਸੇ ਲੈ ਕੇ ਨਾ ਵੋਟਾਂ ਪਾਵੇ ਅਤੇ ਸੰਗਤ ਸ਼ਰਾਬਾਂ ਲੈ ਕੇ ਨਾ ਵੋਟਾਂ ਪਾਵੇ, ਵੀ ਉੱਥੇ ਸੰਗਤ ਭਾਈ ਬਲਦੇਵ ਸਿੰਘ ਵਡਾਲਾ ਹੋਣਾ ਦਾ ਅਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਣਾ ਦਾ ਇਹਨਾਂ ਦਾ ਸਾਥ ਦੇਵੇ ਵੀ ਗੁਰਦੁਆਰੇ ਜਿਹੜੇ ਨੇ ਆਜ਼ਾਦ ਹੋਣੇ ਚਾਹੀਦੇ ਨੇ। ਅਤੇ ਕਹਿੰਦੇ ਨਹੀਂ ਜੀ ਮੈਂ ਇੰਨੀ ਗੱਲ ਨਹੀਂ ਕਹਿ ਸਕਦਾ ਵੀ ਸੰਗਤ ਭਾਈ ਬਲਦੇਵ ਸਿੰਘ ਵਡਾਲਾ ਦਾ ਸਾਥ ਦੇਵੇ ਜਾਂ ਭਾਈ ਰਣਜੀਤ ਸਿੰਘ ਹੋਣਾ ਦਾ, ਕਿਉਂ ਨਹੀਂ ਕਿਉਂ ਨਹੀਂ ਕਹਿੰਦੇ ਕਿ ਇਹਨਾਂ ਨੇ ਨਾਲ ਹੀ ਸ਼ਬਦ ਕਹਿ ਕਹਿੰਦੇ ਵੀ ਮੈਂ ਨਹੀਂ ਇੰਨੀ ਗੱਲ ਕਹਿ ਸਕਦਾ ਵੀ ਸੰਗਤ ਉਹਨਾਂ ਦਾ ਸਾਥ ਦੇਵੇ, ਮੇਰਾ ਜਿਹੜਾ ਸਰਨਾ ਹੈਗਾ ਵੀ ਉਹ ਨਾਰਾਜ਼ ਹੋ ਜਾਏਗਾ ਮੇਰਾ ਸਰਨਾ। ਹਾਂਜੀ ਵੀ ਸਰਨਾ ਜਿਹੜਾ ਉਹ ਮੇਰਾ ਸਰਨਾ ਜਿਹੜਾ ਉਹ ਨਾਰਾਜ਼ ਹੋ ਜਾਏਗਾ ਵੀ ਮੇਰੇ ਕੋਲ ਉਹ ਆਉਂਦਾ ਜਾਂਦਾ ਵੀ ਹੈ ਅਤੇ ਇਸ ਲਈ ਉਹ ਹਮਲੇ ਤੋਂ ਬਾਅਦ ਵੀ ਕਈ ਵਾਰੀ ਆਇਆ ਅਤੇ ਮੈਂ ਨਹੀਂ ਇਸ ਲਈ ਸਾਥ ਦੇ ਸਕਦਾ। ਅਤੇ ਮੈਂ ਇਹਨਾਂ ਨੂੰ ਨਾਲ ਹੀ ਬੇਨਤੀ ਕੀਤੀ, ਮੈਂ ਕਿਹਾ ਜੀ ਫਿਰ ਆਉਂਦੇ ਜਾਂਦੇ ਤਾਂ ਅਸੀਂ ਵੀ ਹਾਂ, ਜੇ ਉਹ ਆਉਂਦਾ ਜਾਂਦਾ ਅਸੀਂ ਵੀ ਆਉਂਦੇ ਜਾਂਦੇ ਹਾਂ, ਜੇ ਉਹਨੇ ਸਾਥ ਦਿੱਤਾ ਹੈ ਤਾਂ ਅਸੀਂ ਵੀ ਸਾਰਿਆਂ ਸਾਥ ਦਿੱਤਾ ਹੈ, ਭਾਈ ਬਲਦੇਵ ਸਿੰਘ ਵਡਾਲਾ ਹੋਣੀ ਵੀ ਤੁਹਾਡੇ ਕੋਲ ਆਉਂਦੇ ਰਹੇ ਨੇ, ਚਲੋ ਉਹਨਾਂ ਨੂੰ ਤਾਂ ਕੋਈ ਤੁਹਾਡੀ ਸਿਆਸੀ ਲੋੜ ਹੋਏਗੀ ਸਰਨੇ ਹੋਣਾ ਨੂੰ ਤੁਹਾਡੇ ਕੋਲ ਤਾਂ ਆਉਂਦੇ ਹੋਣਗੇ, ਅਸੀਂ ਕਿਹੜਾ ਇੱਥੇ ਇਲੈਕਸ਼ਨਾਂ ਲੜਨੀਆਂ ਨੇ, ਨਾ ਨਾ ਭਾਈ ਬਲਦੇਵ ਸਿੰਘ ਵਡਾਲਾ ਹੋਣੀ ਕਿਸੇ ਇਲੈਕਸ਼ਨ 'ਚ ਖੜ੍ਹੇ ਨੇ ਅਤੇ ਨਾ ਅਸੀਂ ਕਿਸੇ ਇਲੈਕਸ਼ਨ ਵਿੱਚ ਖੜ੍ਹੇ ਹਾਂ, ਅਸੀਂ ਤਾਂ ਤੁਹਾਨੂੰ ਇੱਕ ਪ੍ਰਚਾਰਕ ਹੋਣ ਦੇ ਨਾਤੇ ਕਹਿ ਰਹੇ ਹਾਂ ਵੀ ਗੁਰਦੁਆਰੇ ਆਪਾਂ ਰਾਜਨੀਤਿਕ ਲੋਕਾਂ ਤੋਂ ਆਜ਼ਾਦ ਕਰਾਈਏ ਵੀ ਤੁਸੀਂ ਸਾਥ ਦਿਓ। ਕਹਿੰਦੇ ਨਹੀਂ ਅਖੇ ਸਰਨੇ ਨੇ ਨਾਰਾਜ਼ ਹੋਣਾ ਫਿਰ ਜੇ ਮੈਂ ਇਹ ਇਹਨਾਂ ਦਾ ਸਾਥ ਦਿੱਤਾ। ਮੈਂ ਜੀ ਚਲੋ ਕੋਈ ਨਹੀਂ, ਤੁਸੀਂ ਇਹ ਵੀ ਨਾ ਕਹੋ ਵੀ ਸੰਗਤ ਜਿਹੜੀ ਉਹ ਭਾਈ ਬਲਦੇਵ ਸਿੰਘ ਵਡਾਲਾ ਹੋਣਾ ਦਾ ਜਾਂ ਭਾਈ ਰਣਜੀਤ ਸਿੰਘ ਹੋਣਾ ਦਾ ਸਾਥ ਦੇਵੇ, ਨਾਮ ਤੁਸੀਂ ਨਾ ਲਓ, ਤੁਸੀਂ ਸਿਰਫ ਇੰਨਾ ਹੀ ਸੰਗਤ ਨੂੰ ਮੈਸੇਜ ਦੇ ਦਿਓ। ਇਲੈਕਸ਼ਨ ਵਿੱਚ ਉਦੋਂ ਸਿਰਫ 3 ਦਿਨ ਬਾਕੀ ਸਨ, ਇਲੈਕਸ਼ਨ ਵਿੱਚ ਸਿਰਫ 3 ਦਿਨ ਬਾਕੀ ਸਨ ਅਤੇ ਅਸੀਂ ਵੇਖ ਚੁੱਕੇ ਸਾਂ ਦਿੱਲੀ ਦੇ ਹਾਲਾਤ ਵੀ ਦੋਵੇਂ ਪਾਰਟੀਆਂ ਭਾਵੇਂ ਸਰਨਾ ਗਰੁੱਪ ਏ ਅਤੇ ਭਾਵੇਂ ਇਹ ਜੀ ਕੇ ਹੋਣਾ ਦੇ ਬੰਦੇ ਨੇ ਜਿੰਨੇ ਵੀ ਨੇ, ਵੱਧ ਤੋਂ ਵੱਧ ਪੈਸੇ ਦੇ ਕੇ ਲੋਕਾਂ ਨੂੰ ਡਿਨਰ ਪਾਰਟੀਆਂ ਔਫਰ ਕਰਕੇ ਲੋਕਾਂ ਨੂੰ ਸ਼ਰਾਬਾਂ ਪਿਆ ਕੇ ਲੋਕ ਵੋਟਾਂ ਲੈ ਰਹੇ ਸਨ। ਅਸੀਂ ਸਾਰਾ ਕੁਝ ਉੱਥੇ 14-15 ਦਿਨ ਜਦੋਂ ਘਰ ਘਰ ਜਾ ਕੇ ਸੰਗਤ ਨੂੰ ਬੇਨਤੀ ਕੀਤੀ ਵੀ ਚੰਗੇ ਗੁਰਸਿੱਖਾਂ ਦਾ ਸਾਥ ਦਿਓ, ਅਸੀਂ ਸਾਰਾ ਕੁਝ ਅੱਖੀਂ ਵੇਖਿਆ ਵੀ ਕਿਵੇਂ ਇਹ ਲੋਕ ਗੁਰਦੁਆਰੇ ਦੀ ਕੁਰਸੀ ਹਾਸਲ ਕਰਨ ਵਾਸਤੇ ਨਸ਼ਿਆਂ ਦਾ ਇਸਤੇਮਾਲ ਕਰ ਰਹੇ ਨੇ। ਅਸੀਂ ਭਾਈ ਰਣਜੀਤ ਸੋਹਣਾ ਨੂੰ ਬੇਨਤੀ ਕੀਤੀ, ਮੈਂ ਕਿਹਾ ਚਲੋ ਤੁਸੀਂ ਇੰਨੀ ਗੱਲ ਹੀ ਕਹਿ ਦਿਓ ਵੀ ਦਿੱਲੀ ਦੀ ਸੰਗਤ ਚੰਗੇ ਗੁਰਸਿੱਖਾਂ ਦਾ ਸਾਥ ਦੇਵੇ, ਤੁਸੀਂ ਨਾਮ ਕਿਸੇ ਦਾ ਨਾ ਲਓ, ਇੰਨਾ ਹੀ ਸਿਰਫ ਕਹਿ ਦਿਓ ਵੀ ਦਿੱਲੀ ਦੀ ਸੰਗਤ ਚੰਗੇ ਗੁਰਸਿੱਖਾਂ ਦਾ ਸਾਥ ਦੇਵੇ, ਦਿੱਲੀ ਦੀ ਸੰਗਤ
ਜਿਹੜਾ ਵੀ ਜਿਹੜੇ ਵੀ ਬੰਦੇ ਨੂੰ ਵੋਟ ਪਾਉਣੀ ਉਹਦਾ ਉਹਦਾ ਪਿਛੋਕੜ ਦੇਖ ਕੇ ਉਹਦਾ ਜੀਵਨ ਵੇਖ ਕੇ ਉਹਨੂੰ ਵੋਟ ਦਿਓ। ਮੈਂ ਕਿਹਾ ਜੇ ਇੰਨੀ ਗੱਲ ਕਹਿ ਦਿਓ ਤੇ ਭਾਈ ਰਣਜੀਤ ਸਿੰਘ ਦੇ ਨਾਲ ਹੀ ਕਹਿੰਦੇ ਨਹੀਂ ਮੈਨੂੰ ਨਹੀਂ ਕੋਈ ਚੰਗੇ ਚੰਗੇ ਜੀਵਨ ਵਾਲਾ ਦਿਸਦਾ, ਮੈਨੂੰ ਨਹੀਂ ਕੋਈ ਦਿੱਲੀ 'ਚ ਕੇ ਚੰਗੇ ਗੁਰਸਿੱਖ ਜੀਵਨ ਵਾਲਾ ਦਿਸਦਾ। ਮੈਂ ਕਿਹਾ ਜੇ ਵੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਣਾ ਦੀ ਇੰਨੀ ਵੱਡੀ ਕੁਰਬਾਨੀ ਹੈ, ਗੁਰੂ ਦੀ ਨਿੰਦਿਆ ਕਰਨ ਵਾਲਾ ਨਰਕ ਧਾਰੀ ਆ ਉਹਨਾਂ ਨੇ ਮਾਰਿਆ ਹੈ, ਦਹਾਕੇ ਤੋਂ ਵੱਧ ਉਹਨਾਂ ਨੇ ਜੇਲ੍ਹ ਕੱਟੀ ਹੈ, ਅਤੇ ਭਾਈ ਬਲਦੇਵ ਸਿੰਘ ਵਡਾਲਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਘਰ ਦੇ ਕੀਰਤਨੀਏ ਨੇ, ਨਿਤਨੇਮੀ ਨੇ, ਚੰਗੇ ਜੀਵਨ ਵਾਲੇ ਨੇ, ਉਹ ਸਾਰੇ ਛੱਡ ਕੇ ਉਹ ਨਹੀਂ ਸਾਨੂੰ ਚੰਗੇ ਜੀਵਨ ਵਾਲੇ ਦਿਸਦੇ, ਅਤੇ ਸਾਨੂੰ ਸਰਨੇ ਗੁਣੀ ਚੰਗੇ ਜੀਵਨ ਵਾਲੇ ਦਿਸਦੇ ਨੇ, ਤੇ ਕਹਿੰਦੇ ਨਹੀਂ ਅਖੇ ਵੀ ਚਲੋ ਵੀ ਮੈਂ ਨਹੀਂ ਸਾਥ ਦੇ ਸਕਦਾ। ਉਹਨਾਂ ਨੇ ਸਾਫ਼ ਜਿੱਦਾਂ ਜਵਾਬ ਦੇ ਦਿੱਤਾ, ਤੇ ਮੁੜ ਕੇ ਜਦੋਂ ਅਸੀਂ ਇੰਨੀ ਕਿ ਚਲੋ ਗੱਲਬਾਤ ਹੋਈ, ਫਿਰ ਉਹ ਕਹਿੰਦੇ ਵੀ ਚਲੋ ਤੁਸੀਂ ਆਉਂਦੇ ਜਾਂਦੇ ਰਹੋ, ਪ੍ਰੇਮ ਪਿਆਰ ਰੱਖੋ। ਫਿਰ ਉਹਨਾਂ ਨੇ, ਮੈਂ ਕਿਹਾ ਜੀ ਚਲੋ ਕੋਈ ਨਹੀਂ, ਜਦੋਂ ਹੁਣ ਤੁਸੀਂ ਚੰਗੇ ਗੁਰਸਿੱਖਾਂ ਦਾ ਸਾਥ ਆਪਾਂ ਦੇਣਾ ਨਹੀਂ, ਲੋਕਾਂ ਨੂੰ ਅਸੀਂ ਜਾਗਰੂਕ ਕਰਦੇ ਹਾਂ ਵੀ ਬੁਰਿਆਈਆਂ ਦੇ ਵਿਰੁੱਧ ਖੜੇ ਹੋਵੋ, ਮਾੜੇ ਬੰਦਿਆਂ ਦੇ ਵਿਰੁੱਧ ਖੜੇ ਹੋਵੋ, ਲੋਕਾਂ ਨੂੰ ਸਟੇਜਾਂ 'ਤੇ ਅਸੀਂ ਜਾਗਰੂਕ ਕਰ ਰਹੇ ਹਾਂ, ਪਰ ਗਰਾਊਂਡ ਲੈਵਲ 'ਤੇ ਅਸੀਂ ਆਪ ਕੁਝ ਕਰਨ ਨੂੰ ਤਿਆਰ ਨਹੀਂ। ਆਪ ਅਸੀਂ ਰਾਜਨੀਤਿਕ ਪਾਰਟੀਆਂ ਨਾਲ ਸਮਝੌਤੇ ਕਰੀ ਬੈਠੇ ਹਾਂ, ਆਪ ਅਸੀਂ ਪੋਲੀਟੀਕਲ ਪਾਰਟੀਆਂ ਨਾਲ ਸਮਝੌਤੇ ਕਰੀ ਬੈਠੇ ਹਾਂ, ਅਤੇ ਲੋਕਾਂ ਨੂੰ ਅਸੀਂ ਕਹਿ ਰਹੇ ਹਾਂ ਵੀ ਫਲਾਣਾ ਬੰਦਾ ਸਿਆਸੀ ਹੈ, ਫਲਾਣਾ ਬੰਦਾ ਸਿਆਸੀ ਹੈ, ਆਪਣਾ ਤੁਸੀਂ ਮੂੰਹ ਕਹਿ ਰਹੇ ਹੋ ਵੀ ਤੁਹਾਡਾ ਫਲਾਣਾ ਬੰਦਾ ਨਾਰਾਜ਼ ਹੋ ਜਾਏਗਾ, ਤੁਸੀਂ ਵੀ ਤਾਂ ਰਾਜਨੀਤਿਕ ਲੋਕਾਂ ਨਾਲ ਸਮਝੌਤਾ ਕਰਕੇ ਬੈਠੇ ਹੋ ਨਾ। ਠੀਕ ਹੈ, ਕੋਈ ਇੱਕ ਅਕਾਲੀਆਂ ਨਾਲ ਸਮਝੌਤਾ ਕਰਕੇ ਬੈਠਾ ਹੋਵੇਗਾ, ਤੁਸੀਂ ਕਾਂਗਰਸ ਨਾਲ ਸਮਝੌਤਾ ਕਰਕੇ ਬੈਠੇ ਹੋ, ਫਿਰ ਇੱਕ ਦੂਜੇ ਨੂੰ ਸਿਆਸੀ ਕਿਉਂ ਕਹਿ ਰਹੇ ਹੋ? ਫਿਰ ਤਾਂ ਸਾਰੇ ਸਿਆਸੀ, ਫਿਰ ਤਾਂ ਕਹਿਣਾ ਬੰਦ ਕਰੋ ਨਾ ਵੀ ਫਲਾਣਾ ਸਿਆਸੀ ਹੈ, ਫਲਾਣਾ ਸਰਕਾਰੀ ਹੈ। ਤੁਸੀਂ ਮੂੰਹ ਕਹਿ ਰਹੇ ਹੋ ਵੀ ਤੁਹਾਡੇ ਸਰਨੇ ਹੋਣੇ ਨਾਰਾਜ਼ ਹੋਣਗੇ, ਪਰ ਇਦੋਂ ਬਾਅਦ ਵਿੱਚ ਨਾਲ ਹੀ ਮੈਂ ਇੱਕ ਜੁੜਦੀ ਜਿਹੜੀ ਗੱਲ ਹੋਰ ਇੱਥੇ ਕਹਿ ਦਿਆਂ ਵੀ ਉੱਥੇ ਭਾਈ ਰਣਜੀਤ ਸਿੰਘ ਉਹਨਾਂ ਨੇ ਕਿਹਾ ਸਰਨਾ ਨਾਰਾਜ਼ ਹੋ ਜਾਏਗਾ, ਜਾਂ ਮੈਂ ਨਹੀਂ ਇਹਨਾਂ ਦਾ ਸਾਥ ਦੇਣਾ, ਭਾਈ ਬਲਦੇਵ ਸਿੰਘ ਵਡਾਲਾ ਹੋਣੇ ਦਾ ਜਾਂ ਸਿੰਘ ਸਾਹਿਬ ਹੋਣਾ ਦਾ। ਚਲੋ ਉੱਥੇ ਇਲੈਕਸ਼ਨ ਵਿੱਚ ਉੱਥੇ ਬਾਅਦ ਵਿੱਚ ਜਿਹੜੇ ਸਿੰਘ ਉਹ ਹਾਰੇ ਵੀ ਨੇ, ਇੱਕ ਦੋ ਸੀਟਾਂ ਪ੍ਰਾਪਤ ਵੀ ਹੋਈਆਂ, ਉੱਥੇ ਅੰਮ੍ਰਿਤਧਾਰੀ ਜਿੰਨੀ ਵੋਟ ਸੀਗੀ 70 ਤੋਂ 80 ਹਜ਼ਾਰ ਅੰਮ੍ਰਿਤਧਾਰੀ ਵੋਟ ਕੱਟ ਵੀ ਦਿੱਤੀ ਗਈ, ਅਤੇ ਜਿਹੜੇ ਮੋਨੇ ਸੀ ਉਹਨਾਂ ਦੀਆਂ ਵੋਟਾਂ ਵੀ ਜਿਹੜੀਆਂ ਉਹ ਪੋਲ ਹੋਈਆਂ ਨੇ, ਕਹਿਣ ਤੋਂ ਭਾਵ ਕਿਸੇ ਵੀ ਤਰੀਕੇ ਨਾਲ ਉੱਥੇ ਇਲੈਕਸ਼ਨ ਜਿਹੜੀ ਸੀ ਉਹ ਜਿੱਤੀ ਗਈ। ਪਰ ਦੁੱਖ 2 ਦਿਨ ਪਹਿਲਾਂ ਹੋਇਆ, ਉਦੋਂ ਵੀ ਨਹੀਂ ਸੀ ਇੰਨਾ ਦੁੱਖ ਹੋਇਆ ਜਿੰਨਾ ਦੁੱਖ ਆ 2 ਦਿਨ ਪਹਿਲਾਂ ਹੋਇਆ, ਜਿਹੜੀ ਹਲਕਾ ਸ਼ਾਹਕੋਟ ਦੇ ਵਿੱਚ ਇਲੈਕਸ਼ਨ ਹੋਈ। ਹਲਕਾ ਸ਼ਾਹਕੋਟ ਦੇ ਵਿੱਚ ਜਿਹੜੀ ਇਲੈਕਸ਼ਨ ਹੋਈ, ਉੱਥੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਜਿਹੜਾ ਗੁਰਮਤਿ ਪ੍ਰਚਾਰ ਸੇਵਾ ਦਲ ਮਿਸ਼ਨ, ਜਿਹੜੀ ਇਹਨਾਂ ਦੀ ਜਥੇਬੰਦੀ ਆ, ਗੁਰਮਤਿ ਪ੍ਰਚਾਰ ਸੇਵਾ ਦਲ ਮਿਸ਼ਨ ਨੇ ਸ਼ਾਹਕੋਟ ਹਲਕੇ ਦੇ ਵਿੱਚ ਬਿਲਕੁਲ ਡਾਇਰੈਕਟਲੀ ਇਹਨਾਂ ਨੇ ਸਪੋਰਟ ਕੀਤੀ ਜਿਹੜਾ ਕਾਂਗਰਸ ਦਾ ਜਿਹੜਾ ਉਮੀਦਵਾਰ ਖੜਾ ਹੋਇਆ। ਹਾਂਜੀ, ਉਹਨਾਂ ਨੂੰ ਕਲੀਅਰਲੀ ਸਪੋਰਟ ਕੀਤੀ। ਚਲੋ ਉਹਨਾਂ ਨੇ ਇਹਨਾਂ ਨੂੰ ਸਪੋਰਟ ਕੀਤੀ, ਇਹਦੇ ਗੱਲ ਨਾਲ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਕਿਉਂ ਸਪੋਰਟ ਕੀਤੀ ਜਾਂ ਨਹੀਂ ਸੀ ਕਰਨੀ ਚਾਹੀਦੀ, ਇਹਨਾਂ ਦਾ ਆਪਣਾ ਸੁਭਾਅ ਵੀ ਚਲੋ ਉਹਨਾਂ ਨੇ ਉਹਨਾਂ ਨੂੰ ਸਪੋਰਟ ਕੀਤੀ, ਪਰ ਇੱਥੇ ਉਹ MLA ਦੀ ਇਲੈਕਸ਼ਨ ਲੜ ਰਹੇ ਆ, ਅਤੇ ਤੁਸੀਂ ਤੁਹਾਡਾ ਗੁਰਮਤਿ ਪ੍ਰਚਾਰ ਸੇਵਾ ਦਲ ਮਿਸ਼ਨ ਕਲੀਅਰ ਮੋਟੇ ਅੱਖਰਾਂ ਦੇ ਵਿੱਚ ਅਖਬਾਰ ਵਿੱਚ ਨਿਊਜ਼ ਲਵਾ ਰਿਹਾ ਵਾ ਵੀ ਸਾਡਾ ਸਮਰਥਨ ਇਸ ਗਰੁੱਪ ਨੂੰ, ਡਾਇਰੈਕਟਲੀ ਤੁਸੀਂ ਸਮਰਥਨ ਦੇ ਦਿੱਤਾ, ਸਾਥ ਦੇ ਦਿੱਤਾ। ਅਤੇ ਇਹ ਹਾਲਾਂਕਿ ਇਹ MLA ਦੀ ਇਲੈਕਸ਼ਨ ਆ, ਇਹਦੇ ਨਾਲ ਧਰਮ ਦਾ ਕੋਈ ਮਤਲਬ ਨਹੀਂ, ਅਤੇ ਜਦੋਂ ਧਰਮ ਦੀ ਇਲੈਕਸ਼ਨ ਸੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸੀ, ਗੁਰਦੁਆਰੇ ਦੀ ਜਿੱਥੇ ਗੱਲ ਆ, ਉੱਥੇ ਅਸੀਂ ਤੁਹਾਨੂੰ ਕਿਹਾ ਵੀ ਤੁਸੀਂ ਜੇ ਡਾਇਰੈਕਟਲੀ ਨਹੀਂ ਕਹਿਣਾ ਤਾਂ ਇਨਡਾਇਰੈਕਟਲੀ ਕਹਿ ਦਿਓ, ਡਾਇਰੈਕਟਲੀ ਨਹੀਂ ਕਹਿਣਾ ਤਾਂ ਇਨਡਾਇਰੈਕਟਲੀ ਕਹਿ ਦਿਓ ਵੀ ਸੰਗਤ ਚੰਗੇ ਗੁਰਸਿੱਖਾਂ ਦਾ ਸਾਥ ਦੇਵੇ। ਉੱਥੇ ਤੁਸੀਂ ਇੱਕ ਸ਼ਬਦ ਨਹੀਂ ਬੋਲਿਆ। ਇਹ ਭਾਈ ਰਣਜੀਤ ਸਿੰਘ ਹੋਣਾ ਦੇ ਨਾਲ ਮੇਰੇ ਕੋਲ ਉਹ ਅਖਬਾਰ ਦੀ ਜਿਹੜੀ ਕਟਿੰਗ ਆ ਉਹ ਵੀ ਮੈਂ, ਮੇਰਾ ਖਿਆਲ ਤੁਹਾਨੂੰ ਫਿਰ ਮਨ ਵੀ ਉਦੋਂ ਬਾਅਦ ਹੀ ਬਣਿਆ ਵੀ ਮੈਂ ਹੁਣ ਕਦੇ ਸੰਗਤ ਨੂੰ ਦੱਸਾਂ। ਨਹੀਂ ਬਿਲਕੁਲ ਬਿਲਕੁਲ ਜੀ, ਕਿਉਂਕਿ ਇਹ ਰਾਜਨੀਤਿਕ ਪਾਰਟੀਆਂ ਨਾਲ ਜੇ ਵੱਡੇ ਵੱਡੇ ਪ੍ਰਚਾਰਕ ਸਮਝੌਤੇ ਕਰਕੇ ਬੈਠੇ ਨੇ, ਵੱਡੇ ਵੱਡੇ ਪਾਰਟੀਆਂ ਨਾਲ ਸਮਝੌਤੇ ਕਰਕੇ ਬੈਠੇ ਨੇ, ਤੇ ਫਿਰ ਪੰਥ ਨੂੰ ਫਿਰ ਕੀ ਅਸੀਂ ਚੰਗੀ ਸਿੱਖਿਆ ਦੇਵਾਂਗੇ, ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਦੂਸਰੇ ਬੰਦੇ ਨੂੰ ਗੱਲ ਕਹਿੰਦਾ ਉਹਨੂੰ ਪਹਿਲਾਂ ਆਪਣਾ ਵੀ ਸੋਚਣਾ ਚਾਹੀਦਾ ਮੈਂ ਕੀ ਕਰਾਂ। ਬਿਲਕੁਲ ਬਿਲਕੁਲ ਵਾਹਿਗੁਰੂ ਜੀ, ਜਦੋਂ ਅਸੀਂ ਦੂਜੇ ਨੂੰ ਸਰਕਾਰੀ ਕਹਿੰਦੇ ਹਾਂ ਫਿਰ ਸਾਨੂੰ ਆਪ ਵੀ ਵੇਖਣਾ ਚਾਹੀਦਾ ਵੀ ਮੈਂ ਵੀ ਤਾਂ ਇੱਕ ਪਾਰਟੀ ਨਾਲ ਰਲਿਆ ਹੋਇਆ ਹੈ ਨਾ। ਫਿਰ ਜਦੋਂ ਤੁਹਾਡਾ ਗੁਰਮਤਿ ਪ੍ਰਚਾਰ ਸੇਵਾ ਦਲ ਮਿਸ਼ਨ ਇੱਕ ਧੜੇ ਨੂੰ ਸਪੋਰਟ ਕਰ ਰਿਹਾ, ਫਿਰ ਅਸੀਂ ਦੂਜਿਆਂ ਨੂੰ ਅਸੀਂ ਸਰਕਾਰੀ ਫਿਰ ਅਸੀਂ ਕਿਵੇਂ ਕਹਿ ਸਕਦੇ? ਚਲੋ ਵਿੱਚ ਗੱਲ ਤੁਸੀਂ ਜੋੜੀ ਆ, ਉਦੋਂ ਬਾਅਦ ਤੁਸੀਂ ਆ ਗਏ ਸਹੀ ਸਲਾਮਤ ਉੱਥੇ? ਹਾਂਜੀ, ਅਸੀਂ ਜਦੋਂ ਇਹ ਗੱਲਬਾਤ ਹੋਈ ਹੈ ਤੇ ਫਿਰ ਅਸੀਂ ਨਾਲ ਹੀ, ਚਲੋ ਉਹਨਾਂ ਨੇ ਉਹ ਆਪਣੇ ਕੋਠੀ ਦੇ ਕਮਰੇ ਵੱਲ ਨੂੰ ਹੋਏ, ਇਹ ਜਿਹੜੀ ਗੱਲਬਾਤ ਸਾਡੀ ਹੋਈ ਹੈ ਕੋਠੀ ਦੇ ਵਿੱਚ ਹੀ ਹੋਈ, ਉਹ ਥੋੜੇ ਜਿਹੇ ਪਰਾਂ ਹੋਏ ਅਸੀਂ ਆਪਣੀ ਕਾਰ ਵੱਲ ਨੂੰ ਬਾਹਰ ਨੂੰ ਨਿਕਲਣ ਲੱਗੇ ਤੇ ਕੋਠੀ ਦੇ ਦਰਵਾਜ਼ੇ ਤੋਂ, ਤੇ ਇਹਨਾਂ ਦੇ ਇਹਦਾ ਬਾਡੀਗਾਰਡ ਸੀ ਭਾਈ ਰਣਜੀਤ ਸਿੰਘ ਦਾ, ਰਾਮ ਸਿੰਘ ਚੋਲੇ ਵਾਲਾ, ਰਾਮ ਸਿੰਘ ਚੋਲੇ ਵਾਲਾ। ਹਾਂਜੀ, ਉਹਨੇ ਪਿਛਲੇ ਦਿਨੀ ਚੋਲਾ ਸਾਹਿਬ ਪ੍ਰੋਗਰਾਮ ਰੱਖਿਆ ਸੀ। ਹਾਂਜੀ ਹਾਂਜੀ ਹਾਂਜੀ, ਉਹਨੇ ਸਾਡੇ ਸਿੰਘ ਨੂੰ ਜਿੱਦਾਂ ਗੱਲ ਕੱਢੀ, ਉਹਨੇ ਬੜੀ ਮਾੜੀ ਗੱਲ ਕੱਢੀ, ਦੱਸ ਨਹੀਂ ਸਕਦੇ, ਉਹਨੇ ਭੈੜਾ ਸ਼ਬਦ ਵਰਤਿਆ, ਤੇ ਸਾਡੇ ਸਿੰਘ ਨੇ ਨਾਲ ਹੀ ਉਹਨੂੰ ਕਿਹਾ ਵੀ ਕੀ ਗੱਲ ਵੀ ਭਾਈ ਤੂੰ ਗੱਲ ਕਿਉਂ ਕੱਢਦਾ,
ਤੇ ਉਹਨੇ ਉਹ ਕਹਿੰਦਾ ਵੀ ਤੁਸੀਂ ਆ ਕੇ ਸਾਡੇ ਬਾਬੇ ਨਾਲ ਸਵਾਲ ਜਵਾਬ ਕਰਦੇ ਜੇ। ਹਾਲਾਂਕਿ ਸਾਡੀ ਅਸੀਂ ਕੋਈ ਭਾਈ ਰਣਜੀਤ ਸਿੰਘ ਨੂੰ ਕੋਈ ਉੱਚਾ ਨੀਵਾਂ ਸ਼ਬਦ ਨਹੀਂ ਬੋਲਿਆ, ਇੱਕ ਵੀ ਮਾੜਾ ਸ਼ਬਦ ਨਹੀਂ ਬੋਲਿਆ, ਬਿਲਕੁਲ ਧੀਰਜ ਨਾਲ ਠਰਮੇ ਨਾਲ ਗੱਲਬਾਤ ਵਿਚਾਰਾਂ ਹੋਈ, ਹੋਈਆਂ ਵਿਚਾਰ ਬਿਲਕੁਲ ਹਾਂਜੀ ਵਿਚਾਰ ਹੋਈ ਆ। ਹਾਲਾਂਕਿ ਭਾਈ ਰਣਜੀਤ ਸਿੰਘ ਜ਼ਰੂਰ ਤਲਖੀ ਚਾਉਂਦੇ ਰਹੇ ਕਿ ਠੀਕ ਮੈਨੂੰ ਇਹ ਸਵਾਲ ਕਰ ਰਹੇ ਆ, ਜਾਂ ਮੇਰੇ ਨਾਲ ਇਹਨਾਂ ਨੇ ਇੱਕ ਘੰਟਾ ਇਹ ਇਹਨਾਂ ਵਿਚਾਰਾਂ 'ਤੇ ਲਾ ਦਿੱਤਾ, ਜਾਂ ਮੇਰੇ ਨਾਲ ਸਹਿਮਤੀ ਨਹੀਂ ਪ੍ਰਗਟਾ ਰਹੇ। ਉਹ ਜ਼ਰੂਰ ਤਲਖੀ 'ਚ ਆਏ ਆ, ਗੁੱਸੇ 'ਚ ਆਏ, ਉਹਨਾਂ ਦੀ ਆਵਾਜ਼ ਜ਼ਰੂਰ ਸੁਰ ਉਹਨਾਂ ਦੀ ਉੱਚੀ ਹੋਈ ਆ, ਪਰ ਸਾਡੇ ਵੱਲੋਂ ਇੱਕ ਵੀ ਅਪਸ਼ਬਦ ਨਹੀਂ ਬੋਲਿਆ ਗਿਆ। ਪਰ ਜਦੋਂ ਉਹਨੇ ਸਾਡੇ ਸਿੰਘ ਨੇ ਆਖਿਆ ਉਹਨੂੰ ਰਾਮ ਸਿੰਘ ਚੋਲੇ ਵਾਲੇ ਨੂੰ ਕਿ ਭਾਈ ਤੂੰ ਗਾਲ ਕਿਉਂ ਕੱਢਦਾ, ਤਾਂ ਉਹਨੇ ਕਹਿੰਦਾ ਕਹਿੰਦਾ ਤੁਸੀਂ ਸਾਡੇ ਬਾਬੇ ਨਾਲ ਵਿਚਾਰ ਕਰਦੇ ਜੇ, ਸਵਾਲ ਜਵਾਬ ਕਰਦੇ ਜੇ, ਅਤੇ ਵੀ ਤੁਸੀਂ ਉਹਨੂੰ ਸਵਾਲ ਪੁੱਛ ਰਹੇ ਜੇ। ਅਤੇ ਸਾਡੇ ਨਾਲ ਦੇ ਸਿੰਘ ਨੇ ਆਖਿਆ ਕਹਿੰਦਾ ਵੀ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਗੀ, ਵੀ ਅਸੀਂ ਤਾਂ ਅੱਗੇ ਵੀ ਚਲਾਉਂਦੇ ਜਾਂਦੇ ਹਾਂ ਵੀ ਤੂੰ ਗਾਲ ਕਿਉਂ ਕੱਢ ਰਿਹਾ, ਤੂੰ ਇੰਨੀ ਮਾੜੀ ਤੂੰ ਸ਼ਬਦ ਵਰਤੇ ਨੇ, ਕਿਉਂ ਵਰਤ ਰਹੇ ਹਾਂ। ਅਤੇ ਉਹਨੇ ਉਸੇ ਵੇਲੇ ਜਿਹੜੀ ਉਹਦੇ ਕੋਲ ਰਫਲ ਸੀ ਉਹ ਕੱਢ ਕੇ ਅਤੇ ਸਾਡੀ ਸਿੰਘ ਦੇ ਛਾਤੀ 'ਤੇ ਰੱਖੀ, ਕਹਿੰਦਾ ਵੀ ਆਖੇ ਗੋਲੀ ਮਾਰ ਦੂੰਗਾ ਜੀ। ਜਦੋਂ ਉਹਨੇ ਇੰਨੀ ਗੱਲ ਕਹੀ ਆ ਵੀ ਗੋਲੀ ਮਾਰ ਦੂੰਗਾ ਜੀ, ਅਤੇ ਇੱਧਰੋਂ ਜਿਹੜਾ ਸਿੰਘ ਸੀ ਉਹ ਵੀ ਉਹਦਾ ਵੀ ਮਨ ਹੈਰਾਨ ਹੋਇਆ, ਸਾਡਾ ਵੀ ਸਾਰਿਆਂ ਦਾ ਮਨ ਹੈਰਾਨ ਹੋਇਆ ਵੀ ਅਸੀਂ ਤਾਂ ਕੋਈ ਨਾ ਝਗੜੇ ਦੀ ਇੱਛਾ ਲੈ ਕੇ ਆਏ ਹਾਂ, ਕੋਈ ਨਾ ਸਾਡੇ ਮਨ ਵਿੱਚ ਕੋਈ ਇਹੋ ਜਿਹਾ ਵਿਚਾਰ ਹੈਗਾ ਵਾ, ਆਪਾਂ ਤਾਂ ਬੜੀ ਸੁਹਿਰਦਤਾ ਨਾਲ ਅੱਗੇ ਵੀ ਇਹਨਾਂ ਕੋਲ ਆਉਂਦੇ ਜਾਂਦੇ ਰਹੀਦਾ ਵਾ, ਅਤੇ ਹੁਣ ਵੀ ਇਹਨਾਂ ਕੋਲ ਉਸੇ ਤਰੀਕੇ ਨਾਲ ਹੀ ਆਪਾਂ ਆਏ ਹਾਂ। ਇਹ ਝਗੜੇ ਵਾਲਾ ਮਾਹੌਲ ਬਣਾ ਰਹੇ, ਫਿਰ ਸਾਡੇ ਮਨ ਵਿੱਚ ਆਇਆ ਵੀ ਨਹੀਂ ਆਪਾਂ ਕੋਈ ਇੱਥੇ ਝਗੜਾ ਨਹੀਂ ਕਰਨਾ, ਆਪਾਂ ਗੁਰੂ ਸਾਹਿਬ ਦਾ ਘਰ ਆ, ਬਾਕੀ ਵੈਸੇ ਵੀ ਸਿੱਖ ਸਿੱਖ ਵਿੱਚ ਆਪਸ ਵਿੱਚ ਲੜੇ ਕਿਉਂ, ਇੱਦਾਂ ਕਿਉਂ, ਸਾਡੀ ਕਿਹੜੀ ਕੋਈ ਜ਼ਮੀਨ ਦਾ ਰੌਲਾ ਹੈ, ਵੱਟ ਸਾਂਝੀ ਹੈ ਵੀ ਜਿਹਦੀ ਅਸੀਂ ਲੜਾਈ ਕਰਨੀ। ਅਸੀਂ ਨਾਲ ਹੀ ਉਸੇ ਵੇਲੇ ਸਿੰਘਾਂ ਨੂੰ ਕਿਹਾ ਨਹੀਂ ਆਪਾਂ ਝਗੜਾ ਨਹੀਂ ਕਰਨਾ, ਆਪਾਂ ਤੁਰ ਗਏ, ਵੀ ਇਹਨਾਂ ਦੇ ਬੰਦੇ ਜਿਹੜੇ ਉਹ ਗਰਮੀ ਵਿਖਾ ਰਹੇ ਉਹ ਝਗੜਾ ਕਰਨਾ ਚਾਹੁੰਦੇ, ਆਪਾਂ ਤੁਰ ਗਏ। ਅਸੀਂ ਉਸੇ ਵੇਲੇ ਜਿੱਦਾਂ ਕੋਠੀ ਤੋਂ ਬਾਹਰ ਨਿਕਲ ਕੇ ਅਤੇ ਆਪਣੀ ਗੱਡੀ ਦੇ ਵਿੱਚ ਬੈਠੇ ਹਾਂ, ਇਹ ਉਸ ਵੇਲੇ ਤੜਕੇ ਦੇ 4 ਵਜੇ ਸੀਗੇ, ਵਿਚਾਰ ਘੰਟਾ ਡੇਢ ਘੰਟਾ ਸਾਰਾ ਉਹ ਟਾਈਮ ਉੱਧਰ ਲੰਘਿਆ, 4 ਵਜ ਗਏ ਸੀ ਉਸ ਵੇਲੇ ਤੜਕੇ ਦੇ। ਅਸੀਂ ਦਵਾ ਦਵਾ ਆਪਣੀ ਗੱਡੀ ਵਿੱਚ ਬੈਠੇ ਅਤੇ ਗੱਡੀ ਲੈ ਕੇ ਅਸੀਂ ਪਰਮੇਸ਼ਰ ਦੁਆਰ ਤੋਂ ਬਾਹਰ ਨੂੰ ਨਿਕਲੇ ਹਾਂ, ਅਤੇ ਉਸ ਵੇਲੇ ਸਾਡੀ ਗੱਡੀ ਦੇ ਮਗਰਲੇ ਪਾਸੇ ਗੱਡੀ ਜਿਹੜੀ ਖੜ੍ਹੀ ਸੀ ਉਹ ਸਵਿਫਟ ਗੱਡੀ ਸੀਗੀ, ਅਤੇ ਇਹਨਾਂ ਦੇ ਬੰਦੇ ਜਿਹੜੇ ਸੀ ਉਹ 3-4 ਉਹ ਉਸ ਗੱਡੀ ਦੇ ਵਿੱਚ ਜਿੱਦਾਂ ਬੈਠੇ, ਅਸੀਂ ਆਪਣੀ ਗੱਡੀ ਤੋਰੀ ਅਤੇ ਮਗਰ ਉਹ ਗੱਡੀ ਜਿਹੜੀ ਤੁਰੀ, ਹੁਣ ਉਹ ਕਿਹੜੀ ਮਨਸਾ ਲੈ ਕੇ ਤੁਰੇ ਨੇ ਸਾਡੇ ਮਗਰ, ਹਾਂਜੀ ਅਸੀਂ ਉੱਥੋਂ ਜਦੋਂ ਪਰਮੇਸ਼ਵਰ ਦੁਆਰ ਤੋਂ ਪਟਿਆਲੇ ਵਾਲੇ ਰਾਹ 'ਤੇ ਆਪਣੀ ਗੱਡੀ ਪਾਈ, ਅਸੀਂ ਦਿੱਲੀ ਨੂੰ ਜਾਣਾ ਸੀਗਾ ਕਿਉਂਕਿ ਇਲੈਕਸ਼ਨ ਚੱਲ ਰਹੀ ਸੀ, ਅਤੇ ਉੱਥੇ ਦਿੱਲੀ ਨੂੰ ਜਾਣਾ ਸੀਗਾ, ਅਤੇ ਇਹਨਾਂ ਨੇ ਮਗਰ 6-7 ਕਿਲੋਮੀਟਰ ਤੱਕ ਸਾਡੇ ਮਗਰ ਜਿੱਦਾਂ ਗੱਡੀ ਆਈ, ਹੁਣ ਉਹ ਗੱਡੀ ਉਹ ਕਿਹੜੀ ਉਹਨਾਂ ਨੇ ਭਾਵਨਾ ਲੈ ਕੇ ਮਗਰ ਲਾਈ ਜਾਂ ਕੀ ਕਾਰਨ ਸੀਗਾ ਅਤੇ ਹੁਣ ਵਾਹਿਗੁਰੂ ਜਾਣੇ, ਪਰ ਸਾਨੂੰ ਤਾਂ ਸਾਡੇ ਮਨ ਵਿੱਚ ਤਾਂ ਇਹੀ ਹੈ ਵੀ ਜਦੋਂ ਸਾਡੇ ਮਗਰ ਉਹ ਗੱਡੀ ਤੁਰੀ ਅਤੇ ਸਾਡੀ ਗੱਡੀ ਜਿੱਦਾਂ ਇਹਨਾਂ ਨੇ ਸਾਡੇ ਗੱਡੀ ਦੇ ਮਗਰ ਲਾ ਕੇ ਜਿੱਦਾਂ ਉਹਨਾਂ ਨੇ 1-2 ਵਾਰੀ ਡਿੱਪਰ ਵੀ ਜਿੱਦਾਂ ਮਾਰੇ, ਅਤੇ ਸਾਡੀ ਚਲੋ ਗੱਡੀ ਇਹ ਵੱਡੀ ਸੀਗੀ ਅਤੇ 170-180 ਦੀ ਸਪੀਡ 'ਤੇ ਮੇਰਾ ਖਿਆਲ ਗੱਡੀ ਹੋਏਗੀ, ਤੜਕੇ ਦਾ ਸਮਾਂ ਸੀਗਾ, ਰੋਡ ਖਾਲੀ ਸੀ, ਅਸੀਂ ਆਖਿਆ ਵੀ ਆਪਾਂ ਨਿਕਲੀਏ ਅਤੇ ਆਪਾਂ ਝਗੜਾ ਨਹੀਂ ਕਰਨਾ। ਉਹਨਾਂ ਦੀ ਗੱਡੀ ਚਲੋ ਛੋਟੀ ਹੋਣ ਦੇ ਕਾਰਨ ਸਵਿਫਟ ਗੱਡੀ ਉਹ 7 ਕਿਲੋਮੀਟਰ ਸਾਡੇ ਮਗਰ ਆਈ ਹੋ ਗਿਆ, ਅਤੇ ਚਲੋ ਅਸੀਂ ਝਗੜੇ ਤੋਂ ਜਿਹੜਾ ਉਹ ਬਚਾਅ ਕੀਤਾ। ਇਹ ਸਵਾਲ ਸੁਖਪ੍ਰੀਤ ਸਿੰਘ ਇਹ ਉੱਠਦਾ ਆ ਵੀ ਪਿਛਲੇ ਦਿਨੀ ਭਾਈ ਚਰਨਜੀਤ ਸਿੰਘ ਜੱਸੋਵਾਲ ਵਾਲਿਆਂ ਨੇ ਇੱਕ ਬਿਆਨ ਦਿੱਤਾ, ਉਹ ਵੀ ਕਿਸੇ ਦਾ ਨਾਂ ਨਹੀਂ ਲਿਆ, ਉਹਨੇ ਕਿਹਾ ਵੀ ਜਿਹੜਾ ਵੀ ਪ੍ਰਚਾਰਕ ਗੌਰਮਤ ਦੇ ਖਿਲਾਫ਼ ਬੋਲੇਗਾ ਜਾਂ ਇਤਿਹਾਸ ਨੂੰ ਵਿਗਾੜੇਗਾ ਤਾਂ ਮੈਂ ਉਹਦੀ ਬੱਖੀ ਦੇ ਵਿੱਚ ਜੇ ਮੈਂ ਉੱਥੇ ਬੈਠਾ ਹੋਇਆ 6 ਦੀਆਂ 6 ਨਿਗਾਹ ਦਾਂਗਾ। ਅਤੇ ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਨੇ ਆਪਣਾ 30 ਮਿੰਟ ਦਾ ਇੱਕ ਲੈਕਚਰ ਵੀ ਕੱਢਿਆ, ਅਤੇ ਇਹ ਵੀ ਹਰ ਰੋਜ਼ ਬਿਆਨ ਆ ਰਿਹਾ ਮੈਂ ਗੁੰਡਾਗਰਦੀ ਬੰਦ ਕਰਨੀ ਹੈ, ਮੈਂ ਗੁੰਡਾਗਰਦੀ ਬੰਦ ਕਰਨੀ ਹੈ, ਅਤੇ ਇਹ ਕੀ ਆ ਜਿਹੜੀ? ਬਿਲਕੁਲ ਜੀ ਬਿਲਕੁਲ, ਕਿਉਂਕਿ ਉਹਨਾਂ ਦੇ ਜਿਹੜਾ ਜਿਹੜੀ ਦਮਦਮੀ ਟਕਸਾਲ ਵੱਲੋਂ ਜੋ ਬਚਨ ਕਹੇ ਜਾ ਰਹੇ ਨੇ ਉਹ ਤਾਂ ਚਲੋ ਇਹਨਾਂ ਦਾ ਹੁਣ ਸਿਧਾਂਤਕ ਸਾਰੀ ਕੌਮ ਦਾ ਉਹ ਚੱਲ ਰਿਹਾ ਵਾ, ਅਤੇ ਉਹ ਤਾਂ ਕਰਕੇ ਵੀ ਇੱਕ ਪਾਸੇ ਹੁਣ ਗੁਰੂ ਦੀ ਨਿੰਦਿਆ ਹੋ ਰਹੀ ਆ ਸਿੰਘਾਂ ਦੀ, ਅਸੀਂ ਹੋਰ ਨਹੀਂ ਦੇਣੀ, ਬਿਲਕੁਲ ਉਹ ਗੁਰਮਤਿ ਦੇ ਮੁਤਾਬਕ ਗੱਲ ਕਰ ਰਹੇ ਨੇ, ਅਤੇ ਪਰ ਇਹ ਜਿਹੜੀ ਹੁਣ ਜਿਹੜੀ ਅਸੀਂ ਆਪ ਜੀ ਦੇ ਸਾਹਮਣੇ, ਇਹ ਹੁਣ ਮਤਲਬ ਇਹ ਰੱਬ ਨਾ ਕਰਦਾ ਵੀ ਤੁਹਾਡਾ ਸਿੰਘ ਵੀ ਮੁਰੇ ਕੋਈ ਗੱਲ ਕਹਿ ਦਿੰਦਾ, ਬਿਲਕੁਲ ਬਿਲਕੁਲ ਜੀ, ਤੇ ਉੱਥੇ ਗੋਲੀ ਚੱਲ ਸਕਦੀ ਸੀ, ਬਿਲਕੁਲ ਜੀ, ਜਦੋਂ ਅਗਲੇ ਨੇ ਛਾਤੀ ਤੇ ਰੱਖ ਹੀ ਲਈ, ਛਾਤੀ ਤੇ ਜਦੋਂ ਅਗਲੇ ਨੇ ਰੱਖ ਲਈ ਤੇ ਨਾਲੇ ਮੂੰਹ ਕਹਿ ਦਿੱਤਾ ਵੀ ਗੋਲੀ ਮਾਰ ਦੂੰਗਾ, ਫਿਰ ਤੇ ਭਾਵੇਂ ਮਾਰੀ ਨਾ ਮਾਰੀ ਇੱਕੋ ਜਿਹੀ ਗੱਲ ਹੈ ਜਦੋਂ ਛਾਤੀ ਤੇ ਅਗਲੇ ਦੀ ਰਫੜ ਰੱਖ ਦਿੱਤੀ। ਤੇ ਦੂਜੀ ਗੱਲ ਇਹ ਹੈਗੀ ਆ ਵੀ ਇਹ ਘਟਨਾ ਮੈਂ ਸਵਾਲ ਜ਼ਰੂਰ ਕਰਾਂਗੇ, ਲੋਕ ਜ਼ਰੂਰ ਮਤਲਬ ਅੱਜ ਕੱਲ੍ਹ ਆਪਾਂ ਇਹ ਵੀ ਚਾਹੁੰਦੇ ਹਾਂ ਜੀ ਇਹਦੇ ਸਵਾਲ ਚਿੱਟ ਉਹਨਾਂ ਦੇ ਜਥੇਦਾਰ ਜਾਂ ਭਾਈ ਰਣਜੀਤ ਸਿੰਘ ਹੋਣੀ ਖੁਦ ਵੀ ਕੋਈ ਗੱਲ ਕਰਨੀ ਚਾਹੁੰਦੀ ਕਹਿ ਸਕਦੇ, ਸਾਨੂੰ ਇਤਰਾਜ਼ ਨਹੀਂ ਆਵਾਜ਼ ਅਦਾਰਾ ਵਾਜ, ਪਰ ਲੋਕ ਮੈਨੂੰ ਜ਼ਰੂਰ ਪੁੱਛਣਗੇ ਵੀ ਇਹ ਸੁਖਪ੍ਰੀਤ ਸਿੰਘ ਹੋਣੀ ਹੁਣ ਕਿਉਂ ਬੋਲੇ, ਪਹਿਲਾਂ ਕਿਉਂ ਨਹੀਂ ਬੋਲੇ? ਹਾਂਜੀ ਬਿਲਕੁਲ, ਇਹ ਤੇ ਜਿਹੜੇ ਸੁਣਨਗੇ ਉਹ ਸੋਚਣਗੇ ਵੀ ਇਸ ਗੱਲ ਨੂੰ, ਤੇ ਉਹਨਾਂ ਦਾ ਸਵਾਲ ਵਾਜਬ ਵੀ ਆ ਵੀ ਇਹ ਇੱਕ ਲਗਭਗ 1.25 ਸਾਲ ਪਹਿਲਾਂ ਦੀ ਗੱਲ ਅੱਜ ਕਿਉਂ ਰੱਖੀ ਜਾ ਰਹੀ ਸੰਗਤ ਦੇ ਸਾਹਮਣੇ। ਸਾਡਾ ਸੁਭਾਅ ਦੇ ਮਨ ਦੇ ਵਿੱਚ ਕੁਦਰਤੀ ਇਹੀ ਆਇਆ ਵੀ ਇਹ ਗੱਲ ਜਿਹੜੀ ਆ ਆਪਾਂ ਨੂੰ ਸੰਗਤ ਦੇ ਸਾਹਮਣੇ ਨਹੀਂ ਰੱਖਣੀ ਚਾਹੀਦੀ, ਵੀ ਇਹਦੇ ਨਾਲ ਇੱਕ ਜਿਹੜਾ ਪ੍ਰਚਾਰਕ ਆ ਉਹਦੀ ਸ਼ਖਸੀਅਤ ਨੂੰ ਵੀ ਢਾਲ ਲੱਗਦੀ ਆ, ਅਤੇ ਸੰਗਤਾਂ ਚਲੋ ਉਹਨਾਂ ਨਾਲ ਜੁੜੀਆਂ ਨੇ, ਚਲੋ ਉਹਨਾਂ ਨੇ ਆਪਣੇ ਨਾਲ ਕਰ ਦਿੱਤੀ ਆ, ਚਲੋ ਕੋਈ ਗੱਲ ਨਹੀਂ, ਅਨਡਿੱਠ ਕਰ।
ਤੇ ਅੱਗੇ ਪੰਥ ਦੇ ਵਿੱਚ ਵਾਦ ਵਿਵਾਦ ਜਿਹੜੇ ਨੇ ਮਸਲੇ ਨੇ ਇੰਨੇ ਉੱਠੇ ਹੋਏ ਨੇ। ਜੇ ਆਪਾਂ ਵੀ ਸੰਗਤ ਦੇ ਵਿੱਚ ਮਸਲਾ ਉਠਾ ਦਿੱਤਾ, ਲੋਕਾਂ ਨੇ ਕਹਿਣਾ ਵੀ ਇਹ ਆਪੋ ਆਪਣੀਆਂ ਰੌਲੇ ਨੂੰ ਜਿਹੜੇ ਪਏ ਹੋਏ ਨੇ, ਵੀ ਇਹਨਾਂ ਨੂੰ ਗੁਰੂ ਪੰਥ ਨਾਲ ਕੋਈ ਮਤਲਬ ਨਹੀਂ, ਵੀ ਚਲੋ ਆਪਾਂ ਸ਼ਾਂਤੀ ਰੱਖੀਏ। ਦੂਜੀ ਗੱਲ ਇਹ ਵੀ ਸਿਮਰਨ ਦੇ ਵਿੱਚ ਵੀ ਇਹਨਾਂ 'ਤੇ ਥੋੜ੍ਹਾ ਹੁਣ ਹੁਣ ਆਪਾਂ ਇਹਦਾ ਆਨਸਰ ਇਹ ਦੇਈਏ, ਇਹ ਜ਼ਰੂਰ ਦਿਓ ਵੀ ਹੁਣ ਕਿਉਂ ਉਠਾਈ। ਹੁਣ ਇਹਦਾ ਭਾਵ ਇਹੀ ਆ ਵੀ ਨਿੱਤ ਸਟੇਜਾਂ ਤੋਂ ਕਹਿੰਦੇ ਨੇ ਵੀ ਅਸੀਂ ਕਿਸੇ ਨੂੰ ਧਮਕੀ ਨਹੀਂ ਦਿੰਦੇ, ਅਸੀਂ ਕਿਸੇ ਨੂੰ ਕਦੀ ਕੋਈ ਮਾੜਾ ਸ਼ਬਦ ਨਹੀਂ ਬੋਲਿਆ, ਅਸੀਂ ਸਾਡੇ ਬੰਦੇ ਕਦੇ ਕਿਸੇ ਨੂੰ ਜਿੱਦਾਂ ਉਹ ਧਮਕੀ ਨਹੀਂ ਦਿੰਦੇ, ਤੰਗ ਨਹੀਂ ਕਰਦੇ, ਪਰੇਸ਼ਾਨ ਨਹੀਂ ਕਰਦੇ, ਅਸੀਂ ਕਿਸੇ ਨੂੰ ਕਦੇ ਹਥਿਆਰ ਲੈ ਕੇ ਨਹੀਂ ਡਰਾਉਂਦੇ। ਅਤੇ ਮੈਂ ਜਦੋਂ ਰੋਜ਼ ਇਹ ਗੱਲਾਂ ਸੁਣਨੀਆਂ ਤਾਂ ਮੇਰੇ ਮਨ ਉੱਤੇ ਬੜਾ ਦੁੱਖ ਹੋਣਾ। ਮੈਂ ਕਿਹਾ ਵੀ ਪਹਿਲੀ ਤਾਂ ਗੱਲ ਵੀ ਜਿਸ ਦਿਨ ਇਹ ਗੱਲ ਹੋਈ ਭਾਈ ਰਣਜੀਤ ਸਿੰਘ ਦੀ ਕੋਠੀ ਦੇ ਵਿੱਚ ਹੋਈ, ਉਹਨਾਂ ਦੇ ਸਾਹਮਣੇ ਹੋਈ, ਉਹਨਾਂ ਦਾ ਉਸੇ ਵੇਲੇ ਫਰਜ਼ ਬਣਦਾ ਸੀਗਾ ਵੀ ਰਾਮ ਸਿੰਘ ਚੋਲੇ ਵਾਲੇ ਨੂੰ ਬਾਂਹ ਤੋਂ ਫੜ ਕੇ ਕਹਿੰਦੇ ਵੀ ਸੱਜਣਾ ਗੁਰੂ ਘਰ ਤੋਂ ਬਾਹਰ ਚੱਲ, ਵੀ ਤੂੰ ਗੁਰੂ ਘਰ ਦੇ ਵਿੱਚ ਜਿਹੜਾ ਕੋਈ ਆਇਆ ਹੈ ਇੱਥੇ ਤਾਂ ਦੁਸ਼ਮਣ ਨੂੰ ਵੀ ਸਤਿਕਾਰ ਦਿੱਤਾ ਜਾਂਦਾ ਹੈ, ਅਤੇ ਤੂੰ ਤਾਂ ਆਪਣੇ ਸਿੰਘਾਂ ਨੂੰ ਰਫਲਾਂ ਵਿਖਾਉਣ ਲੱਗ ਪਿਆ ਵੀ ਇਹ ਰਫਲਾਂ ਸਿੰਘਾਂ ਨੂੰ ਵਿਖਾਉਣ ਵਾਸਤੇ ਰੱਖੀਆਂ ਨੇ ਕਿ ਜਾਂ ਆਪਾਂ ਜਿਹੜਾ ਕੋਈ ਬੰਦਾ ਤੁਹਾਡੇ 'ਤੇ ਵਾਅਦਾ ਕਰੇ ਉਹਦੇ ਵਾਸਤੇ ਰੱਖੀਆਂ ਨੇ। ਅਤੇ ਉਹਨਾਂ ਦਾ ਹੋਰ ਕੋਈ ਸਿੰਘ ਜਿਹੜੇ ਖੜੇ ਕੋਈ ਨਹੀਂ ਬੋਲਿਆ, ਕਿਸੇ ਨੇ ਤੁਹਾਡੀ ਮਦਦ ਕੀਤੀ ਨਹੀਂ ਜਾਂ ਕਿਸੇ ਨੇ ਕਿਹਾ ਵੀ ਰਾਮ ਸਿੰਘ ਤੂੰ ਗਲਤ ਕਰਦੇ ਹੋ? ਉਹਨਾਂ ਬੰਦਿਆਂ ਨੇ ਤਾਂ ਫਿਰ ਇਹੀ ਆ ਵੀ ਇੱਕ ਦੋ ਜਾਣਿਆਂ ਨੇ ਉਹਨੂੰ ਰਾਮ ਸਿੰਘ ਚੋਲੇ ਵਾਲਿਆਂ ਨੂੰ ਜਿੱਦਾਂ ਬਾਂਹ ਤੋਂ ਫੜਿਆ ਵੀ ਚਲੋ ਪਾਸੇ ਹੋ, ਇੱਧਰੋਂ ਅਸੀਂ ਵੀ ਆਪਣੇ ਸਿੰਘ ਵੀ ਨਹੀਂ ਵੀ ਆਪਾਂ ਝਗੜਾ ਨਹੀਂ ਕਰਨਾ, ਟਾਲਾ ਕੀਤਾ। ਪਰ ਦੁੱਖ ਇਸ ਗੱਲ ਦਾ ਲੱਗਾ ਵੀ ਨਾ ਭਾਈ ਰਣਜੀਤ ਸਿੰਘ ਨੇ ਉਸ ਦਿਨ ਉਹਨੂੰ ਰਾਮ ਸਿੰਘ ਚੋਲੇ ਵਾਲ ਨੂੰ ਕਿਹਾ ਵੀ ਤੂੰ ਜੱਥੇ ਤੋਂ ਬਾਹਰ ਹੋ, ਅਤੇ ਉਹ ਅੱਜ ਤੱਕ ਵੀ ਰਾਮ ਸਿੰਘ ਚੋਲੇ ਵਾਲਾ ਭਾਈ ਰਣਜੀਤ ਸਿੰਘ ਦੇ ਜਥੇ ਦੇ ਵਿੱਚ ਹੈ। ਵੀ ਜੇ ਤੁਸੀਂ ਤੁਸੀਂ ਦਮਦਮੇ ਟਕਸਾਲ ਨੂੰ ਕਹਿੰਦੇ ਹੋ ਵੀ ਉਹ ਗੁੰਡਾਗਰਦੀ ਕਰਦੀ ਆ, ਉਹ ਧੱਕਾਸ਼ਾਹੀ ਕਰਦੀ ਆ, ਸਾਨੂੰ ਇਸ ਗੱਲ ਦਾ ਜਵਾਬ ਭਾਈ ਰਣਜੀਤ ਸਿੰਘ ਹੁਣੀ ਦੇਣ ਵੀ ਇਹ ਰਾਮ ਸਿੰਘ ਚੋਲੇ ਵਾਲੇ ਨੂੰ ਗਲਤ ਕਿਉਂ ਨਹੀਂ ਕਿਹਾ ਗਿਆ ਔਰ ਉਹਨੂੰ ਜਥੇ ਤੋਂ ਗੁਰੂ ਘਰ ਤੋਂ ਬਾਹਰ ਕਿਉਂ ਨਹੀਂ ਕੀਤਾ ਗਿਆ, ਵੀ ਇਹ ਇਸ ਗੱਲ ਦਾ ਜਵਾਬ ਭਾਈ ਰਣਜੀਤ ਸਿੰਘ ਹੁਣੀ ਦੇਣ ਵੀ ਇਹ ਗੁੰਡਾਗਰਦੀ ਨਹੀਂ ਸੀ ਅਤੇ ਹੋਰ ਕੀ ਸੀ। ਇਹਦਾ ਤਾਂ ਇਹ ਮਤਲਬ ਹੋਇਆ ਜਿਹਦਾ ਕਹਾਵਤ ਵੀ ਆ ਬਈ ਪਹਿਲਾਂ ਆਪਾਂ ਕਿਸੇ ਹੋਰ ਨੂੰ ਕਹਿਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੀਏ, ਤੇ ਭਾਈ ਰਣਜੀਤ ਸਿੰਘ ਨੂੰ ਪਹਿਲਾਂ ਤਾਂ ਫਿਰ ਆਪਣੇ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ। ਬਿਲਕੁਲ ਵਾਹਿਗੁਰੂ ਜੀ, ਬਿਲਕੁਲ ਬਿਲਕੁਲ। ਅਸੀਂ ਗੁਰੂ ਭਾਈ ਰਣਜੀਤ ਸਿੰਘ ਹੋਣੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰੋਜ਼ ਕਹਿੰਦੇ ਨੇ ਵੀ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਦੇ, ਅਤੇ ਇਹਨਾਂ ਨੂੰ ਚੇਤੇ ਕਰ ਲੈਣਾ ਚਾਹੀਦਾ ਵੀ ਇਹਨਾਂ ਦੇ ਬੰਦਿਆਂ ਨੇ ਇਹਨਾਂ ਦੀ ਮੌਜੂਦਗੀ ਵਿੱਚ ਕੀ ਕੀਤਾ। ਵੀ ਜਦੋਂ ਤੁਹਾਨੂੰ ਪਤਾ ਵੀ ਤੁਸੀਂ ਧੱਕਾ ਕੀਤਾ ਹੈ, ਤੁਹਾਡੇ ਬੰਦੇ ਵੀ ਗੁੱਸਾ ਕਰਦੇ ਨੇ, ਤੁਸੀਂ ਵੀ ਗੁੱਸਾ ਕਰਦੇ ਹੋ ਜੇ ਤੁਹਾਨੂੰ ਕੋਈ ਕੁਝ ਪੁੱਛਦਾ ਹੈ, ਤੇ ਫਿਰ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਝੂਠ ਨਾ ਬੋਲੋ ਵੀ ਅਸੀਂ ਕਦੇ ਕਿਸੇ ਨੂੰ ਧਮਕੀ ਨਹੀਂ ਦਿੱਤੀ, ਅਸੀਂ ਕਦੇ ਕਿਸੇ ਨੂੰ ਹਥਿਆਰ ਨਹੀਂ ਵਿਖਾਏ, ਝੂਠ ਨਾ ਬੋਲੋ ਗੁਰੂ ਦੀ ਹਜ਼ੂਰੀ ਦੇ ਵਿੱਚ। ਤੇ ਆਪਾਂ ਚਲੋ ਇਹ ਗੱਲਾਂ ਤਾਂ ਪੰਥ 'ਚ ਚੱਲਦੀਆਂ ਰਹਿਣੀਆਂ, ਜਿੱਦਾਂ ਹੁਣ ਬਹੁਤ ਲੋਕੀ ਆਪਾਂ ਪਹਿਲਾਂ ਸਟਾਰਟਿੰਗ 'ਚ ਵੀ ਕਿਹਾ ਵੀ ਮਸਲਾ ਇਹ ਬਣਿਆ, ਲੋਕ ਇਹ ਕਹਿੰਦੇ ਆ ਜਿੱਦਾਂ ਸੰਤ ਬਾਬਾ ਹਰਨਾਮ ਸਿੰਘ ਦੀ ਅਤੇ ਢੱਡਰੀਆਂ ਵਾਲੇ ਦੀ ਲੜਾਈ ਆ, ਜਾਂ ਇਹ ਗੱਲ ਹੀ ਹੈ ਜੀ ਦਮਦਮੀ ਟਕਸਾਲ ਦੀ ਅਤੇ ਢੱਡਰੀਆਂ ਵਾਲੇ ਦੀ, ਜਾਂ ਮਸ਼ੀਨਰੀਆਂ ਦੀ ਲੜਾਈ ਆ, ਅਤੇ ਹੋਰ ਵੀ ਬਹੁਤ ਪ੍ਰਚਾਰਕ ਹੈ ਜਦੋਂ ਵਿਦੇਸ਼ਾਂ 'ਚ ਆਉਂਦੇ ਆ ਉਹ ਜਿਹੜੇ ਬੰਦੇ ਭਾਵੇਂ ਦਮਦਮੀ ਟਕਸਾਲ ਨਾਲ ਸੰਬੰਧਿਤ ਬਿਨਾਂ ਹੋਣ, ਤੁਹਾਡੇ ਵਾਂਗ ਗੋਲਡ ਦੇ 17 ਸਜਾਈਆਂ ਹੋਣ ਜਾਂ ਵੈਸੇ ਵੀ ਟਕਸਾਲ ਦੇ ਹਮਾਇਤੀ ਹੋਣ, ਉਹ ਕਹਿੰਦੇ ਜੀ ਟਕਸਾਲ ਦੇ ਗੁੰਡੇ ਆ ਗਏ ਜੀ। ਅਤੇ ਇਹ ਮਤਲਬ ਜਿਹੜੀ ਗੱਲ ਆ ਸਮੁੱਚੇ ਖਾਲਸਾ ਪੰਥ ਦਾ ਇਸ਼ੂ ਆ, ਇਹ ਤੇ ਜੀ ਬਿਲਕੁਲ ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਇਹ ਗੁਰਬਾਣੀ ਦਾ ਔਰ ਇਤਿਹਾਸ ਦਾ ਸਿਧਾਂਤਕ ਹੁਣ ਇਹ ਵਿਚਾਰਕ ਜਿਹੜੀ ਜੰਗ ਚੱਲ ਰਹੀ ਆ। ਇੱਕ ਕਹਿ ਰਿਹਾ ਵੀ ਜਿਹੜਾ ਵੀ ਤੁਸੀਂ ਸਿੱਖੋ ਕੋਲੋਂ ਹੀ ਦੁੱਖ ਭੰਜਣੀ ਬੇਰੀਆਂ ਬਣਾਈ ਫਿਰਦੇ ਹੋ, ਇੱਕ ਪ੍ਰਚਾਰਕ ਇਹ ਗੱਲ ਕਹਿ ਰਿਹਾ ਵੀ ਤੁਸੀਂ ਕੋਲੋਂ ਦੁੱਖ ਭੰਜਣੀਆਂ ਬੇਰੀਆਂ ਬਣਾਈ ਫਿਰਦੇ ਹੋ, ਅਤੇ ਜਿਹੜੇ ਸ਼ਰਧਾ ਵਾਲੇ ਗੁਰੂ ਕੇ ਸਿੱਖ ਨੇ ਉਹ ਕਹਿੰਦੇ ਨੇ ਨਹੀਂ, ਉਸੇ ਬੇਰੀ ਦੇ ਥੱਲੇ ਕਦੇ ਗੁਰੂ ਨਾਨਕ ਦੇਵ ਸਾਹਿਬ ਨੇ ਕੀਰਤਨ ਕੀਤਾ, ਜਿਹੜੀ ਦੁੱਖ ਭੰਜਣੀ ਬੇਰੀ ਹੈ ਉਸੇ ਬੇਰੀ ਦੇ ਥੱਲੇ ਕਦੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਨਾਲ ਲੈ ਕੇ ਕੀਰਤਨ ਕੀਤਾ ਹੈ, ਉਸੇ ਸਰੋਵਰ ਦੀ ਕਾਰ ਸੇਵਾ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਕਹਿ ਕੇ ਕਰਵਾਈ, ਕਦੇ ਗੁਰੂ ਰਾਮਦਾਸ ਮਹਾਰਾਜ ਉੱਥੇ ਬੈਠਦੇ ਰਹੇ, ਕਦੇ ਗੁਰੂ ਅਰਜਨ ਦੇਵ ਸਾਹਿਬ ਉਸ ਬੇਰੀ ਦੀ ਛਾਂ ਬੈਠਦੇ ਰਹੇ, ਕਦੇ ਬਾਬਾ ਬੁੱਢਾ ਸਾਹਿਬ ਉੱਥੇ ਬੈਠਦੇ ਨੇ। ਸੋ ਇਸ ਲਈ ਅਸੀਂ ਇਸ ਕਰਕੇ ਨਹੀਂ ਉਸ ਬੇਰੀ ਦਾ ਸਤਿਕਾਰ ਕਰਦੇ ਕੋ ਬੇਰੀ ਹੈ, ਅਸੀਂ ਇਸ ਕਰਕੇ ਉਹਦਾ ਸਤਿਕਾਰ ਕਰਦੇ ਹਾਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਕਿਉਂਕਿ ਉੱਥੇ ਗੁਰੂ ਸਾਹਿਬ ਦੇ ਚਰਨ ਪਏ ਨੇ, ਜਿੱਥੇ ਬਾਬਾ ਪੈਰ ਧਰੈ ਪੂਜਾ ਆਸਨ ਥਾਪਣ ਸੁਆ। ਅਤੇ ਹੁਣ ਜੋ ਕੋਈ ਜਾਣ ਬੁੱਝ ਕੇ ਸਾਡੇ ਇਹਨਾਂ ਸਰੋਤਾਂ ਉੱਤੇ ਦੁੱਖ ਭੰਜਣੀ ਬੇਰੀ ਗੁਰੂ ਸਾਹਿਬ ਉੱਥੇ ਚਰਨ ਪਾਏ ਨੇ, ਅਤੇ ਭਾਵੇਂ ਅੰਮ੍ਰਿਤ ਸਰੋਵਰ ਹੈ ਭਾਵੇਂ ਨੌਵੇਂ ਪਾਤਸ਼ਾਹ ਦਾ ਇਤਿਹਾਸ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਹੁਤੀਆਂ ਜਿਹੜੀਆਂ ਵਿਚਾਰਾਂ ਨੇ ਹਜੂ ਮਹਾਰਾਜ ਦੀ ਬਾਣੀ ਉਹਨੂੰ ਕੱਟਣ 'ਤੇ ਲੱਗੇ ਹੋਏ ਨੇ ਪ੍ਰਚਾਰਕ, ਅਤੇ ਫਿਰ ਇਹ ਮਤਭੇਦ ਤਾਂ ਹੋਣਗੇ। ਪ੍ਰਚਾਰਕਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਅਤੇ ਇੱਥੋਂ ਤੱਕ ਕਿ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਨੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਜਿਹੜਾ ਆਪਣਾ ਬਾਬੇ ਬਕਾਲਾ ਸਾਹਿਬ ਆ, ਭੋਲਾ ਸਾਹਿਬ ਆ, ਉਹਦੀ ਵੀ ਗੱਲ ਕੀਤੀ ਆ ਜਿਹੜੀ ਕਿ ਮਤਲਬ ਸਰਾਸਰ ਗਲਤ ਆ, ਅਤੇ ਇਤਿਹਾਸ ਕੋਲ ਲਿਖਿਆ। ਉਸ ਤੋਂ ਬਾਅਦ ਇਹਨਾਂ ਦੇ
एक भाई बलजीत सिंह जी हुण इटली फिर के भी गए हैं, तो उन्होंने गल की है कि धन धन गुरु हरकृष्ण साहब जो उन्हें छोटी उत्थे न्याणे लभदे फिरदे आ, इदां दीआं गल्लां मतलब क्यों करदे आ? ये तो जी हुण हर एक बंदे दी अपनी अपनी रूह की खुराक है जी, किसी की रूह की खुराक जिहड़ी वो निम्रता वा, किसी की रूह की खुराक नाम सिमरन बाणी है, सेवा है, किसी नूं गुरबाणी पढ़ के इतिहास सुन के आनंद मिलता है, किसी नूं ईरखा दे विचों नफरत दे विचों संगत दे विच कौम दे विच वाद विवाद पाउण दे नाल ही कईआं नूं उहनां नूं रूह की खुराक मिलती है कि असीं पब्लिक दे विच रहिए, जिन्हें असीं गलत इशू उठावांगे, कईआं नूं इह हुंदा कि असीं इशू उठाउणे ने लोकां विच रहिणा भावें गलत इशू उठा के लोकां विच रहिए कि लोक आखण कि इह बड़ी सच दी गल कर रहे हैं, क्योंकि संगत जिहड़ी है उह बहुत ही जिहड़ी साडी संगत है उह स्टेजां तों ही सिर्फ इतिहास सुन ਦੀ ਹੈ ਤੇ ਜੋ ਪ੍ਰਚਾਰਕ ਦੱਸਦੇ ਨੇ ਸੰਗਤ ਉਹੀ ਸਹੀ ਮੰਨ ਲੈਂਦੀ ਹੈ। ਜੇ ਸਾਡੀ ਸੰਗਤ ਆਪ ਗੁਰਬਾਣੀ ਪੜ੍ਹਨ ਲੱਗ ਪਵੇ, ਆਪ ਇਤਿਹਾਸ ਨੂੰ ਪੜ੍ਹਨ ਲੱਗ ਪਵੇ, ਤੇ ਸੱਚਮੁੱਚ ਸੰਗਤ ਇਹਨਾਂ ਪ੍ਰਚਾਰਕਾਂ ਨੂੰ ਸਟੇਜਾਂ ਤੋਂ ਲਾਏਗੀ ਵੀ ਇੱਧਰ ਆ ਕੇ ਸਾਡੇ ਨਾਲ ਪਹਿਲਾਂ ਗੱਲ ਕਰੋ। ਪੰਥ ਨੂੰ ਸੰਗਰਾਂਦ ਮੱਸਿਆ ਪੁੰਨਿਆ ਮਨਾਉਣੇ ਚਾਹੀਦੇ ਜਾਂ ਨਹੀਂ? ਇਹ ਬਿਲਕੁਲ ਜੀ ਵੇਖੋ, ਇਹ ਤਾਂ ਸਾਡੇ ਦੇਸੀ ਮਹੀਨਿਆਂ ਦੇ ਮੁਤਾਬਕ ਜੋ ਸ਼ੁਰੂ ਕੀਤਾ ਗਿਆ ਸਾਡੇ ਗੁਰੂ ਸਾਹਿਬਾਨਾਂ ਦੇ ਵੱਲੋਂ, ਦਿਨ ਮਿੱਥੇ ਗਏ ਸੀਗੇ, ਭਾਵੇਂ ਉਹ ਪਹਿਲੀ ਵਿਸਾਖ ਦਾ ਮਤਲਬ ਸੀਗਾ ਵੀ ਵਿਸਾਖੀ ਦਾ ਦਿਨ ਗੁਰੂ ਅਮਰਦਾਸ ਮਹਾਰਾਜ ਨੇ ਸ਼ੁਰੂ ਕੀਤਾ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ, ਪੂਰਾ ਇਹ ਨਿਯਤ ਕੀਤਾ ਵੀ ਦੇਸੀ ਮਹੀਨੇ ਉਹਨਾਂ ਸਮਿਆਂ ਦੇ ਵਿੱਚ ਚੱਲਿਆ ਕਰਦੇ ਸੀ, ਅਤੇ ਇੱਕ ਵਿਸਾਖ ਦਾ ਦਿਨ ਗੁਰੂ ਅਮਰਦਾਸ ਮਹਾਰਾਜ ਨੇ ਨਿਯਤ ਕੀਤਾ ਵੀ ਸਾਰਾ ਗੁਰੂ ਨਾਨਕ ਨਾਮ ਲੇਵਾ ਸਿੱਖ ਜਿਹੜੇ ਨੇ ਉਹ ਗੋਇੰਦਵਾਲ ਸਾਹਿਬ ਪਹੁੰਚਣ। ਪਹਿਲੀ ਵਿਸਾਖ ਦਾ ਦਿਨ ਮਹਾਰਾਜ ਨੇ ਨਿਯਤ ਕੀਤਾ, ਕੌਮ ਨੇ ਇਹਨੂੰ ਵਿਸਾਖੀ ਦਾ ਜੋੜ ਮੇਲਾ ਕਹਿ ਕੇ ਮਨਾਉਣਾ ਸ਼ੁਰੂ ਕੀਤਾ। ਇਸ ਲਈ ਜਿਹੜਾ ਉਹ ਸੰਗਰਾਂਦ ਹੈ ਉਹਦਾ ਮਤਲਬ ਜਦੋਂ ਦੇਸੀ ਮਹੀਨੇ ਉਹ ਬਦਲਦੇ ਨੇ ਅਤੇ ਉਹ ਦਿਨ ਬਦਲਦਾ, ਮਹੀਨਾ ਬਦਲਦਾ, ਗੁਰੂ ਕੇ ਸਿੱਖ ਜਿਹੜੇ ਨੇ ਉਹ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੇ ਵਿੱਚ ਆਉਂਦੇ ਨੇ। ਪੁਰਾਣੇ ਸਮੇਂ ਦੇ ਵਿੱਚ ਲੋਕ ਪੰਡਿਤਾਂ ਦੇ ਕੋਲ ਜਾਂਦੇ ਸਨ ਮਹੀਨੇ ਦਾ ਉਪਦੇਸ਼ ਲੈਣ ਵਾਸਤੇ, ਪੰਡਿਤ ਜੀ ਹੁਣ ਕੀ ਕਰੀਏ, ਹੁਣ ਕਿੱਦਾਂ ਮਹੀਨਾ ਬਤੀਤ ਕਰੀਏ। ਮਹਾਰਾਜ ਨੇ ਕਿਹਾ ਲੋਕ ਸਾਡੇ ਵਿਪਰਾਂ ਦੇ ਕੋਲ ਨਾ ਜਾਣ, ਸਾਡੀ ਸੰਗਤ ਵਿਪਰਾਂ ਦੇ ਕੋਲ ਨਾ ਜਾਵੇ, ਮਹੀਨਾ ਬਦਲੇ, ਗੁਰੂ ਕੇ ਸਿੱਖ ਗੁਰੂ ਘਰ ਦੇ ਵਿੱਚ ਆਉਣ, ਗੁਰੂ ਦੇ ਕੋਲੋਂ ਸਿੱਖਿਆ ਲੈਣ ਵੀ ਮਹੀਨਾ ਕਿਵੇਂ ਬਤੀਤ ਕਰਨਾ ਚਾਹੀਦਾ। ਮਹਾਰਾਜ ਨੇ ਫਿਰ 12 ਮਹਿਮਾਨ ਦੀ ਜਾਗਰੂਕ ਪ੍ਰਚਾਰਕ ਦੇ ਕਹਿ ਰਿਹਾ ਵੀ ਇਹ ਸੰਗਰਾਂਦਾਂ ਮੱਸਿਆ ਪੁੰਨਿਆ ਇਹ ਬਾਹਮਣਵਾਦ ਹੈ। ਚਲੋ ਜੀ, ਇੱਥੇ ਹੁਣ ਸੂਰਜ ਹਿੰਦੂਆਂ ਦਾ ਵੀ ਉਹੀ ਹੈ, ਸਿੱਖਾਂ ਦਾ ਵੀ ਉਹੀ ਹੈ, ਚੰਦਰਮਾ ਵੀ ਹਿੰਦੂਆਂ ਦਾ ਵੀ ਉਹੀ ਹੈ ਅਤੇ ਸਿੱਖਾਂ ਦਾ ਵੀ ਉਹੀ ਹੈ, ਪਾਣੀ ਵੀ ਸਾਰਿਆਂ ਦਾ ਸਾਂਝਾ, ਹਵਾ ਵੀ ਸਾਰਿਆਂ ਦੀ ਸਾਂਝੀ ਹੈ। ਚਲੋ ਜੇ ਵੰਡ ਸਕਦੇ ਨੇ ਵੀ ਸਾਰਾ ਕੁਝ ਵੰਡ ਲੈਣ, ਪਰ ਹਰ ਪਰ ਮੇਰਾ ਸਵਾਲ ਹੈ ਕਿ ਇਹ ਬ੍ਰਾਹਮਣਵਾਦ ਹੈ? ਨਹੀਂ ਬਿਲਕੁਲ ਨਹੀਂ ਜੀ, ਇਹਨੂੰ ਅਸੀਂ ਬ੍ਰਾਹਮਣਵਾਦ ਨਾਲ ਨਹੀਂ ਜੋੜ ਸਕਦੇ, ਪਰ ਹਾਂ ਜੋ ਜਿਹੜੇ ਪ੍ਰਚਾਰ ਕੇ ਜੋੜ ਰਹੇ ਨੇ ਉਹ ਤਾਂ ਤੀਰ ਕਮਾਨ ਨੂੰ ਵੀ ਰਾਮ ਚੰਦਰ ਦੇ ਤੀਰ ਕਮਾਨ ਨਾਲ ਜੋੜ ਰਹੇ ਨੇ, ਉਹ ਅਤੇ ਕਿਰਪਾਨ ਨੂੰ ਵੀ ਜੋ ਸਿੱਖਾਂ ਦੇ ਕੋਲ ਕਿਰਪਾਨ ਹੈ ਉਹ ਵੀ ਦੇਵੀ ਦੀ ਕਿਰਪਾਨ ਨਾਲ ਜੋੜਦੇ ਪਏ ਨੇ, ਕਛਹਿਰੇ ਨੂੰ ਵੀ ਹਿੰਦੂਆਂ ਦੇ ਜਿਹੜੇ ਇਤਿਹਾਸ ਨੇ ਉਹਨਾਂ ਨਾਲ ਜੋੜਨ ਦਾ ਯਤਨ ਕਰਦੇ ਨੇ, ਪਰ ਸ਼ਸਤਰ ਤਾਂ ਸ਼ਸਤਰ ਹੈ, ਤੀਰ ਕਮਾਨ ਰਾਮ ਚੰਦਰ ਜੀ ਨੇ ਵਰਤੇ ਆ, ਸਾਡੇ ਗੁਰੂ ਸਾਹਿਬਾਨਾਂ ਨੇ ਵੀ ਤੀਰ ਕਮਾਨ ਵਰਤੇ ਨੇ, ਪਰ ਉਹਨਾਂ ਦਾ ਮਕਸਦ ਹੋਰ ਸੀ, ਸਾਡੇ ਗੁਰੂ ਸਾਹਿਬਾਨਾਂ ਦਾ ਸ਼ਸਤਰ ਨੂੰ ਵਰਤਣ ਦਾ ਮਤਲਬ ਹੋਰ ਸੀਗਾ, ਸ਼ਸਤਰ ਤਾਂ ਉਹੀ ਰਹਿਣੇ ਨੇ, ਲੋਹਾ ਤਾਂ ਉਹੀ ਰਹਿਣਾ, ਹੁਣ ਇਹਨੂੰ ਨਹੀਂ ਅਸੀਂ ਸ਼ਸਤਰਾਂ ਨੂੰ ਨਹੀਂ ਵੰਡ ਸਕਦੇ ਵੀ ਜੇ ਤੀਰ ਕਮਾਨ ਰਾਮ ਚੰਦਰ ਜੀ ਨੇ ਰੱਖ ਲਿਆ ਤਾਂ ਸਿੱਖਾਂ ਨੇ ਕਿਉਂ ਰੱਖ ਲਿਆ, ਜੇ ਕਿਰਪਾਨ ਦੇਵੀ ਦੇ ਕੋਲ ਹੈ ਤਾਂ ਸਿੱਖਾਂ ਨੇ ਕਿਉਂ ਰੱਖ ਲਈਏ। ਗੱਲਾਂ ਜੀ ਬਹੁਤ ਹੈ, ਮੈਨੂੰ ਪਤਾ ਤੁਹਾਡਾ ਸਮਾਂ ਜਿਹੜਾ ਮਤਲਬ ਅੱਗੇ ਪ੍ਰੋਗਰਾਮ ਆ, ਪਰ ਇੱਕ ਰੀਸੈਂਟਲੀ ਮਤਲਬ ਇੱਕ ਮੀਟਿੰਗ ਜਿਹੜੀ ਪੰਜਾਬ ਦੇ ਵਿੱਚ ਕਿਸੇ ਥਾਂ ਹੋਈ ਆ ਜਿਹਦੇ ਵਿੱਚ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਜਿਹੜੇ ਇੱਥੋਂ ਗਏ ਆ ਉਹਨਾਂ ਨੂੰ ਜਿੱਦਾਂ ਉਹਨਾਂ ਦੇ ਸਨਮਾਨ ਦੇ ਵਿੱਚ ਰੱਖੀ ਆ ਕਿ ਤੂੰ ਜੰਗ ਜਿੱਤ ਕੇ ਆਇਆ ਬਾਹਰੋਂ, ਅਤੇ ਉਹਦਾ ਸਨਮਾਨ ਵੀ ਕੀਤਾ ਗਿਆ, ਪਰ ਉੱਥੇ ਬਹੁਤ ਵੱਡੇ ਖੁਲਾਸੇ ਹੋਏ ਉਸ ਮੀਟਿੰਗ ਦੇ ਵਿੱਚ ਬਈ ਮਸ਼ੀਨਰੀਆਂ ਨੇ ਉਹਨਾਂ ਨੇ ਆਪ ਉਹ ਪ੍ਰਿੰਸੀਪਲ ਬੋਲਿਆ ਕਿ ਮੈਂ ਜਿਹੜੇ ਭਾਈ ਭੁਪਿੰਦਰ ਸਿੰਘ ਦੀ ਗੱਲ ਕਰਦੇ ਜਿਹਦੇ ਆਪਾਂ ਇਹ ਵੀ ਗੱਲ ਕਰਦੇ ਵੀ ਚਲੋ ਕਿਸੇ ਦਾ ਕਤਲ ਨਹੀਂ ਹੋਣਾ ਚਾਹੀਦਾ ਮਤਲਬ ਹਰ ਬੰਦੇ, ਪਰ ਉਹ ਕਹਿੰਦਾ ਵੀ ਭਾਈ ਭੁਪਿੰਦਰ ਸਿੰਘ ਨੂੰ ਮੈਂ ਉੱਥੇ ਸੈੱਟ ਕੀਤਾ ਸੀ ਢੱਡੀਆਂ ਵਾਲੇ ਦੇ ਨਾਲ, ਅਤੇ ਉਹ ਜੋ ਬੋਲੀ ਬੋਲ ਰਿਹਾ ਆਪਣੇ ਭਾਈ ਰਣਜੀਤ ਸਿੰਘ ਜੀ ਅੱਜ ਉਹ ਬੋਲ ਰਿਹਾ ਜੋ ਭੁਪਿੰਦਰ ਸਿੰਘ ਨੇ ਉਹਨਾਂ ਨੂੰ ਸਿਖਾਲੀ ਹੈ, ਅਤੇ ਮਤਲਬ ਉਹ ਇਹੋ ਜਿਹੀਆਂ ਗੱਲਾਂ ਕਰਦੇ ਵੀ ਮੈਂ ਇਹੋ ਜਿਹੇ ਸੰਤ ਵੀ ਬਣਾਏ ਆ ਵੀ ਜਿਹੜੇ ਹੁਣ ਮਤਲਬ ਉੱਥੇ ਉਹਨਾਂ ਨੇ ਡੇਰੇ ਵੀ ਬਣਾਏ ਆ, ਮੱਥੇ ਵੀ ਟਿਕਾਉਂਦੇ ਆ, ਜੋ ਮਰਜ਼ੀ ਕਰਨ ਉਹ ਕਹਿੰਦੇ ਮਾਲ ਤੁਸੀਂ ਆਪਣਾ ਵਿੱਚ ਲੇਵਲ ਭਾਵੇਂ ਉਹਨਾਂ ਦਾ ਲਾ ਲਓ, ਪਰ ਇਹ ਮਤਲਬ ਇਹਨਾਂ ਦੀ ਕੀ ਸੋਚ ਹੈ, ਕੀ ਪੰਥ ਨੂੰ ਦੇਣਾ ਚਾਹੁੰਦੇ ਆ? ਇਹ ਪੰਥ ਨੂੰ ਤਾਂ ਵੇਖੋ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਸਿਧਾਂਤਾਂ ਦੇ ਨਾਲੋਂ ਬਿਲਕੁਲ ਤੋੜਨਾ ਚਾਹੁੰਦੇ ਨੇ, ਇਹੀ ਇਹਨਾਂ ਦੇ ਮਨਸੂਬੇ ਜਿਹੜੇ ਹੋ ਸਕਦੇ ਨੇ ਵੀ ਜਿਹੜੀ ਇਹੋ ਜਿਹੀਆਂ ਸਾਜ਼ਿਸ਼ਾਂ ਜਿਹੜੀਆਂ ਕਰਨੀਆਂ ਨੇ, ਕਿਉਂਕਿ ਅੰਮ੍ਰਿਤ ਦੇ ਨਾਲੋਂ ਅੰਮ੍ਰਿਤ ਦੇ ਨਾਲੋਂ ਸਿੱਖ ਟੁੱਟੇਗਾ, ਜੇ ਅੰਮ੍ਰਿਤ ਹੀ ਨਹੀਂ ਗੁਰੂ ਕਾ ਸਿੱਖ ਛਕੇਗਾ ਤਾਂ ਸਾਡੀ ਵਿਲੱਖਣਤਾ ਕੀ ਰਹੇਗੀ, ਸਾਡੇ ਕੇਸ ਹੀ ਵਿਲੱਖਣ ਨੇ, ਸਾਡੇ ਕਕਾਰ ਨੇ ਉਹਦੇ ਨਾਲ ਸਾਡੀ ਵਿਲੱਖਣਤਾ ਹੈ, ਵਿਚਾਰਾਂ ਅਤੇ ਕਕਾਰਾਂ ਨਾਲ ਸਾਡੀ ਵਿਲੱਖਣਤਾ ਹੈ। ਅੱਜ ਸਿੱਖਾਂ ਨੂੰ ਕੇਵਲ ਵਿਚਾਰਾਂ ਵੱਲ ਪ੍ਰੇਰਿਆ ਜਾ ਰਿਹਾ, ਕਕਾਰਾਂ ਨਾਲੋਂ ਤੋੜਿਆ ਜਾ ਰਿਹਾ, ਜੇ ਸਾਡੇ ਕਕਾਰ ਨਹੀਂ
ਜੇ ਸਾਡੇ ਕਕਾਰ ਨਹੀਂ, ਸਾਡੀ ਦਸਤਾਰ ਨਹੀਂ, ਸਾਡੇ ਕੇਸ ਨਹੀਂ, ਤੇ ਵਿਚਾਰ ਤੇ ਫਿਰ ਅਸੀਂ ਕੇਸ ਕੱਟ ਕੇ ਜਿੰਨੇ ਮਰਜ਼ੀ ਸੋਹਣੀ ਅੱਖੀ ਰੱਖੀਏ, ਪਹਿਚਾਣ ਫਿਰ ਸਾਡੀ ਨਹੀਂ ਹੋ ਸਕੇਗੀ। ਪਹਿਚਾਣ ਸਾਡੀ ਪਹਿਲਾਂ ਸਾਬਤ ਸੂਰਤ ਦਸਤਾਰ ਸਿਰਾ, ਸਾਡੀ ਦਸਤਾਰ ਕਕਾਰ ਕੇਸ ਇਹ ਸਾਡੀ ਪਹਿਚਾਣ ਨੇ, ਤੇ ਇਹਨਾਂ ਨਾਲੋਂ ਤੋੜਨਾ ਇਹਨਾਂ ਦੇ ਮਨਸੂਬੇ ਜਿਹੜੇ ਹੈਗੇ ਨੇ। ਆਖਰੀ ਸਵਾਲ, ਭਾਵੇਂ ਪ੍ਰਚਾਰਕ ਤੁਸੀਂ ਹੋ, ਮਤਲਬ ਤੁਹਾਨੂੰ ਇਹ ਕਹਿਤਾ ਜਾਵੇ ਜੇ ਗੋਲ ਦਸਤਾਰ ਟਕਸਾਲ ਦੇ ਆ ਤੇ ਭਾਵੇਂ ਮਸ਼ੀਨਰੀ ਹੋਣ, ਭਾਵੇਂ ਅਖੰਡ ਕੀਰਤਨ ਜਦੇ ਵਾਲਾ ਹੋਣ, ਭਾਵੇਂ ਨਾਨਕ ਸਰੀਏ ਹੋਣ, ਕੋਈ ਵੀ ਹੋਣ, ਜੇ ਕੋਈ ਪ੍ਰਚਾਰ ਕਿਸੇ ਨਾਲ ਵੀ ਸੰਬੰਧਿਤ ਆ, ਉਹ ਕੌਮ ਦੇ ਵਿੱਚ ਦੁਬਿਧਾ ਪਾਉਂਦਾ ਆ, ਤੇ ਉਹਦਾ ਕੀ ਹੱਲ ਆ, ਉਹਨੂੰ ਕਿੱਦਾਂ ਰੋਕਿਆ ਜਾਵੇ? ਉਹਦਾ ਹੱਲ ਤਾਂ ਇਹੀ ਹੈ ਜੀ ਵੀ ਉਹਨੂੰ ਸੰਗਤ ਦੇ ਵਿੱਚ ਬਿਠਾ ਕੇ ਪੁੱਛਿਆ ਜਾਵੇ। ਪਹਿਲੀ ਤਾਂ ਬੇਨਤੀ ਇਹੀ ਹੈ ਸੰਗਤ ਦੇ ਚਰਨਾਂ ਦੇ ਵਿੱਚ ਵੀ ਆਪ ਗੁਰਬਾਣੀ ਪੜ੍ਹੋ, ਆਪ ਇਤਿਹਾਸ ਪੜ੍ਹੋ, ਸੰਗਤ ਨੂੰ ਸਹੀ ਗਲਤ ਦਾ ਪਤਾ ਲੱਗ ਸਕੇ ਕਿ ਆਹ ਪ੍ਰਚਾਰਕ ਸਹੀ ਕਹਿ ਰਿਹਾ ਅਤੇ ਆਹ ਗਲਤ ਕਹਿ ਰਿਹਾ। ਜਿਹੜਾ ਪ੍ਰਚਾਰਕ ਜਿੱਥੇ ਗਲਤ ਕਰਦਾ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਉਹਨੂੰ ਪੁੱਛਿਆ ਜਾਵੇ ਵੀ ਭਾਈ ਆਹ ਗੱਲ ਜਿਹੜੀ ਇਹ ਤੂੰ ਗਲਤ ਕਰ ਰਿਹਾ ਗੁਰਮਤਿ ਤੋਂ, ਇਹ ਗੱਲ ਬੰਦ ਕਰੋ, ਬਾਹਰ ਜਾ ਕੇ ਉਹਦੇ ਨਾਲ ਵਿਚਾਰ ਕੀਤੀ ਜਾਵੇ, ਪ੍ਰਬੰਧਕ ਕਮੇਟੀਆਂ ਸੁਹਿਰਦ ਹੋਣ, ਪ੍ਰਬੰਧਕ ਕਮੇਟੀਆਂ ਨੂੰ ਵੀ ਗੁਰਮਤਿ ਦਾ ਪਤਾ ਹੋਵੇ, ਅਤੇ ਇਹ ਨਾ ਹੋਵੇ ਵੀ ਉਹ ਨਸ਼ਿਆਂ ਨਾਲ ਸੰਬੰਧਿਤ ਜਾਂ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਹੋਣ, ਗੁਰਮਤਿ ਦੀ ABC ਉਹਨਾਂ ਨੂੰ ਪਤਾ ਹੀ ਨਾ ਹੋਵੇ। ਜਿਹੜਾ ਵੀ ਪ੍ਰਚਾਰਕ ਕੋਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹੋ ਜਿਹਾ ਫੈਸਲਾ ਨਹੀਂ ਲੈਣਾ ਚਾਹੀਦਾ ਵੀ ਜਿਹੜਾ ਵੀ ਪ੍ਰਚਾਰਕ ਹੈ ਪੂਰੀ ਦੁਨੀਆਂ ਦੇ ਪ੍ਰਬੰਧਕਾਂ ਨੂੰ ਉੱਥੇ ਹਦਾਇਤ ਹੋਵੇ ਵੀ ਪ੍ਰਚਾਰਕ ਦੀ ਪਹਿਲਾਂ ਜਿਹੜੀ ਆ ਪੁਣਛਾਣ ਕੀਤੀ ਜਾਵੇ, ਜੋ ਵੀ ਅਕਾਲ ਤਖਤ ਸਾਹਿਬ ਤੋਂ ਲੋਕਾਂ ਨੂੰ ਕਿਹਾ ਜਾਵੇ ਵੀ ਇਤਿਹਾਸ ਜਿਹੜਾ ਜਿੱਦਾਂ ਜਿਹੜਾ ਲੋਕਾਂ ਨੂੰ ਮਤਲਬ ਚਲੋ ਸੋਧਣ ਵਾਲਾ ਪੰਥ ਸੋਧ ਲਊਗਾ, ਬਹੁਤ ਗੱਲਾਂ ਹਾਲੇ ਹੈਗੀਆਂ, ਸਾਡਾ ਜਿਹੜਾ ਸਿੱਖ ਪੰਥ ਆ ਜਿਹੜੀ ਕੌਮ ਆ ਹਾਲੇ 500-550 ਸਾਲ ਦੀ ਹੋਣਾ, ਤੇ ਮਤਲਬ ਇੰਨੇ ਥੋੜੇ ਸਮੇਂ 'ਚ ਬਹੁਤ ਚੀਜ਼ਾਂ ਹਾਲੇ ਜਿਹੜੀਆਂ ਹੁੰਦੀਆਂ ਜਿਹੜੀਆਂ, ਕਿਉਂਕਿ ਜੰਗਾ ਯੋਧਾ ਜੇ ਗਿਆ ਸਮਾਂ ਉਸ ਸਮਾਂ ਪ੍ਰਚਾਰ ਸਾਧਨ, ਲੇਕਿਨ ਕੋਈ ਸਰਟੀਫਿਕੇਟ ਜਾਰੀ ਹੋਣਾ ਚਾਹੀਦਾ ਪ੍ਰਚਾਰਕ ਲਈ ਜਾਂ ਕੀ ਹੋਣਾ ਚਾਹੀਦਾ ਪ੍ਰਚਾਰਕ ਜਿਹੜਾ ਮਤਲਬ ਘੇਰੇ 'ਚੋਂ ਬਾਹਰ ਨਾ ਜਾਵੇ? ਹਾਂਜੀ, ਇਹਦੇ ਇਹਦਾ ਸਰਟੀਫਿਕੇਟ ਅਤੇ ਇਹਦੀ ਕਸਵੱਟੀ ਗੁਰਬਾਣੀ ਹੈ ਜੀ, ਕਿਉਂਕਿ ਜਿਹੜਾ ਅਕਾਲ ਤਖਤ ਸਾਹਿਬ ਆ ਉਹਨੂੰ ਵੀ ਅੱਧੀਆਂ ਸੰਗਤਾਂ ਜਿਹੜੀਆਂ ਨੇ ਸਮਰਪਿਤ ਹੋ ਰਹੀਆਂ ਨੇ, ਅੱਧੇ ਨਾਰਾਜ਼ ਵੀ ਹੋ ਰਹੇ ਨੇ ਕਈ ਜਿਹੜੇ ਉਹ ਫੈਸਲੇ ਫਿਰ ਵੀ ਜਿਹੜਾ ਆਪਾਂ ਕਹਿੰਦੇ ਸਾਡਾ ਸਰਵਉੱਚ ਸੰਸਥਾ ਆ, ਹਾਂਜੀ ਠੀਕ ਹੈ, ਦੁਬਦਾਮਾਂ ਤਾਂ ਹੈਗੀਆਂ ਹੀ ਆ, ਦੁਬਦਾ ਹੈਗੀਆਂ, ਪਰ ਜੇ ਕੋਈ ਚੀਜ਼ ਉੱਥੋਂ ਮਤਲਬ ਸਾਂਝੇ ਰੂਪ 'ਚ, ਹਾਂਜੀ ਸਾਂਝੇ ਰੂਪ ਦੇ ਵਿੱਚ ਇਹ ਮਤਾ ਜ਼ਰੂਰ ਹੋਣਾ ਚਾਹੀਦਾ ਵਾ ਵੀ ਜਿਹੜਾ ਵੀ ਕੋਈ ਪ੍ਰਚਾਰਕ ਗੱਲ ਕਰੇ ਉਹ ਗੁਰਮਤਿ ਕਸਵੱਟੀ 'ਤੇ ਕਰੇ। ਪਰ ਅੱਜ ਉਹੀ ਮੈਂ ਵਾਰ ਵਾਰ ਬੇਨਤੀ ਕਰ ਰਿਹਾ ਵੀ ਸੰਗਤ ਨੂੰ ਇਹ ਭੁਲੇਖਾ ਪਾਇਆ ਜਾ ਰਿਹਾ ਹੈ ਵੀ ਇੱਕ ਕਹਿੰਦਾ ਮੈਂ ਗੁਰਮਤਿ ਦੀ ਕਸਵੱਟੀ ਦੀ ਗੱਲ ਕਰ ਰਿਹਾ, ਦੂਜਾ ਕਹਿੰਦਾ ਮੈਂ ਸੱਚ ਦੀ ਗੱਲ ਕਰ ਰਿਹਾ, ਉਹ ਪਛਾਣਨਾ ਔਖਾ ਹੋਇਆ ਪਿਆ। ਕਿੱਦਾਂ ਪਛਾਣਿਆ ਜਾਵੇ? ਇਹਦੇ ਲਈ ਪਛਾਣਨਾ ਸਭ ਤੋਂ ਵਧੀਆ ਹੈ ਜੀ, ਗੁਰਬਾਣੀ ਨੂੰ ਸੰਗਤ ਆਪ ਪੜ੍ਹੇ, ਉਹਦੇ ਅਰਥਾਂ ਨੂੰ ਪੜ੍ਹੇ ਅਤੇ ਇਤਿਹਾਸ ਸੰਗਤ ਆਪ ਪੜ੍ਹੇ, ਫਿਰ ਸਹੀ ਗਲਤ ਦੀ ਸੰਗਤ ਨੂੰ ਪਛਾਣ ਹੋਏਗੀ। ਅਕਾਲ ਤਖਤ ਸਾਹਿਬ ਤੋਂ ਵੀ ਚਲੋ ਫੈਸਲਾ ਆ ਜਾਏਗਾ, ਪਰ ਜਿੰਨਾ ਚਿਰ ਤੱਕ ਲੋਕ ਪਹਿਲਾਂ ਲੋਕ ਬਾਬਿਆਂ ਨਾਲ ਜੁੜੇ ਹੋਏ ਸੀਗੇ, ਡੇਰਿਆਂ ਨਾਲ ਜੁੜੇ ਹੋਏ ਸੀ, ਹੁਣ ਥੋੜ੍ਹਾ ਜਿਹਾ ਫਰਕ ਪੈ ਕੇ ਹੁਣ ਪ੍ਰਚਾਰਕਾਂ ਨਾਲ ਜੁੜ ਗਏ ਨੇ, ਹੁਣ ਫਿਰ ਉੱਥੇ ਦੇਹਾਂ ਤੱਕ ਹੀ ਰਹਿ ਗਏ ਨੇ। ਪਹਿਲਾਂ ਉਹ ਜੋ ਕਹਿੰਦੇ ਸੀ ਉਹ ਮੰਨੇ ਜਾਂਦੇ ਸੀਗੇ, ਜਿਹੜੇ ਗੁਰਮਤਿ ਉਲਟ ਬਾਬੇ ਸੀਗੇ ਪਹਿਲਾਂ ਜੋ ਸੰਤ ਜਾਂ ਭਾਈ ਹੋਵੇ, ਜਿੱਦਾਂ ਤੁਸੀਂ ਆਪ ਹੀ ਗਿਆ ਜਦੋਂ ਗੱਡੀ ਚੋਂ ਉਤਰਿਆ ਸਾਰਿਆਂ ਨੂੰ ਪੈਰੀ ਨਾਲ, ਸਾਰੇ ਤੁਹਾਡੇ ਕਹਿੰਦੇ ਫਰਕ ਹੀ ਪਿਆ ਵੀ ਕੋਈ ਫਰਕ ਨਹੀਂ ਜੀ, ਬਿਲਕੁਲ ਕੋਈ ਫਰਕ ਨਹੀਂ। ਅੱਜ ਵੀ ਦੇਹ ਦੀ ਪੂਜਾ ਹੈ, ਭਾਵੇਂ ਕੋਈ ਆਖੇ ਮੈਂ ਫਲਾਣੇ ਪ੍ਰਚਾਰਕ ਨੂੰ ਬਹੁਤ ਸੁਣਦਾ, ਮੈਂ ਉਹ ਬਹੁਤ ਵਧੀਆ ਗੁਰਮਤਿ ਦੀ ਗੱਲ ਕਰ ਰਿਹਾ, ਇਹ ਹੈ ਦੇਹ ਦੀ ਪੂਜਾਰੀ, ਇਹ ਦੇਹ ਦੀ ਪੂਜਾ ਹੈ। ਬਾਬਾਵਾਦ ਜਾਂ ਪ੍ਰਚਾਰਕਵਾਦ ਵਾਲੇ ਸਿਸਟਮ 'ਚੋਂ ਨਿਕਲ ਕੇ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਵੇ, ਜੋ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਨੇ ਉਹ ਅਸੀਂ ਫਿਰ ਪ੍ਰਚਾਰਕ ਦੀ ਬੋਲਣੀ ਤੋਂ ਅਸੀਂ ਵੇਖ ਸਕਦੇ ਹਾਂ ਵੀ ਇਹ ਗੁਰਬਾਣੀ ਮੁਤਾਬਕ ਗੱਲ ਕਰ ਰਿਹਾ ਜਾਂ ਨਹੀਂ ਗੱਲ ਕਰ ਰਿਹਾ। ਹੁਣ ਨਾਲ ਹੀ ਮੈਂ ਇੱਕ ਨਾਲ ਲੱਗਦੀ ਜਿਹੜੀ ਬੇਨਤੀ ਕਰਦੇ ਹਾਂ, ਭਾਈ ਰਣਜੀਤ ਸਿੰਘ ਹੋਣਾ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਇਤਿਹਾਸ ਬਦਲਿਆ। ਅਸੀਂ ਵਾਰ ਵਾਰ ਇਹਨਾਂ ਨੂੰ ਬੇਨਤੀਆਂ ਕੀਤੀਆਂ ਵੀ ਤੁਸੀਂ ਉਹਦੇ ਸੰਬੰਧ ਵਿੱਚ ਜਵਾਬ ਦਿਓ। ਭਾਈ ਰਣਜੀਤ ਸਿੰਘ ਹੋਣਾ ਨੇ ਕਿਹਾ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਗੱਦੀ 'ਤੇ ਬੈਠਣ ਤੋਂ ਪਹਿਲਾਂ ਉੱਥੇ ਬਾਬਾ ਬਕਾਲਾ ਸਾਹਿਬ ਨਹੀਂ ਰਹੇ, ਪ੍ਰਚਾਰ ਕਰਦੇ ਰਹੇ ਨੇ। ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਉਹ ਟੋਟਲ ਜਿਹੜਾ ਉਹ 1634 ਤੋਂ ਲੈ ਕੇ ਜਿਹੜਾ ਉਹ 1664 ਈਸਵੀ ਤੱਕ ਦਾ ਲਗਭਗ 30 ਵਰ੍ਹਿਆਂ ਦਾ ਸਮਾਂ ਅਤੇ ਜਿਹੜਾ ਮਗਰਲਾ ਸਮਾਂ ਹੈ ਗੁਰਤਾ ਗੱਦੀ 'ਤੇ ਬੈਠਣ ਤੋਂ 4 ਸਾਲ ਪਹਿਲਾਂ ਉਹਦਾ ਉਹਦੀ ਡਿਟੇਲ ਹੈ ਵੀ ਮਹਾਰਾਜ ਨੇ ਪਹਿਲਾਂ ਕਿੱਥੇ ਕਿੱਥੇ ਪ੍ਰਚਾਰ ਕੀਤਾ। ਪਰ ਜਿਹੜਾ ਮਗਰਲਾ 26 ਸਾਲ ਦਾ ਜਿਹੜਾ 34 ਤੋਂ ਲੈ ਕੇ 1660 ਤੱਕ ਦਾ ਜਿਹੜਾ ਸਮਾਂ ਵੀ ਉਹ ਮਹਾਰਾਜ ਨੇ ਕਿੱਥੇ ਕਿੱਥੇ ਪ੍ਰਚਾਰ ਕੀਤਾ ਉਹ ਸਾਨੂੰ ਡਿਟੇਲ ਦਿਓ। ਜੇ ਤੁਸੀਂ ਕਹਿੰਦੇ ਹੋ ਵੀ ਉਹ ਬਾਬੇ ਬਕਾਲੇ ਨਹੀਂ ਰਹੇ ਅਤੇ ਉਹ ਪ੍ਰਚਾਰ ਕਰਦੇ ਰਹੇ ਨੇ, ਅਸਕਰ ਉਹ ਇਤਿਹਾਸਕ ਸਥਾਨ ਹੋਣਗੇ, ਮਹਾਰਾਜ ਕਿਹੜੇ ਸਿੱਖ ਨੂੰ ਮਿਲੇ, ਕੀ ਉਪਦੇਸ਼ ਦਿੱਤਾ, ਉਹਦੀ ਜਾਣਕਾਰੀ ਤਾਂ ਹੋਏਗੀ ਨਾ। ਅਸਕਰ 26 ਸਾਲ ਦਾ ਇਤਿਹਾਸ ਹੈ, ਉਹਦੇ ਬਾਰੇ ਸੰਗਤ ਨੂੰ ਦੱਸੋ। ਅਤੇ ਇਹਨਾਂ ਨੇ ਉਹ ਇਤਿਹਾਸ ਜਿਹੜਾ ਖੰਡਨ ਕੀਤਾ ਉਹ ਪਟਵਈਆਂ ਦੇ ਆਧਾਰ 'ਤੇ ਖੰਡਨ ਕੀਤਾ। ਪਟਵਈਆਂ ਨੇ ਸਿਰਫ 4 ਸਾਲ ਦਾ ਜ਼ਿਕਰ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਗੁਰਤਾ ਗੱਦੀ 'ਤੇ ਬੈਠਣ ਤੋਂ ਪਹਿਲਾਂ ਦਾ ਵੀ 4 ਸਾਲ ਮਹਾਰਾਜ ਨੇ ਪ੍ਰਚਾਰ ਕੀਤਾ, ਪਰ ਟੋਟਲ ਜਿਹੜਾ ਸਮਾਂ ਹੈ ਉਹ ਜਿਹੜਾ 30 ਸਾਲ ਦਾ ਲਿਖਿਆ ਹੋਇਆ ਇਤਿਹਾਸ ਮੋਰੇ, ਹਾਂਜੀ 30 ਸਾਲ ਦਾ ਸਮਾਂ, 26 ਸਾਲ ਦਾ ਸਮਾਂ ਵੱਖਰਾ ਹੈ ਅਤੇ 4 ਸਾਲ ਦਾ ਪ੍ਰਚਾਰ ਦਾ ਸਮਾਂ ਵੱਖਰਾ ਹੈ। ਪਰ ਜੇ ਅਸੀਂ ਪਟਵਈਆਂ ਦੇ ਦਲੀਲ ਨੂੰ ਹੀ ਸਹੀ ਮੰਨ ਕੇ
गुरु तेग बहादुर महाराज का इतिहास बोलन लग पाइए। ये भाई रणजीत सिंह जी होना विशेष करके बेनती है भी जे असी सिर्फ पटवइया आधार बना के ही नौवें पातशाह का इतिहास संगत को सुना है तो फिर पटवइया ये कहिंदियां ने भी गुरु तेग बहादुर महाराज की जिहड़ी शहादत है वह सरहंद के इलाके के बसी पठाना के इलाके हुई है। गुरु तेग बहादुर साहब की शहादत दिल्ली विखे नहीं सरहंद के इलाके हुई है। ये पटवइया गल कह रही ने तो हुण सारी कौम मनदी है कि गुरु तेग बहादुर महाराज की शहीदी दिल्ली होई है। तो हुण पटवइया जिहड़ियां ने जिहड़ियां पटवइया नूं आधार बना के भाई रणजीत सिंह ने नौवें पातशाह का इतिहास खंडन किया है वह पटवइया शहीदी दिल्ली की नहीं मन रही जिहड़ी शहीदी है वह सरहंद के इलाके की मन रही है पटवई। फिर तुसीं शहीदी भी कहो कि महाराज की सरहंद के इलाके की है। फिर दूजी बेनती भाई रणजीत सिंह जी ये है कि तुसीं कहिंदे हो कि पटवइया के आधार से असीं इतिहास बोलिया। तो भाई रणजीत सिंह जी पटवइया ये भी कहिंदियां ने भी जदों गुरु तेग बहादुर महाराज की शहीदी हुई जदों वो आनंदपुर साहब तो तुरे उदों गुरु गोबिंद सिंह महाराज की उम्र 13 साल की सी। पटवइया ये गल कहिंदियां ने भी उदों उम्र गुरु गोबिंद सिंह महाराज की 13 साल की सी जदों नौवें पातशाह शहीदी दिन तुरे। पर सारी मनुखता सारी कौम सारे विश्व भर के लोग जिहड़े सिख इतिहास नाल जुड़े ने जां जिहड़े नौवें पातशाह का इतिहास जानते हैं भावें हिंदू वीर ने भावें सिख ने सारे ये गल कहिंदे ने भी जदों नौवें पातशाह शहीदी दिन तुरे उदों गुरु गोबिंद सिंह महाराज की 9.25 साल की उम्र सी। 9.25 साल की उम्र सी जदों नौवें पातशाह शहीदी दिन तुरे। पर पटवइया कहिंदियां ने भी वह 13 साल की उम्र से। हुण फिर तुसीं ये भी कहो कि 13 साल की उम्र में गुरु गोबिंद सिंह महाराज जी ने तोरिया नौवें पातशाह नूं शहीदी देण वास्ते। फिर पटवइया ये भी कहिंदियां ने भी गुरु गोबिंद सिंह महाराज का जिहड़ा प्रकाश है वह गुरु तेग बहादुर महाराज के गुरतक गद्दी बैठण तो पहला होया पटने विखे ही। पर पटवइया कहिंदियां ने उदों अजे गुरु तेग बहादुर साहब गुरतक गद्दी ते नहीं सी बैठे जदों प्रकाश होया गुरु गोबिंद सिंह महाराज का। पर जिहड़ा प्रचलित इतिहास आ समूहे समूह पंथ दे विच वह प्रचलित इतिहास यह आ कि जदों गुरु तेग बहादुर महाराज गुरतक गद्दी ते बैठ के प्रचार करन दे वास्ते इलाहाबाद त्रिबेणी उस इलाके विच गए आ उदों इलाहाबाद की धरती ते उधरे माहिया की आ निवास माता कै मन बहुत बिगास ते पटना साहब की धरती ते जाके गुरु गोबिंद सिंह महाराज का प्रकाश होया उदों गुरु तेग बहादुर महाराज गुरतक गद्दी ते सन। हुण तुसीं फिर ये भी क्लीयर करो संगत दे विच जे तुसीं पटवइयां दा आधार बना के गुरु तेग बहादुर महाराज का बाबे बकाले वाला इतिहास खंडन किया है फिर तुसीं ये भी क्लीयर करो कि प्रकाश जिहड़ा है वह गुरु बनन तो पहला हुंदा है कि जां गुरु बनन तो बाद विच हुंदा है। सो मेरी बेनती यह है कि वख-वख इतिहासकारां दीआं वख-वख दलीलां ने जे असीं एक विद्वान नूं आधार बना के इतिहास बोलन लग पए फिर बहुत इतिहास नाल छेड़छाड़ होएगी। सो इसलिए भाई रणजीत सिंह होणा नूं बेनती है कि कोई भी जिहड़ा तुसीं किसी विद्वान नूं पढ़ के स्टेज ते बोलदे हो ते ओह थोड़ा जिहा उहनूं जरूर होर भी उहदीआं गल्लां नूं झाती मार लिया करो कि होर किहड़ीआं गल्लां कर रहे ने। ते दूजा भाई रणजीत सिंह होणा ने इह वी कहा कि मैं सिर्फ इन्नी गल ही कही है भी गुरु तेग बहादुर साहब बाबा बकाला साहब कदी कदी आउंदे जांदे रहे भी बाबे बकाले नहीं रहे ये भाई रणजीत सिंह ने गल कही है। तो भाई रणजीत सिंह ये गल मूहों कहिंदे ने भी मैं किहड़ा इन्नी गल कही है भी भोरे ढा दिओ। भाई रणजीत सिंह जी तुसीं सूझवान जे भी जे तुसीं इन्नी गल ही कह दित्ती भी गुरु तेग बहादुर साहब उत्थे भोरे च कदे बैठे नहीं भोरियां वालियां गल्लां भोरे वाले बाबियां ने बनाईयां ने ये तुसीं गल कहीए भी भोरे वालियां गल्लां भोरे वाले बाबियां ने बनाईयां ने गुरु तेग बहादुर साहब ते भोरे च बैठे ने। ते भाई रणजीत सिंह जी जदों तुसीं इस गल दा खंडन ही कर दिता भी महाराज भोरे च बैठे ने ये ते बाबियां ने गल्लां बनाईयां ने फिर भोरा रख लो ते भावें ढा दिओ उहदा मतलब ही कोई नहीं रह गया उहदा इतिहास ही जदों तुसीं खंडन कर दिता उहनूं इमारती तौर ते भावें तुसीं नहीं ढाया जदों उहदा तुसीं इतिहास ही ढा दिता भी ओहदा कोई मतलब ही नहीं ते भी ये गल्लां बाबिआं ने बणाईआं ने ते फिर ये वार जिहड़ा ओह सिद्धा मतलब बहुत गल्लां जिहड़ियां हैगीआं जिन्हां नूं मतलब एक किस्म दुविधा खड़ी करने कीता जा रहा है। सुखप्रीत सिंह जी बहुत गल्लां कीतीआं बहुत गल्लां हले अपनीआं करन वालीआं भी आ ते क्योंकि समां जिहड़ा आ ओह मतलब अपने चले चली जा रिहा आखिर दे विच जिहदा तुहानूं पता कि जिहड़ा जून दा महीना आ रिहा हाँ जी ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਜਨਮ ਦਿਨ ਵੀ 2 ਜੂਨ ਨੂੰ ਆ ਤੇ ਘੱਲੂਘਾਰਾ ਦਿਵਸ ਵੀ ਜਿੱਦਾਂ ਚੱਲ ਰਿਹਾ ਵਿੱਚ ਪਰ 2 ਜੂਨ ਨੂੰ ਪਿੰਡ ਰੋਡੇ ਦੇ ਵਿੱਚ ਕੱਲ੍ਹ ਸਵੇਰੇ ਅਦਾਰਾ ਮਤਲਬ ਦਮਦਮੀ ਟਕਸਾਲ ਬਾਬਾ ਹਰਨਾਮ ਸਿੰਘ ਉਹਨਾਂ ਵੱਲੋਂ ਸਮਾਗਮ ਜਿਹੜਾ ਸ਼ੁਰੂ ਹੋਣ ਜਾ ਰਿਹਾ ਉੱਥੇ ਜਿਹੜਾ 25 ਸਿੰਘਾਂ ਦਾ ਅਖੰਡ ਪਾਠ ਸਾਹਿਬ ਹੋਣਾ ਉਹ ਅਦਾਰਾ ਵਾਜੇ ਕੁੰਮ ਵੱਲੋਂ ਲਾਈਵ ਹੋ ਰਿਹਾ 48 ਘੰਟੇ ਦਾ ਲਾਈਵ ਹੋ ਰਿਹਾ ਉਹਦੇ ਬਾਰੇ ਕੁਝ ਕਹਿਣਾ ਚਾਹੁੰਦਾ। ਬਿਲਕੁਲ ਜੀ ਬੜਾ ਸੋਹਣਾ ਉਪਰਾਲਾ ਹੈਗਾ ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ 20ਵੀਂ ਸਦੀ ਦੇ ਮਹਾਨ ਸਿੱਖ ਨੇ ਰਹਿਣੀ ਬਹਿਣੀ ਕਹਿਣੀ ਦੇ ਪੂਰੇ ਨੇ ਔਰ ਸੱਚੇ ਸੰਤ ਨੇ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਪਾਣੀਆਂ ਦੀ ਕਿਸਾਨੀ ਦੀ ਜਵਾਨੀ ਦੀ ਗੱਲ ਕੀਤੀ ਉਹਨਾਂ ਮਹਾਂਪੁਰਖਾਂ ਨੂੰ ਜ਼ਰੂਰ ਹਰ ਗੁਰਸਿੱਖ ਨੂੰ
ਦਿਲ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ। ਅਤੇ ਜੋ ਇਹ ਆਵਾਜ਼ੇ ਕੌਮ ਟੀਵੀ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ, ਗੁਰਬਾਣੀ ਦੇ ਲਗਾਤਾਰ ਪ੍ਰਵਾਹ ਚੱਲਣੇ ਨੇ ਮਹਾਂਪੁਰਖਾਂ ਦੇ ਜਨਮ ਸਥਾਨ ਨਗਰ ਦੇ ਵਿੱਚ, ਸੋ ਇਸ ਲਈ ਇਹ ਧੰਨਵਾਦ ਹੈ ਆਪ ਜੀ ਦਾ ਵੀ ਆਪ ਜੀ ਉਹਨਾਂ ਮਹਾਂਪੁਰਖਾਂ ਨੂੰ ਚੇਤੇ ਕਰਦਿਆਂ ਹੋਇਆਂ ਉਹਨਾਂ ਦੇ ਸਤਿਕਾਰ ਦੇ ਵਜੋਂ ਬਾਣੀ ਦੇ ਜਾਪ, ਔਰ ਜਿੰਨੀਆਂ ਸੰਗਤਾਂ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਜਿੱਥੇ ਜਿੱਥੇ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਵੱਸਦਾ, ਗੁਰੂ ਕੇ ਸਿੱਖ ਬਾਣੀਆਂ ਦਾ ਵੀ ਇਸ ਸਮੇਂ ਵਿੱਚ ਜਾਪ ਕਰਨ, ਔਰ ਨਾਲ ਦੀ ਨਾਲ ਆਪਣੇ ਇਤਿਹਾਸ ਨੂੰ ਵੀ ਪੜ੍ਹਨ ਵੀ ਸਾਡੇ ਨਾਲ ਕੀ ਕੁਝ ਹੋਇਆ, ਸਾਡੇ ਨਾਲ ਕੀ ਕੁਝ ਹੋਇਆ। ਅਤੇ ਇੱਥੇ ਨਾਲ ਹੀ ਮੈਂ ਇੱਕ ਬੇਨਤੀ ਕਰਦੇ ਹਾਂ ਫਿਰ ਭਾਈ ਰਣਜੀਤ ਸਿੰਘ ਹੋਣਾ ਨੂੰ ਵੀ ਤੁਸੀਂ ਆਪਣੀ ਹਰ ਸਟੇਜ 'ਤੇ ਇਹ ਗੱਲ ਕਹਿ ਰਹੇ ਹੋ ਵੀ ਅੱਜ ਦੇ ਸਮੇਂ ਵਿੱਚ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਹੈ, ਡਿਕਟੇਟਰਸ਼ਿਪ ਨਹੀਂ ਹੈ। ਭਾਈ ਰਣਜੀਤ ਸਿੰਘ ਜੀ, ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਅੱਜ ਡੈਮੋਕ੍ਰੇਸੀ ਹੈ, ਡਿਕਟੇਟਰਸ਼ਿਪ ਨਹੀਂ ਹੈ, ਪਰ ਆਹ 84 ਵਿੱਚ ਜੋ ਕੁਝ ਹੋਇਆ, ਜੋ ਕੁਝ 84 ਵਿੱਚ ਹੋਇਆ, ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਰੱਖੋ ਵੀ ਇਹ ਭਾਰਤ ਵਿੱਚ ਡੈਮੋਕ੍ਰੇਸੀ ਹੋਈ ਹੈ ਕਿ ਡਿਕਟੇਟਰਸ਼ਿਪ ਹੋਈ ਹੈ। 1984 ਨਵੰਬਰ ਵਿੱਚ ਜੋ ਕੁਝ ਕਤਲੇਆਮ ਹੋਇਆ, 3500 ਸਾਡਾ ਸਿੱਖ ਭਰਾ ਕਤਲ ਕੀਤਾ ਗਿਆ, ਇਹ ਡੈਮੋਕ੍ਰੇਸੀ ਨੇ ਸਾਡਾ ਭਰਾ ਕਤਲ ਕੀਤਾ ਹੈ ਕਿ ਜਾਂ ਡਿਕਟੇਟਰਸ਼ਿਪ ਨੇ ਕਤਲ ਕੀਤਾ ਹੈ? ਅੱਜ ਵੀ ਪੰਜਾਬ ਦੀ ਧਰਤੀ 'ਤੇ ਜਿਹੜੇ ਗੁਰਸਿੱਖ ਨੇ ਉਹ ਜੇਲ੍ਹਾਂ ਵਿੱਚ ਬੰਦ ਨੇ, ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ। ਜਿਹੜੇ ਵਿਦੇਸ਼ਾਂ ਤੋਂ ਵੀਰ ਪੰਜਾਬ ਵਿੱਚ ਜਾਂਦੇ ਨੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ, ਝੂਠੇ ਮੁਕੱਦਮੇ ਪਾ ਪਾ ਕੇ, ਕਿਤੇ ਸਿੱਖ ਦੀ ਪੱਗ ਦੀ ਬੇਅਦਬੀ ਹੋ ਰਹੀ ਹੈ, ਕਿਤੇ ਕਕਾਰਾਂ ਦੀ ਬੇਅਦਬੀ ਹੋ ਰਹੀ ਹੈ। ਇਹਦੇ ਬਾਰੇ ਤੁਸੀਂ ਆਪਣਾ ਸਟੈਂਡ ਕਲੀਅਰ ਕਰੋ ਵੀ ਇਹ ਭਾਰਤ ਵਿੱਚ ਡੈਮੋਕ੍ਰੇਸੀ ਹੈ, ਇਹਨੂੰ ਡੈਮੋਕ੍ਰੇਸੀ ਕਹਿੰਦੇ ਨੇ, ਹਰ ਜਗ੍ਹਾ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ, ਜਾਂ ਇਹ ਡੈਮੋਕ੍ਰੇਸੀ ਹੈ ਜਾਂ ਡਿਕਟੇਟਰਸ਼ਿਪ ਹੈ, ਇਹ ਤੁਸੀਂ ਸੰਗਤ ਨੂੰ ਜ਼ਰੂਰ ਕਲੀਅਰ ਕਰੋ। ਔਰ ਜਿੰਨੀਆਂ ਸੰਗਤਾਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ, ਸਾਰਿਆਂ ਨੂੰ ਬੇਨਤੀ ਹੈ ਕਿ ਜੂਨ 84 ਦਾ ਘੱਲੂਘਾਰਾ ਮਹਾਂਪੁਰਖਾਂ ਦੀਆਂ ਜੋ ਇੰਟਰਨੈੱਟ ਉੱਤੇ ਬਹੁਤ ਉਹਨਾਂ ਦੇ ਲੈਕਚਰ ਮੌਜੂਦ ਨੇ, ਸੰਗਤਾਂ ਸ਼ਰਧਾ ਭਾਵ ਨਾਲ ਉਹ ਸੁਣਨ, ਨੌਜਵਾਨ ਪੀੜ੍ਹੀ ਵੀ ਸੁਣੇ ਮਹਾਂਪੁਰਖਾਂ ਦੇ ਏਜੰਡੇ ਕੀ ਸਨ, ਕਿੰਨਾ ਉਹ ਵਿਚਾਰਾਂ ਨੂੰ ਲੈ ਕੇ ਉਹ ਚੱਲ ਰਹੇ ਸਨ, ਔਰ ਕੀ ਕੁਝ ਹਕੂਮਤਾਂ ਵੱਲੋਂ ਕੀਤਾ ਗਿਆ। ਹਰ ਗੁਰਸਿੱਖ ਇਸ ਜੂਨ 1984 ਦਾ ਜਿਹੜਾ ਘੱਲੂਘਾਰਾ ਉਹਨੂੰ ਦਿਲ ਵਿੱਚ ਵਸਾਵੇ। ਇੰਗਲੈਂਡ ਫੇਰੀ ਦੇ ਵਿੱਚ ਉਹ ਕੀ ਪ੍ਰੋਗਰਾਮ ਹੈ ਆਉਣ ਵਾਲੇ ਸਮੇਂ ਦੇ ਵਿੱਚ? ਇੱਕ ਪ੍ਰੋਗਰਾਮ ਤਾਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਵੀ ਹੈਗਾ ਨਾ, ਸ਼ਨਿਚਰਵਾਰ ਢਾਡੀ ਦਰਬਾਰ, ਉਹ ਵੀ ਸੰਤਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਅਤੇ ਗੁਰਦੁਆਰਾ ਬਾਬਾ ਸਾਹਿਬ, ਹੋਰ ਤੁਹਾਡਾ ਕਿਹੜਾ ਕਿਹੜਾ ਸਮਾਂ? ਹਾਂ ਬਿਲਕੁਲ ਜੀ, ਗੁਰਦੁਆਰਾ ਗੁਰੂ ਨਾਨਕ ਦਰਬਾਰ ਸਮੈਦਿਕ ਵਿਖੇ ਜੋ ਇਸੇ ਸੰਬੰਧ ਵਿੱਚ ਲਗਾਤਾਰ ਦੀਵਾਨ ਚੱਲ ਰਹੇ ਨੇ ਜੂਨ 84 ਦੇ ਸੰਬੰਧ ਵਿੱਚ, ਔਰ ਗੁਰਦੁਆਰਾ ਦਸਮੇਸ਼ ਦਰਬਾਰ ਈਸਟ ਲੰਡਨ ਵਿਖੇ, ਉੱਥੇ ਵੀ ਮਹਾਂਪੁਰਖਾਂ ਦੇ ਸਮੁੱਚੇ ਜੀਵਨ ਨੂੰ ਸਮਰਪਿਤ, ਔਰ ਜੂਨ 84 ਦੇ ਵਿੱਚ ਜਿੰਨੇ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਉਹਨਾਂ ਸਾਰਿਆਂ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਉੱਥੇ ਵੀ ਹਫ਼ਤਾਵਾਰੀ ਲਗਾਤਾਰ ਦੀਵਾਨ ਜਿਹੜੇ ਚੱਲ ਰਹੇ ਨੇ, ਔਰ ਉਦੋਂ ਬਾਅਦ ਵਿੱਚ ਫਿਰ ਗੁਰਦੁਆਰਾ ਸਾਊਥ ਹਾਲ ਵਿਖੇ, ਉੱਥੇ ਵੀ ਜਿਹੜੇ ਗੁਰਮਤਿ ਸਮਾਗਮ ਨੇ ਉਹ ਉਹਨਾਂ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਮੱਥਾ ਟੇਕਣ ਵਾਸਤੇ ਇਹ ਸਮਾਗਮ ਜਿਹੜੇ ਨੇ ਉਹ ਚੱਲ ਰਹੇ ਨੇ। ਜਿੱਥੇ ਜਿੱਥੇ ਵੀ ਕੋਈ ਦੇਸ਼ ਵਿਦੇਸ਼ਾਂ ਵਿੱਚ ਗੁਰੂ ਕੇ ਸਿੱਖ ਵੱਸਦੇ ਨੇ ਉਹਨਾਂ ਸ਼ਹੀਦਾਂ ਨੂੰ ਚੇਤੇ ਕਰਨਗੇ ਔਰ ਕਰ ਰਹੇ ਨੇ। 3 ਤਰੀਕ ਨੂੰ ਜਿੱਦਾਂ ਪੂਰੀ ਦੁਨੀਆਂ ਦੇ ਵਿੱਚ, ਖਾਸ ਤੌਰ 'ਤੇ ਇੰਗਲੈਂਡ ਦੇ ਵਿੱਚ ਲੰਡਨ 'ਚ ਹਾਈਡ ਪਾਰਕ ਮੁਜ਼ਾਹਰਾ ਹੋ ਰਿਹਾ ਜੀ, ਅਤੇ ਉਹਦੇ ਬਾਰੇ ਵੀ ਕੀ ਕਹਿਣਾ ਚਾਹੋ? ਹਾਂ ਬਿਲਕੁਲ ਜੀ, ਜਿੰਨੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਇੰਗਲੈਂਡ ਨਿਵਾਸੀ ਨੇ, ਉਹਨਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਇਸ ਦਿਨ 'ਤੇ ਆਪ ਜੀ ਜ਼ਰੂਰ ਉੱਥੇ ਪਹੁੰਚ ਕੇ ਆਪਣੇ ਦੁੱਖ ਦਾ ਪ੍ਰਗਟਾਵਾ ਵੀ ਉੱਥੇ ਅਸੀਂ ਕਰਨਾ ਹੈ, ਔਰ ਨਾਲ ਦੀ ਨਾਲ ਹਕੂਮਤ ਭਾਵੇਂ ਉਹ ਇੱਥੇ ਇੱਥੋਂ ਦੇ ਹੋਵੇ, ਕਿਉਂਕਿ ਇੱਥੋਂ ਦਾ ਵੀ ਜਿਹੜਾ ਹੱਥ ਉਹ 1984 ਦੇ ਹਮਲੇ ਦੇ ਵਿੱਚ ਮੰਨਿਆ ਗਿਆ ਇੰਡੀਆ ਇੱਥੋਂ ਦੀ ਗੌਰਮੈਂਟ ਦਾ, ਔਰ ਭਾਵੇਂ ਇੰਡੀਆ ਦੀ ਗੌਰਮੈਂਟ ਹੈ ਉਹਨਾਂ ਦਾ ਸਿੱਧੇ ਰੂਪ ਦੇ ਵਿੱਚ ਜਿਹੜਾ ਅਕਾਲ ਤਖਤ ਸਾਹਿਬ ਉੱਤੇ ਅਟੈਕ ਉਹਨਾਂ ਵੱਲੋਂ ਕੀਤਾ ਗਿਆ। ਅਤੇ ਸੋ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਸਿੱਖ ਜਿੱਥੇ ਜਿੱਥੇ ਵੱਸਦਾ ਉਹ ਆਪਣੇ ਦੁੱਖ ਦਾ ਵੀ ਪ੍ਰਗਟਾਵਾ ਕਰੇ ਔਰ ਰੋਸ ਦਾ ਵੀ ਪ੍ਰਗਟਾਵਾ ਕਰੇ, ਹਕੂਮਤਾਂ ਨੂੰ ਪਤਾ ਲੱਗ ਸਕੇ ਵੀ ਗੁਰੂ ਕੇ ਸਿੱਖ ਭੁੱਲੇ ਨਹੀਂ, ਅਜੇ ਤੱਕ ਵੀ 1984 ਨੂੰ ਦਿਲ ਵਿੱਚ ਵਸਾ ਕੇ ਔਰ ਚੇਤੇ ਰੱਖ ਕੇ ਬੈਠੇ ਨੇ ਟੱਠਿਆ ਹੋਇਆ ਅਕਾਲ ਤਖਤ ਸਾਹਿਬ, ਔਰ ਪੰਜਾਬ ਦੇ 37 ਹੋਰ ਗੁਰਦੁਆਰਿਆਂ 'ਤੇ ਕੀਤਾ ਹੋਇਆ ਹਮਲਾ, ਹਜ਼ਾਰਾਂ ਸਿੰਘਾਂ ਦੀਆਂ ਸ਼ਹਾਦਤਾਂ, ਕਦੇ ਵੀ ਗੁਰੂ ਕੇ ਸਿੱਖ ਭੁੱਲ ਨਹੀਂ ਸਕਦੇ, ਨਾ ਕਦੇ ਭੁੱਲਣਗੇ, ਉਹਨਾਂ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਗੁਰੂ ਕੇ ਸਿੱਖ ਚੱਲਦੇ ਰਹਿਣਗੇ। ਸੁਖਪ੍ਰੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ। ਆਖਿਰ ਦੇ ਵਿੱਚ ਮੈਂ ਕੋਈ ਗੱਲ ਨਾ ਪੁੱਛੀ ਹੋਵੇ, ਲੇਕਿਨ ਤੁਸੀਂ ਸਾਡੇ ਦਰਸ਼ਕਾਂ ਨੂੰ ਕਹਿਣੀ ਚਾਹੋਗੇ? ਨਹੀਂ ਬਿਲਕੁਲ ਜੀ, ਆਪ ਤਕਰੀਬਨ ਜਿੰਨੀਆਂ ਵਿਚਾਰਾਂ ਹੋਈਆਂ ਨੇ ਉਹਦੇ ਸੰਬੰਧ ਵਿੱਚ ਅਸੀਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਾਂਗੇ ਵੀ ਕੇਸਾਂ ਦੀ ਸੰਭਾਲ ਕਰੀਏ, ਨਸ਼ਿਆਂ ਦਾ ਤਿਆਗ ਕਰੀਏ, ਅੰਮ੍ਰਿਤ ਛਕੀਏ ਔਰ ਸਿੰਘ ਸਜੀਏ। ਗੁਰੂ ਕੇ ਸਿੱਖਾਂ ਨੂੰ ਬੇਨਤੀ ਹੈ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਕੋਈ ਵੱਸਦੇ ਨੇ ਵੀ ਨਾ ਅਕਾਲੀ ਬਣੀਏ ਨਾ ਕਾਂਗਰਸੀ ਬਣੀਏ, ਅਸੀਂ ਗੁਰੂ ਕੇ ਸਿੱਖ ਬਣੀਏ। ਅੱਜ ਪੰਜਾਬ ਨੂੰ ਇਹ ਬਹੁਤੀ ਮਾਰ ਪੈ ਰਹੀ ਹੈ ਵੀ ਲੋਕ ਪੱਕੇ ਸਿੱਖ ਤਾਂ ਨਹੀਂ ਪਰ ਪੱਕੇ ਅਕਾਲੀ ਕਾਂਗਰਸੀ ਜ਼ਰੂਰ ਬਣੇ ਹੋਏ ਨੇ। ਇਸ ਗੱਲ ਦੀ ਬਹੁਤ ਸਾਡੇ ਪੰਜਾਬ ਨੂੰ ਮਾਰ ਪਾ ਰਹੀ ਹੈ ਵੀ ਅਸੀਂ ਰਾਜਨੀਤਿਕ ਧੜਿਆਂ ਦੇ ਵੱਲ ਬਹੁਤੇ ਹੋਏ ਹਾਂ, ਰਾਜਨੀਤਿਕ ਧੜਿਆਂ ਤੋਂ ਉੱਪਰ ਉੱਠ ਕੇ ਔਰ ਸਰੀਰਾਂ ਦੀ ਪੂਜਾ ਨੂੰ ਛੱਡ ਕੇ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ
जी नूं समर्पित होई गए। गुरु जी की बाणी नूं पढ़ के ही साडा जिहड़ा जीवन है और पंजाब दा भविख साडा जीवन जिहड़ा उह सोहणा बन सकेगा। गुरु ग्रंथ साहिब जी तों बिना कहो नानक इह तत विचारा बिन हर भजन नाहीं छुटकारा। ਬਰਗਾੜੀ ਕਾਂਡ ਦੇ ਸੰਬੰਧ 'ਚ ਆਪਾਂ ਗੱਲਬਾਤ ਕਰਾਂਗੇ ਫਿਰ ਕਿਤੇ ਜਦੋਂ ਅਗਲੇ ਟਾਈਮ 'ਚ, ਕਿਉਂ ਉਹ ਇੱਕ ਲੰਬਾ ਇਸ਼ੂ ਆ, ਪਰ ਉਹ ਪਹਿਲੀ ਤਰੀਕ ਨੂੰ ਉੱਥੇ ਵੀ ਮਤਲਬ ਜਦੋਂ ਇਹ ਘਟਨਾ ਵਾਪਰੀ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਪਹਿਲੀ ਤਰੀਕ ਨੂੰ ਉੱਥੇ ਵੀ ਜਥਿਆਂ ਬੱਦੀਆਂ ਵੱਲੋਂ ਇੱਕ ਬਹੁਤ ਵੱਡਾ ਸਮਾਗਮ ਹੋ ਰਿਹਾ ਹੈ ਅਤੇ ਉੱਥੇ ਵੀ ਸੰਗਤਾਂ ਨੂੰ ਅਸੀਂ ਬੇਨਤੀ ਆਪਣੇ ਵੱਲੋਂ ਵੀ ਕਰਦੇ ਹਾਂ, ਤੁਸੀਂ ਵੀ ਕੁਝ ਕਹਿਣਾ ਚਾਹੁੰਦੇ? ਹਾਂਜੀ, ਅਸੀਂ ਵੀ ਸੰਗਤ ਨੂੰ ਤਾਂ ਅਸੀਂ ਬੇਨਤੀ ਕਰਦੇ ਹੀ ਹਾਂ ਵੀ ਉੱਥੇ ਸਾਰੇ ਬਰਗਾੜੀ ਪਹੁੰਚੋ, ਅਤੇ ਨਾਲ ਦੀ ਨਾਲ ਉਹਨਾਂ ਪ੍ਰਚਾਰਕਾਂ ਨੂੰ ਵੀ ਬੇਨਤੀ ਹੈ ਜਿਹੜੇ ਉਦੋਂ ਬਰਗਾੜੀ ਕੋਟਕਪੂਰੇ ਧਰਨਾ ਲਾ ਕੇ ਬੈਠੇ ਸਨ, ਅਤੇ ਉੱਥੇ ਸਿੰਘਾਂ ਦੀਆਂ ਦੋ ਸਿੰਘਾਂ ਦੀਆਂ ਭਾਈ ਗੁਰਜੀਤ ਸਿੰਘ, ਭਾਈ ਕ੍ਰਿਸ਼ਨ ਭਗਵਾਨ ਸਿੰਘ, ਉਹ ਦੋ ਸਿੰਘ ਸ਼ਹੀਦ ਹੋਏ, ਸਾਡੀ ਉਹਨਾਂ ਪ੍ਰਚਾਰਕ ਵੀਰਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਆਪਣਾ ਤੁਹਾਡਾ ਕੋਈ ਸਾਥੀ ਚੜ੍ਹਾਈ ਕਰਦਾ ਉਹਦੀ ਤਾਂ ਤੁਸੀਂ ਬਰਸੀ ਹਰ ਸਾਲ ਮਨਾਉਂਦੇ ਹੋ, ਪਰ ਉਹਨਾਂ ਸ਼ਹੀਦਾਂ ਨੂੰ ਵੀ ਜਾ ਕੇ ਚੇਤੇ ਕਰੋ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਖਾਤਰ ਉਹਨਾਂ ਨੇ ਹਿੱਕਾਂ ਵਿੱਚ ਗੋਲੀਆਂ ਖਾਧੀਆਂ ਅਤੇ ਸ਼ਹੀਦੀਆਂ ਦਿੱਤੀਆਂ, ਅਤੇ ਪੰਜਾਬ ਸਰਕਾਰ ਦੇ ਕੋਲੋਂ ਜਿੱਥੇ ਤੁਸੀਂ ਆਪਣੀ ਸਿਕਿਉਰਿਟੀ ਦੀ ਮੰਗ ਕਰ ਰਹੇ ਹੋ ਕਿ ਸਾਡੀਆਂ ਸਿਕਿਉਰਿਟੀਆਂ ਵਧਾਓ, ਉੱਥੇ ਪ੍ਰਚਾਰਕਾਂ ਨੂੰ ਬੇਨਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਥਾਂ ਬੇਅਦਬੀ ਅੱਜ ਵੀ ਹੋ ਰਹੀ ਹੈ, ਜਿਵੇਂ ਅਸੀਂ ਬਾਦਲਾਂ ਵੇਲੇ ਆਵਾਜ਼ ਉਠਾਉਂਦੇ ਸੀਗੇ ਵੀ ਬੇਅਦਬੀਆਂ ਰੋਕੋ, ਅੱਜ ਵੀ ਭਾਵੇਂ ਸਰਕਾਰ ਕਾਂਗਰਸ ਦੀ ਹੈ, ਪ੍ਰਚਾਰਕਾਂ ਨੂੰ ਬੇਨਤੀ ਹੈ ਆਪਣਾ ਫਰਜ਼ ਨਿਭਾਓ, ਜਿੱਥੇ ਵੀ ਕਿਤੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਸਰਕਾਰ ਤੱਕ ਆਵਾਜ਼ ਪਹੁੰਚਾਓ ਵੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਰੋਕੀਆਂ ਜਾਣ ਔਰ ਜਿਹੜੇ ਦੋਸ਼ੀ ਨੇ ਉਹ ਫੜੇ ਜਾਣ, ਅਤੇ ਪ੍ਰਚਾਰਕ ਜਿਹੜੇ ਉਸ ਵੇਲੇ ਕੋਟਕਪੂਰੇ ਚੌਂਕ ਵਿੱਚ ਮੌਜੂਦ ਸਨ ਉਹਨਾਂ ਸਾਰੇ ਪ੍ਰਚਾਰਕਾਂ ਨੂੰ ਬੇਨਤੀ ਹੈ ਵੀ ਹੁਣ ਇੱਕ ਵਾਰੀ ਸਾਰੇ ਪ੍ਰਚਾਰਕ ਵੀਰ ਇਕੱਠੇ ਹੋ ਕੇ ਜ਼ਰੂਰ ਕੈਪਟਨ ਵੱਲ ਨੂੰ ਜਾਣਾ ਕਰੋ ਔਰ ਉਹਨਾਂ ਨੂੰ ਬੇਨਤੀ ਕਰੋ ਵੀ ਜਿਹੜੀ ਅਣਪਛਾਤੀ ਪੁਲਿਸ ਹੈ ਉਹ ਵੀ ਲੱਭੀ ਜਾਵੇ, ਅਤੇ ਜਿਨ੍ਹਾਂ ਨੇ ਸਾਡੇ ਜਿਹੜੇ ਸਿੱਖ ਭਰਾ ਕਤਲ ਕੀਤੇ ਨੇ ਉਹਨਾਂ ਅਫਸਰਾਂ ਨੂੰ ਵੀ ਸਜ਼ਾਵਾਂ ਮਿਲਣ, ਅਤੇ ਜਿਨ੍ਹਾਂ ਨੇ ਸਰੂਪ ਚੋਰੀ ਕੀਤਾ ਉਹ ਮਾਰੇ ਦਾ ਉਹ ਸਰੂਪ ਵੀ ਲੱਭੇ ਔਰ ਅੱਗੇ ਤੋਂ ਬੇਅਦਬੀਆਂ ਨੂੰ ਵੀ ਨੱਥ ਪਾਈ ਜਾਏ। ਪਹਿਲਾਂ ਤਾਂ ਸਾਰੇ ਪ੍ਰਚਾਰਕ ਵੀਰ ਬਹੁਤ ਬੋਲਦੇ ਰਹੇ, ਪਰ ਹੁਣ ਜਿਹੜੇ ਨੇ ਵਿਰਲੇ ਵਿਰਲੇ ਪ੍ਰਚਾਰਕ ਹੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਬਾਰੇ ਬੋਲ ਰਹੇ ਨੇ, ਬਹੁਤਿਆਂ ਦੇ ਤਾਂ ਉਹ ਚੋਪੀ ਹੋ ਗਏ ਨੇ, ਪਤਾ ਨਹੀਂ ਇਹ ਬਹੁਤਿਆਂ ਦਾ। ਗੁਰੂ ਸਾਹਿਬ ਹੀ ਰਹਿਮਤ ਕਰੇ, ਅੰਦਰੋਂ ਅੰਦਰੀ ਸਮਝੌਤੇ ਨਾ ਕਰੀਏ, ਨਿਰੋਲ ਪੰਥ ਨੂੰ ਸਮਰਪਿਤ ਹੋਈਏ। ਬਹੁਤ ਧੰਨਵਾਦ ਜੀ ਸੁਖਪ੍ਰੀਤ ਸਿੰਘ ਜੀ। ਸੋ ਅਸੀਂ ਪੂਰੇ ਇੰਗਲੈਂਡ ਦੇ ਬੱਚੇ ਜਿੱਥੇ ਜਿੱਥੇ ਵੀ ਇਹਨਾਂ ਦੇ ਸਮਾਗਮ ਆ, ਅਦਾਰਾ ਵਾਜੇ ਕੌਮ ਵੱਲੋਂ ਵੀ ਬੇਨਤੀ ਕਰਾਂਗੇ ਜ਼ਰੂਰ, ਬਹੁਤ ਵਧੀਆ ਨੌਜਵਾਨ ਪ੍ਰਚਾਰਕ ਆ ਅਤੇ ਬਹੁਤ ਇਤਿਹਾਸ ਨੂੰ ਮੁੱਖ ਰੱਖ ਕੇ ਅਤੇ ਸੰਖੇਪ ਰੂਪ ਦੇ ਵਿੱਚ ਪ੍ਰਚਾਰ ਕਰਦੇ ਆ, ਬਹੁਤ ਵਧੀਆ ਮੈਨੂੰ ਇਹਨਾਂ ਦੇ ਨਾਲ ਇੰਟਰਵਿਊ ਕਰਕੇ ਵੀ ਲੱਗਾ। ਸੋ ਮੈਂ ਅਦਾਰਾ ਵਾਜੇ ਕੌਮ ਵੱਲੋਂ ਧੰਨਵਾਦ ਵੀ ਕਰਦਾ, ਸੰਗਤਾਂ ਨੂੰ ਬੇਨਤੀ ਵੀ ਕਰਦਾ, ਕਿਉਂਕਿ ਨੌਜਵਾਨ ਹੀ ਜਿਹੜਾ ਸਾਡਾ ਕੌਮ ਦਾ ਭਵਿੱਖ ਹੁੰਦੇ ਆ। ਸੋ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਤੋਂ ਖੇਮਾ ਦੇ ਜਾ ਚੁੱਕਿਆ, ਜੇ ਕੋਈ ਗਲਤੀ ਹੋ ਗਈ ਹੋਵੇ ਪ੍ਰੋਗਰਾਮ ਦੇ ਵਿੱਚ ਅਤੇ ਨਾਲ ਹੀ ਬੇਨਤੀ ਕਰਦੇ ਜਿਹੜੇ ਵਿਚਾਰ ਇਹਨਾਂ ਨੇ ਦਿੱਤੇ ਹਨ ਉਹ ਇਹਨਾਂ ਦੇ ਹਨ, ਅਤੇ ਜੇ ਭਾਈ ਰਣਜੀਤ ਸਿੰਘ ਹੁਣਾਂ ਵੱਲੋਂ ਜਾਂ ਪਰਮੇਸ਼ਰ ਦਰਬਾਰ ਵੱਲੋਂ ਜਾਂ ਉਹਨਾਂ ਦਾ ਇੱਥੋਂ ਕੋਈ ਵੀ ਨੁਮਾਇੰਦਾ ਗੱਲਬਾਤ ਕਰਨੀ ਚਾਹੁੰਦਾ ਅਦਾਰਾ ਵਾਜੇ ਕੌਮ ਅਤੇ ਉਹਨਾਂ ਨੂੰ ਵੀ ਜੀ ਆਇਆ, ਉਹ ਜਦੋਂ ਮਰਜ਼ੀ ਆ ਕੇ ਆਪਣੇ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਅਤੇ ਆਪਣੀ ਗੱਲ ਰੱਖਣੀ ਚਾਹੁੰਦੇ ਆ ਉਹ ਵੀ ਆ ਕੇ ਰੱਖ ਸਕਦੇ ਹਨ। ਸੋ ਇੱਥੇ ਹੀ ਖੇਮਾ ਦੇ ਜਾ ਚੁੱਕਿਆ, ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ, ਦੇਖਦੇ ਰਹੋ ਆਵਾਜ਼ੇ ਕੌਮ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।